ਨਾਨਕ ਨਾਮ ਧਿਆਇਆ ਸਭ ਕਾਰਜ ਆਵੇ ਰਾਸ। ਤੁਹਾਨੂੰ ਪਤਾ ਨੀ ਕੱਲ ਕੁੜੀਆਂ ਦਾ ਕਬੱਡੀ ਦਾ ਮੈਚ ਹੈ, ਉੱਥੇ ਪਾਣੀ ਪਿਉਣ ਦੀ ਡਿਊਟੀ ਮੇਰੀ ਲੱਗੀ ਹੋਈ ਹੈ। ਪਰ ਗੱਲ ਸੁਣ, ਮੈਚ ਤੇ ਕੱਲ ਤਾਂ ਸਾਹ ਤੈਨੂੰ ਅਜੇ ਚੜੀ ਜਾ ਰਿਹਾ। ਉਹ ਤੈਨੂੰ ਪਤਾ ਨੀ, ਕੁੜੀਆਂ ਦਾ ਵਾਹ ਤਾਂ ਇੱਕ ਦੂਜੇ ਨਾਲ ਪੈਣਾ, ਤੇ ਮੇਰਾ ਵਾਹ ਤਾਂ ਸਾਰਿਆਂ ਨਾਲ ਹੀ ਪੈਣਾ। ਉੱਥੇ ਜਦੋਂ ਤੇ ਗਰਮੀ ਪਈ ਤੇ ਲੱਗੀ ਤੇ ਫਿਰ ਲਾਵੇ ਲੰਡੇ ਵਾਲਾ ਹੋ ਜਾਊਗੀ। ਉਦੋਂ ਸਾਰਿਆਂ ਨੂੰ ਪਾਣੀ ਮੈਂ ਹੀ ਪਿਉਣਾ, ਤੇ ਨਾਲੇ ਮੈਨੂੰ ਪੰਡਿਤ ਨੇ ਦੱਸਿਆ
ਵੀ ਤੇਰਾ ਪਾਣੀ ਚ ਕੰਮ ਬਣਨਾ ਤੇ ਪਾਣੀ ਨੇ ਕੰਮ ਵਿਗਾੜਨਾ। ਮੈਂ ਤੇਰੀ ਗੱਲ ਸਮਝਿਆ ਨੀ। ਸਮਝਣ ਦੀ ਗੱਲ ਇਹ ਹੈ ਵੀ ਪੰਡਿਤ ਕਹਿੰਦਾ ਨਾ ਵੀ ਪਾਣੀ ਪਿਉਂਦੇ ਪਿਉਂਦੇ ਨੂੰ ਤੇਰੇ ਕੋਲ ਕੁੜੀ ਫਸੂਗੀ ਤੇ ਉਹਦੇ ਨਾਲ ਹੀ ਤੇਰਾ ਵਿਆਹ ਹੋਊਗਾ ਤੇ ਪਾਣੀ ਚ ਡੁੱਬ ਕੇ ਮਰੇਗਾ ਤੇ ਡੁੱਬ ਕੇ ਮਰਨ ਦਾ ਮੇਰਾ ਸਵਾਲ ਹੀ ਨੀ ਪੈਦਾ ਹੁੰਦਾ ਕਿਉਂਕਿ ਆਪਾਂ ਪਾਣੀ ਚ ਵੜਨਾ ਹੀ ਨੀ। ਦੇਖੀ ਕਿਸੇ ਨੂੰ ਗਲਤ ਬਣਿਆ ਪਾ ਬੈਠੀ। ਉਹ ਪੰਗਾ ਪੈ ਗਿਆ ਸੀ ਇੱਕ ਵਾਰੀ। ਅੱਛਾ। ਇੱਕ ਵਾਰੀ ਮੈਂ ਕੁੜੀ ਨੂੰ ਪਾਣੀ ਪਿਆਇਆ ਤੇ 15 ਮਿੰਟਾਂ ਬਾਅਦ ਮੈਂ ਦੇਖਿਆ ਕੁੜੀ ਦੇ ਢਿੱਡ ਚ ਦਰਦ ਤੇ ਉਲਟੀਆਂ ਲੱਗੀਆਂ ਪਈਆਂ। ਉਹ ਮੇਰੇ ਨਾਲ ਆ ਕੇ ਲੜ ਪਈ। ਮੈਨੂੰ ਕਹਿੰਦੀ ਤੂੰ ਕਿਸੇ ਦਾ ਪਾਣੀ ਪਿਆਇਆ। ਮੈਂ ਕਿਹਾ ਦੇਖ ਲੈ ਪਾਣੀ ਦੇ ਉੱਤੇ ਤੂੰ ਹੋਰ ਵੀ ਕਰ ਬੈਠੀ ਹੋਏਗੀ। ਮਗਰੋਂ ਪਤਾ ਲੱਗਿਆ ਦੋ ਕੇਲੇ ਖਾ ਬੈਠੀ ਜੀ। ਗੱਲ ਸੁਣਾ ਯਬਲੀਆਂ ਨਾ ਮਾਰਿਆ ਕਰ। ਚਲੋ ਰਾਣਾ ਚੱਲ। ਸੱਚ ਗੱਲ ਸੁਣੋ, ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ, ਉਹ ਜਿਹੜੀ ਕੈਪਟਨ ਆ ਨਾ ਕੁੜੀ, ਉਹ ਤੁਹਾਡੇ ਪਿੰਡ ਦੀ ਸ਼ਕੀਨ ਆ। ਛੱਡਣ ਨੂੰ ਕਹਿੰਦੀ ਹੈ। ਮੈਂ ਤੇ ਜ਼ਿੰਦਗੀ ਦੀ ਰਾਹ ਤੇ ਤੇਰੇ ਨਾਲ ਚੱਲਣਾ ਚਾਹੁੰਦਾ। ਅੱਛਾ, ਕਦੇ ਸ਼ੀਸ਼ੇ 'ਚ ਆਪਣੀ ਸ਼ਕਲ ਦੇਖੀ ਹੈ? ਉਹ ਸ਼ੀਸ਼ਾ ਤਾਂ ਮੈਂ ਰੋਜ਼ ਵੇਖਦਾ ਕੁੜੀਏ, ਪਰ ਉਹ ਸ਼ੀਸ਼ੇ ਵਿੱਚ ਮੈਨੂੰ ਆਪਣੇ ਨਹੀਂ ਹੁਣ ਤੇਰੀ ਸੂਰਤ ਨਜ਼ਰ ਆਉਂਦੀ ਹੈ। ਜੇ ਮੇਰਾ ਇੱਕ ਥੱਪੜ ਪਿਆ ਤਾਂ ਦਿਨੇ ਤਾਰੇ ਨਜ਼ਰ ਆ ਜਾਣਗੇ। ਤੇਰੇ ਫੁੱਲਾਂ ਵਰਗੇ ਮੁਲਾਇਮ ਹੱਥ ਥੱਪੜ ਮਾਰਨ ਵਾਸਤੇ ਨਹੀਂ। ਫਿਰ ਪਿਆਰ ਕਰਾਂ ਕਰ। ਜੇ ਤੇਰੀ ਲੱਕੜਾਂ ਭੰਨੀ ਤਾਂ ਮੇਰਾ ਨਾਂ ਵੀ ਪੱਪੀ ਨੇ। ਇੱਥੇ ਖਰਾਬ ਹੋਣਾ ਸੀ, ਹੁਣ ਮੈਂ ਕੀ ਕਰਾਂ? ਰਾਣਾ ਰੋਕੀ ਸਰ। ਰਾਣਾ ਰੀਤ ਕੱਲੀ ਖੜੀ ਹੈ, ਲੱਗਦਾ ਬੇਚਾਰੀ ਦਾ ਸਕੂਟਰ ਖਰਾਬ ਹੋ ਗਿਆ। ਕਿਉਂ, ਬਹੁਤ ਤਰਸ ਆਉਂਦਾ? ਯਾਰ ਮਦਦ ਕਰਨਾ ਤਾਂ ਆਪਣਾ ਫਰਜ਼ ਹੈ।
ਜਾਂ ਦੇਖ ਲਾ ਫਿਰ ਟਰਾਈ ਕਰਕੇ ਪਸੰਦ ਜਾਂ ਤੇਨਾ ਹੈ ਨਹੀਂ ਤੂੰ ਹਮੇਸ਼ਾ ਫਸਾਉਣ ਦੀ ਗੱਲ ਕਰੇਗਾ ਨਮਸਤੇ ਜੀ ਲੱਗਦਾ ਤੁਹਾਡਾ ਸਕੂਟਰ ਖਰਾਬ ਹੋ ਗਿਆ ਮੈਂ ਹੁਣੇ ਠੀਕ ਕਰਨਾ ਤੁਸੀਂ ਘਬਰਾਓ ਨਾ ਥੈਂਕ ਯੂ ਨਿਕਲ ਜਾ ਹੁਣ ਠੀਕ ਹੋ ਗਿਆ ਬਸ ਇੱਕ ਮਿੰਟ ਜ਼ਰਾ ਸਾਫ਼ ਕਰਨਾ ਹੈਲੋ ਜੀ ਜਾਣ ਲੱਗੀ ਇਸ ਵਿਚਾਰੇ ਦਾ ਧੰਨਵਾਦ ਤਾਂ ਕਰਦੀ ਜਾਂਦੀ ਮੈਂ ਮਦਦ ਨਹੀਂ ਸੀ ਮੰਗੀ ਲੱਡੂ ਬਣਦੀ ਗਲੀ ਦੇ ਵਿੱਚੋਂ ਨਿਕਲਾ ਤੇ ਪਹਿਲੀ ਪੇਜੀ ਯਾਰ ਛੁੱਟ ਜੇ ਨੀ ਕਮਲੀਏ ਅਸੀਂ ਤਾਂ ਛੁੱਟੇ ਪਏ ਆ ਤੂੰ ਆਉਣ ਵਾਲੀ ਬਣ ਬਸ ਮੈਂ ਦੱਸਾਂ ਬਣ ਲੱਡੂ ਮੈਂ ਕਿਹਾ ਤੂੰ ਬਹੁਤ ਬਦਮਾਸ਼ ਹੈ ਬਹੁਤ ਬਦਮਾਸ਼ ਹੈ ਚੀਰੇ ਅੰਦਰ ਚਲੀ ਜਾਂਦੀ ਹੈ ਘੁੰਮਣ ਘੇਰੀਆਂ ਪਾ ਦਿੰਦੀ ਹੈ ਘੁੰਮਣ ਘੇਰੀਆਂ ਪਾ ਦਿੰਦੀ ਹੈ ਕਿਉਂ ਬੇਟ ਹੋ ਗਿਆ ਅੱਜ ਕੱਲ ਦਿਨੇ ਦਾਰੂ ਨਾਲ ਡੱਕਿਆ ਫਿਰਦੇ ਉਹ ਕਮਾਲ ਦੀ ਗੱਲ ਹੈ ਬਈ ਸਾਡਾ ਜਦੋਂ ਮੂਡ ਹੋਊਗਾ ਅਸੀਂ ਪੀਵਾਂਗੇ ਚਾਹੇ ਦਿਨ ਹੈ ਚਾਹੇ ਰਾਤ ਹੈ ਇਹ ਕੋਈ ਸਾਸਤਰਾ ਤਾਂ ਲੈ ਗਿਆ ਨੀਗਾ ਫਿਰ ਰਾਤ ਨੂੰ ਪੀਣੀ ਹੈ ਦਿਨੇ ਪੀਣੀ ਨੀ ਯਾਰ ਪਰ ਮੇਰੀ ਗੱਲ ਤੇ ਸੁਣ ਅੱਜ ਤਾਂ ਕਾਲਜ ਛੁੱਟੀ ਨੀ ਅੱਜ ਕਾਲਜ ਕੌਣ ਘੰਟੀ ਬਜਾਓ ਤੇਰਾ ਚਾਚਾ ਓਏ ਪਰ ਗੱਲ ਸੁਣ ਲਾ ਜਦੋਂ ਸਾਡੇ ਅੰਦਰ ਘੰਟੀਆਂ ਵੱਜਣ ਲੱਗ ਜਾਣ ਨਾ ਫਿਰ ਅਸੀਂ ਕਾਲਜ ਦੀਆਂ ਘੰਟੀਆਂ ਦੀ ਪਰਵਾਹ ਨਹੀਂ ਕਰਦੇ ਅਸੀਂ ਤਾਂ ਇਕੱਲੇ ਬੰਦੇ ਆ ਨਾ ਕੋਈ ਸਾਡਾ ਅੱਗੇ ਨਾ ਕੋਈ ਸਾਡਾ ਪਿੱਛੇ ਨਾ ਕੋਈ ਉੱਤੇ ਤੇ ਨਾ ਕੋਈ ਥੱਲੇ ਜਦੋਂ ਮਰਜ਼ੀ ਪੀਵਾਂਗੇ ਚਾਹੇ ਕਿਵੇਂ ਛੁੱਟੀ ਕਰ ਜਾਣ ਚੰਗਾ ਤੂੰ ਵਜਾ ਘੰਟੀਆਂ ਮੈਂ ਚੱਲਿਆ ਓ ਭਾਈ ਗੱਲ ਸੁਣ ਮੈਨੂੰ ਖੜਾ ਤੋਂ ਸਿੱਧਾ ਖੜਾ ਖੜਾ ਯਾਰ ਭੱਜਿਆ ਹੀ ਜਾਂਦਾ ਇਹ ਤੂੰ ਕਮਾਲ ਹੀ ਕਰੀ ਜਾਂਦਾ ਪਰ ਮੇਰੀ ਗੱਲ ਤੇ ਸੁਣ ਜੇ ਤੇਰਾ ਇਹੋ ਜਿਹਾ ਹਾਲ ਰਿਹਾ ਨਾ ਲਾਜ਼ਮੀ ਹੈ ਲਾਜ਼ਮੀ ਓ ਭਾਈ ਗੱਲ ਸੁਣ ਇਹ ਕਾਲਜ ਵਾਲਿਆਂ ਨੇ ਮੇਰੀ ਛੁੱਟੀ ਕਰਤੀ ਨਾ ਤਾਂ ਮੈਂ ਕਾਲਜ ਵਾਲਿਆਂ ਦੇ ਮੁਕਾਬਲੇ ਜਾਵਾਂਗਾ ਓਫੋ ਖਲੋਇਆ ਤਾਂ ਜਾਣ ਲਈ ਖੋ ਜਾਏਗਾ ਕਾਲਜ ਵਾਲਿਆਂ ਦੇ ਮੁਕਾਬਲੇ ਆਪਦਾ ਕਾਲਜ ਖੋਲੂਗਾ ਤੇ ਘੰਟੀ ਵਜਾਉਣ ਵਾਸਤੇ ਇੱਕ ਬਹੁਤ ਹੀ ਚਪੜਾਸੀ ਬਹੁਤ ਚੰਗਾ ਰੱਖੂਗਾ ਜਿਹੜਾ ਚੰਗੀ ਸ਼ਰਾਬ ਪੀਂਦਾ ਹੋਵੇ ਤੇ ਨਾਲੇ ਘੰਟੀ ਅੱਗੇ ਪਿੱਛੇ ਵਜਾਉਂਦਾ ਹੋਵੇ ਕਿਉਂਕਿ ਮੈਨੂੰ ਘੰਟੀਆਂ ਅੱਗੇ ਪਿੱਛੇ ਵਜਾਉਣ ਦੀ ਆਦਤ ਹੈ ਚੰਗਾ ਤੂੰ ਘੰਟੀਆਂ ਵਜਾਉਂਦਾ ਰਹਿ ਮੈਂ ਚੱਲਿਆ ਉਹਦੇ ਬਾਅਦ ਮੈਂ ਤੈਨੂੰ ਦੱਸ ਦਿਆ ਉਹ ਬਈ ਗੱਲ ਸੁਣ ਯਾਰ ਮੇਰੀ ਪੂਰੀ ਗੱਲ ਤਾਂ ਸੁਣ ਯਾਰ ਕਮਾਲ ਦਾ ਬੰਦਾ ਤੇ ਜਦੋਂ ਇਹ ਮੇਰੇ ਕੋਲੇ ਆਉਂਦਾ ਮੇਰੀ ਪੂਰੀ ਗੱਲ ਨਹੀਂ ਸੁਣਦਾ ਹੁਣ ਪੂਰੀ ਗੱਲ ਮੈਂ ਕਿਹਦੇ ਕੋਲੇ ਕਰਾਂ ਕਰਤਾਰੇ ਕੋਲੇ ਕਰਦਾ ਮੈਂ ਕਿਹਾ ਕਰਤਾਰੇ ਫਿਰ ਉੱਠ ਗਿਆ ਆਪ ਉਹ ਦੇਖ ਆ ਗਈ ਹੈ ਸੁਕੀ ਨੂੰ ਚੱਲ ਹੋ ਗਿਆ ਸ਼ੁਰੂ ਰੁਕ ਜਾਓ ਜਾਣੇ ਵਾਲੀ ਰੁਕ ਜਾ ਰੁਕ ਜਾਓ ਜਾਣੇ ਵਾਲੀ ਰੁਕ ਜਾ ਕਿਉਂ ਕਿਹੜੀ ਭੈਣ ਨੂੰ ਸੀਟੀ ਮਾਰੀ ਹਾਂ ਤੈਨੂੰ ਮਾਰੀ ਹੈ ਮੇਰੀ ਜਾਨ ਲੱਗਦਾ ਉਸ ਦਿਨ ਦਾ ਥੱਪੜ ਭੁੱਲ ਗਿਆ ਓਏ ਉਹ ਕਿਵੇਂ ਭੁੱਲ ਸਕਦਾ ਜਿਹੜੇ ਹੱਥ ਨਾਲ ਤੂੰ ਥੱਪੜ ਮਾਰਿਆ ਸੀ ਅੱਜ ਉਹ ਹੱਥ ਫੜਨਾ ਚਾਹੁੰਦਾ ਅੱਛਾ ਤੇਰੀ ਇਹ ਮਜ਼ਾਕ ਚੱਲ ਛੱਡ ਦੇ ਮੈਨੂੰ ਛੱਡ ਦੇ ਪੱਪੇ ਰੀਤੂ ਛੱਡ ਦੇ ਕੀ ਗੱਲ ਤੇਰੀ ਭੈਣ ਲੱਗਦੀ ਆ ਚੁੱਪ ਆਰਾਮ ਸਾਰਾ
ਤੇਰੀ ਤੋਂ। ਤੇਰੀਆਂ ਗੱਲਾਂ ਤੇ ਬੜੇ ਗੁਲਾਬ ਖਿਲਦੇ ਨੇ, ਕਿਤੇ ਕੈਰ ਰੈਂਟ ਨਹੀਂ ਹੋ ਗਿਆ? ਮੈਨੂੰ ਨਹੀਂ ਪਤਾ। ਹਾਂ ਪਤਾ ਨਹੀਂ। ਅੱਛਾ ਇਹ ਦੱਸ, ਤੇਰੇ ਦਿਲ ਵਿੱਚ ਕੁਝ ਕੁਝ ਹੁੰਦਾ? ਹਾਂ ਹਰ ਵੇਲੇ ਦਿਲ ਦੇ ਤਾਰ ਨਾਲ ਕੁਝ ਵੱਜਦਾ ਰਹਿੰਦਾ। ਰਾਤੀ ਨੀਂਦ ਨਹੀਂ ਆਉਂਦੀ? ਹਾਂ ਸਾਰੀ ਸਾਰੀ ਰਾਤ ਜਾਗਦੀ ਰਹਿੰਦੀ ਹਾਂ। ਤੇ ਦਿਨੇ ਸੁਪਨੇ ਵੀ ਆਉਂਦੇ ਨੇ? ਹਾਂ। ਬਸ ਫਿਰ ਪੱਕਾ ਤੈਨੂੰ ਕਿਸੇ ਨਾਲ ਪਿਆਰ ਹੋ ਗਿਆ? ਮੈਨੂੰ ਵੀ ਤਾਂ ਦੱਸ ਦਿਓ ਕੌਣ ਹੈ। ਦੱਸ ਦਿਓ। ਚੀਤਾ ਮੇਰੇ ਨਾਲ ਮੇਰੇ ਕਾਲਜ ਵਿੱਚ ਪੜ੍ਹਦਾ। ਹਾਂ ਬਈ, ਜੇ ਮੈਂ ਵੀ ਕਾਲਜ ਵਿੱਚ ਪੜ੍ਹਦੀ ਹੁੰਦੀ ਤਾਂ ਮੈਨੂੰ ਵੀ ਕੋਈ ਮਿਲ ਜਾਂਦਾ। ਪਿਆਰ ਕਰਨ ਵਾਸਤੇ ਕਾਲਜ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਫਿਰ ਫਿਰ ਕੀ? ਚੀਤਾ ਤਾਂ ਦੋਸਤ ਹੈ ਰਾਣਾ। ਤੂੰ ਉਹਦੇ ਤੇ ਆਪਣੇ ਨੈਣਾਂ ਦਾ ਜਾਦੂ ਕਰ ਦੇ ਤੇ ਬਣਾ ਲਿਆ ਆਪਣਾ ਉਹ ਰਾਣਾ ਤੇ ਤੂੰ ਰਾਣੀ, ਬਸ ਬਣ ਗਈ ਕਹਾਣੀ। ਓ ਕੀ ਬਾਈ ਖੁਸਰ ਮੁਸਰ ਕਰੀ ਜਾਂਦੇ ਹੋ, ਸਾਲਿਓ ਮਰ ਜਾਓ ਨੱਕ ਡਬੋ ਕੇ। ਉਦੋਂ ਬਾਈ ਤੂੰ ਚੰਗਾ ਭਲਾ ਹੋ ਕੇ ਕੁੱਟ ਖਾ ਕੇ ਬਹਿ ਗਿਆ। ਤੂੰ ਸਾਲਿਆ ਚਲੇ ਜਾ ਇੱਥੋਂ, ਦੂਜੀ ਪਾਰਟੀ ਦਾ ਬੰਦਾ ਹੋ ਕੇ ਸਾਡੇ ਨਾਲ ਗੱਲ ਨਾ ਕਰ। ਤੇ ਫਿਰ ਨਾ ਸੀ ਉਹ, ਮੈਂ ਤਾਂ ਤੇਰੇ ਵਰਗੇ ਜਵਾਨਾਂ ਦੀ ਬਾਈ ਕਦਰ ਕਰਦਾ। ਉਹਦੇ ਨਾਲ ਤਾਂ ਮੈਨੂੰ ਤੋਰੀ ਫੁਲਕਾ ਚਲਾਉਣ ਵਾਸਤੇ ਤੁਰਨਾ ਫਿਰਨਾ ਪੈਂਦਾ। ਮੈਂ ਤਾਂ ਕਹਿੰਦਾ ਚੰਗਾ ਜਵਾਨ ਹੈ, ਲੈ ਲਾ ਬਦਲਾ। ਮੈਂ ਤਾਂ ਅੱਗੇ ਅੱਗ ਵਾਂਗੂ ਚਲੀ ਜਾ ਰਿਹਾ। ਤੇ ਫਿਰ ਖਵਾ ਦੇ ਸ਼ਕੀਨਾਂ ਦੇ ਗੇੜੇ ਜਿਹੜੀ ਉਹਨੂੰ ਰਾਤ ਨੂੰ ਨੀਂਦ ਨਾ ਆਵੇ ਤੇ ਤੇਰੇ ਸੁਪਨੇ ਲਵੇ ਤੇ ਸੋਚੇ ਮੈਂ ਕਿਹੋ ਜਿਹੇ ਜਵਾਨ ਨੂੰ ਹੱਥੋਂ ਗਵਾਈ ਜਾਨੀ ਹੈ। ਵੈਸੇ ਮੈਨੂੰ ਰਾਤ ਨੂੰ ਸੁਪਨਾ ਵੀ ਆਇਆ ਸੀ ਜਿਵੇਂ ਤੇਰੇ ਗੱਲ 'ਚ ਹਾਰ ਪਾਈ ਜਾਂਦੀ ਹੋਵੇ ਯਾਰ। ਓਏ ਹਾਰ ਤਾਂ ਹੁਣ ਸਾਡੇ ਗੱਲ 'ਚ ਪਾਉਗੀ, ਆਓ ਚਲੀਏ। ਚਲੋ ਚਲੀਏ। ਕਿਹਨੂੰ ਮਾੜਾ ਜਿਹਾ ਚੱਕ ਦਿਓ, ਉਹੀ ਗੱਲ 'ਚ ਹਾਰ ਪਾਉਣ ਨੂੰ ਤਿਆਰ ਹੋ ਜਾਂਦਾ। ਉਹ ਜੀ ਦਾ ਸਾਡਾ ਵੀ ਕਰਦਾ ਪਰ ਸਾਡੇ ਕਮਾਲ ਹੋ ਗਿਆ ਕਹਿੰਦੇ ਕਿ ਆਇਆ ਹੀ ਨਹੀਂ। ਓ ਰਾਣਿਆ ਕਿੱਥੇ ਆ ਤੇਰਾ ਜੋਟੀਦਾਰ, ਅੱਜ ਕੱਲਾ ਹੀ ਖੜਾ ਹੈ, ਕਿਤੇ ਤੂੰ ਤਾਂ ਕਿਸੇ ਦੀ ਤਾਰ 'ਚ ਨਹੀਂ ਖੜਾ। ਨਹੀਂ ਯਾਰ ਮੈਂ ਜੀਤ ਦੀ ਉਡੀਕ ਕਰਦਾ, ਪਤਾ ਨਹੀਂ ਕਿੱਥੋਂ ਰਹਿ ਗਿਆ ਸਾਂ। ਓਏ ਕਿੱਥੇ ਕੀ ਰਹਿ ਗਿਆ, ਉਹ ਤਾਂ ਤੁਹਾਡੇ ਪਿੰਡ ਦੀ ਸ਼ਕੀਨਨ ਨਾਲ ਗਿੱਟ ਮਿੱਟ ਕਰੀ ਫਿਰਦਾ। ਮੈਂ ਦੱਸਾਂ ਪਹਿਲੇ ਪ੍ਰੀਤ, ਤੇਰੇ ਗੋਰੇ ਹੱਥਾਂ ਦੇ ਸੁਹਾਪਨ ਵਾਸਤੇ ਮਿੱਤਰਾਂ ਵੱਲੋਂ ਪਿਆਰ ਦੀ ਪਵਿੱਤਰ ਨਿਸ਼ਾਨੀ ਲੈ ਆਪੇ ਪਾ ਦੇ। ਪੜਿਆ ਉਂਗਲੀ ਫੜਨ ਤੋਂ ਡਰਦਾ ਤੂੰ? ਮੈਂ ਤਾਂ ਇਹ ਹੱਥ ਤੇਰੇ ਹੱਥ ਤੇ ਨੂੰ ਫਿਰਦੀ ਆ। ਤਾਂ ਫਿਰ ਲਿਆ ਹੱਥ, ਲੱਗਦਾ ਚੀਚੀ ਚ ਆ ਜਾਊਗੀ। ਕੁਛ ਨਹੀਂ ਹੁੰਦਾ, ਨਹੀਂ ਦੁੱਖਦਾ। ਨਾ ਨਾ ਨਹੀਂ ਪੀੜੀ, ਛੱਡ ਦੇਣਾ।
ਸੰਗਦਾ ਤੂੰ ਖੁੱਲ ਕੇ ਸੀ ਗਈ ਨਾ ਬੁਲਾਈ ਛੇਤੀ ਵਿੱਚ ਲੈ ਕੇ ਵਿੱਚ ਜਿਹੜੀ ਮੁੰਗਰੀ ਮੈਂ ਉਹਦੀ ਕਰ ਲਵਾਂ ਮੁੜਾਈ ਅੱਜ ਪਿੱਛੇ ਸੋਹਣਿਆ ਮੇਰਾ ਹੀ ਗੂੰਜਾ ਲੱਖ ਦੀ ਵੀ ਹੋਵੇ ਚਾਹੇ ਕੱਖ ਦੀ ਵੀ ਹੋਵੇ ਇਹਦੇ ਕੋਈ ਤੁਲਨਾ ਲੱਖ ਦੀ ਵੀ ਹੋਵੇ ਚਾਹੇ ਕੱਖ ਦੀ ਵੀ ਹੋਵੇ ਇਹਦੇ ਕੋਈ ਤੁਲਨਾ ਹੱਸ ਪਾਣ ਮੋੜਨੇ ਦੀ ਗੱਲ ਸੀ ਮੈਂ ਕੀਤੀ ਤੂੰ ਹੱਸ ਪਾਣ ਮੋੜਨੇ ਦੀ ਗੱਲ ਸੀ ਮੈਂ ਕੀਤੀ ਰੱਖ ਕੁੜੀ ਤੁੱਚੀ ਚਿੱਚ ਫਸਾਈ ਛੇਤੀ ਵਿੱਚ ਲੈ ਕੇ ਦਿੱਤੀ ਜਿਹੜੀ ਮੁੰਦਰੀ ਮੈਂ ਉਹਦੀ ਕਰ ਲੈ ਮੋੜ ਮੁੜਾਈ ਰਾਣੀ ਆਪਣੀ ਸਿਆਣੀ ਹੋ ਗਈ ਹੈ ਸਾਰਾ ਕੰਮ ਕਰਨ ਲੱਗ ਪਈ ਹੈ ਬਈ ਤੀਆਂ ਦਾ ਤੇ ਮਾਵਾਂ ਨੂੰ ਸੁੱਖ ਹੁੰਦਾ ਹੈ ਮੁੰਦਰਾ
ਤੈਨੂੰ ਤਾਂ ਹੁਣ ਘਰ ਦੇ ਕੰਮ ਕਾਜ ਦੀ ਕੋਈ ਚਿੰਤਾ ਨਹੀਂ ਹੋਣੀ। ਮੈਨੂੰ ਘਰ ਦੇ ਕੰਮ ਦੀ ਕੋਈ ਚਿੰਤਾ ਨਹੀਂ, ਮੈਨੂੰ ਤਾਂ ਰਾਣੀ ਦਾ ਫਿਕਰ ਹੈ। ਧੀ ਵਿਆਹ ਜੋਗੀ ਹੋ ਗਈ ਹੈ, ਤੁਹਾਨੂੰ ਹੈ ਕੋਈ ਖ਼ਬਰ? ਹਾਂ ਹਾਂ, ਮੈਨੂੰ ਤਾਂ ਖ਼ਬਰ ਹੀ ਕੋਈ ਨਹੀਂ, ਸਾਰੀਆਂ ਖ਼ਬਰਾਂ ਤੈਨੂੰ ਹੁੰਦੀਆਂ ਨੇ। ਉਹ ਕਮਲੀਏ, ਮੈਂ ਤੇ ਨਿਹਾਲੇ ਨਾਲ ਗੱਲ ਵੀ ਕਰ ਬੈਠਾ, ਉਹਨੇ ਇੱਕ ਮੁੰਡੇ ਦੀ ਦੱਸ ਪਾਈ, ਉਹ ਇੱਕ ਦੋ ਦਿਨ ਚ ਆ ਕੇ ਸੁਨੇਹਾ ਦੇਣ ਵਾਲਾ ਹੈ। ਹਾਂ ਬਾਪੂ, ਮੈਂ ਗੱਲ ਨੂੰ ਪਾਣੀ ਪਿਆਵਾਂ। ਓਏ ਆਪਣ ਨੂੰ ਮੁੰਡੇ ਦੇ ਜਾ, ਕਮਲੀ ਨਾ ਹੋਏ ਤੇ। ਦੇਖੇ ਵਿਆਹ ਦੀ ਗੱਲ ਸੁਣ ਕੇ ਸ਼ਰਮਾ ਗਈ ਹੈ। ਆਹੋ, ਪਰ ਤੁਸੀਂ ਵੀ ਤੁਹਾਨੂੰ ਸ਼ਰਮਾ ਸ਼ਰਮਾ ਕੇ ਨਾ ਖਾਓ ਨਾ, ਰੋਟੀ ਠੰਡੀ ਪਈ ਹੁੰਦੀ ਹੈ, ਖਾਓ। ਹੋਰ ਜੋਰੇ ਨੂੰ ਕੱਟਾ ਉਡੀਕੇਗੀ, ਸਵੇਰ ਦੀ ਭੁੱਖੀ ਪਾਣੀ ਬੈਠੀ ਉਹਨੂੰ ਰੱਖੜੀ ਬੰਨਣ ਵਾਸਤੇ। ਪੁੱਤਰ ਕੁਝ ਖਾ ਪੀ ਲੈ। ਨਹੀਂ ਡੈਡੀ, ਜਦ ਤੱਕ ਮੈਂ ਜੋਰੇ ਵੀਰ ਨੂੰ ਰੱਖੜੀ ਨਹੀਂ ਬੰਨ ਦਿੰਦੀ, ਮੈਂ ਮੂੰਹ ਜੂਠਾ ਨਹੀਂ ਕਰਨਾ। ਸਾਲ ਚ ਇਹੋ ਤਾਂ ਇੱਕ ਦਿਨ ਆਉਂਦਾ ਭੈਣ ਭਰਾ ਦੇ ਪਿਆਰ ਦਾ। ਰੱਖੜੀ ਬੰਨ, ਵੱਡਾ ਆਇਆ ਰੱਖੜੀ ਬਣਾਉਣ ਵਾਲਾ। ਉਹ ਜੇ ਤੈਨੂੰ ਪਤਾ ਸੀ ਰੱਖੜੀ ਹੈ ਤੇ ਜ਼ਰਾ ਸੁੱਖ ਤੇ ਆ ਜਾਣਾ ਸੀ। ਬਾਪੂ, ਉਹ ਆੜਤੀ ਤੋਂ ਪੈਸੇ ਲੈਣੇ ਸੀ ਨਾ, ਉੱਥੇ ਦੇਰ ਹੋ ਗਈ ਤੇ ਨਾਲੇ ਹੁਣ ਕਿਹੜਾ ਸਾਰਾ ਦਿਨ ਲੰਘ ਗਿਆ। ਇਹ ਹੁੰਦਾ ਪੜ੍ਹੇ ਲਿਖੇ ਤੇ ਅਨਪੜ੍ਹ ਚ ਫਰਕ, ਜੇ ਤੂੰ ਵੀ ਅਰਧਾ ਜਮਾਤੋਂ ਪੜ੍ਹ ਜਾਂਦੋ ਤੇ ਤੇਰਾ ਵੀ ਸੋਚਣ ਦਾ ਗੇੜ ਤਾਂ ਸਿੱਧਾ ਹੋ ਜਾਂਦਾ। ਬਾਪੂ ਕਿਉਂ ਘਬਰਾਈ ਜਾਂਦਾ, ਮੇਰੇ ਵੰਡੇ ਦੀ ਮੇਰੀ ਭੈਣ ਇੱਥੋਂ ਵੇਖਾ ਪੜੀ ਜਾਂਦੀ ਹੈ, ਜੇ ਸਾਰਾ ਟੱਬਰ ਪੜ੍ਹਨੇ ਪੈ ਜਾਏ ਤਾਂ ਘਰ ਦਾ ਕਾਰੋਬਾਰ ਕਿਹੜਾ ਸੰਭਾਲੂ। ਆਹੋ, ਹੁਣ ਤੇਰੇ ਨਾਲ ਮੈਂ ਕਿਹੜਾ ਕੌਣ ਬੈਠ ਕਰੇ। ਡੈਡੀ, ਅੱਜ ਦੇ ਦਿਨ ਤੇ ਮੇਰੇ ਵੀਰ ਨੂੰ ਕੁਛ ਨਾ ਕਹੋ। ਉਹ ਭੈਣ ਛੱਡ ਤੂੰ ਪਰਾਂ, ਲੈ ਬੰਨ ਰੱਖੜੀ, ਬਾਪੂ ਨੇ ਤਾਂ ਇੱਦਾਂ ਕਰਦੇ ਰਹਿਣਾ। ਭੈਣ ਭਰਾ ਚ ਭੈਣੇ, ਤੇਰੇ ਵਾਸਤੇ ਮੈਂ ਸ਼ਹਿਰੋਂ ਇੱਕ ਵਧੀਆ ਰੇਸ਼ਮੀ ਸੂਟ ਲੈ ਕੇ ਆਇਆ। ਮੈਂ ਤਾਂ ਰੱਬ ਅੱਗੇ ਇਹੀ ਪ੍ਰਾਰਥਨਾ ਕਰਦਾ ਰਹਿੰਦਾ ਕਿ ਇਹਨਾਂ ਦੋਵਾਂ ਭੈਣ ਭਰਾ ਦੀ ਜੋੜੀ ਹਮੇਸ਼ਾ ਬਣੀ। ਕੁੜੀ ਦੀ ਕਿਸਮਤ ਬੜੀ ਚੰਗੀ ਹੈ ਬਹਾਦਰਾ, ਮੁੰਡਾ ਪੜ੍ਹਿਆ ਲਿਖਿਆ ਹੈ, ਵੱਡਾ ਖਾਨਦਾਨ ਹੈ, ਵਾਵਾ ਜ਼ਮੀਨ ਤੇ ਜਾਇਦਾਦ ਹੈ, ਵੇਖ ਲੈ ਮੱਥਾ ਲਾ ਸਕਣਾ। ਲਿਆ, ਤੂੰ ਸਾਡੇ ਹਾਲਾਤ ਜਾਣਨਾ, ਮੁੰਡੇ ਵਾਲੇ ਸਾਡੀ ਬਰਾਬਰੀ ਦੇ ਚਾਹੀਦੇ ਨੇ। ਅੱਜ ਕੱਲ ਚੰਗੇ ਮੁੰਡੇ ਕਿੱਥੇ ਮਿਲਦੇ ਨੇ ਜੀ, ਫਿਰ ਸਾਡੀਆਂ ਕਿਹੜੀਆਂ ਦੋ ਚਾਰ ਧੀਆਂ ਨੇ, ਇੱਕੋ ਇੱਕ ਤਾਂ ਧੀ ਹੈ ਆਪਣੀ। ਮੈਂ ਤਾਂ ਕਹਿੰਦੀ ਹਾਂ ਹਾਂ ਕਰ ਦਿਓ। ਓਏ ਸੁੰਦਰਾ, ਐਵੇਂ ਹਾਂ ਨਾ ਕਰਵਾਈ ਜਾ, ਅੱਜ ਕੱਲ ਮੁੰਡੇ ਵਾਲੇ ਨੇ ਮੂੰਹ ਬੜੇ ਖੁੱਲੇ ਹੋਏ ਨੇ। ਕੋਈ ਗੱਲ ਨੀ ਜੀ, ਔਖੇ ਸੌਖੇ ਹੋ ਕੇ ਸਭ ਕੁਝ ਕਰ ਲਾਂਗੇ। ਨਿਹਾਲਿਆ, ਹਾਂ ਜੀ, ਤੂੰ ਗੱਲ ਪੱਕੀ ਕਰ ਦੇ ਜਿਵੇਂ ਤੁਸੀਂ ਕਹੋ ਜੀ। ਰਾਮਾ, ਅੱਜ ਕੱਲ ਮੇਰੇ ਤੇ ਉੱਪਰ ਵਾਲੇ ਦੀ ਦਇਆ ਕੁਝ ਘੱਟ ਹੀ ਹੈ। ਖੈਰ, ਤੂੰ ਸੁਣਾ, ਤੂੰ ਕਿਵੇਂ ਆਇਆ? ਉਹ ਆਇਆ ਸੀ ਤੇਰੇ ਪਿੰਡ, ਸੋਚਿਆ ਯਾਰ ਨੂੰ ਮਿਲ ਚੱਲਾਂ। ਉਹ ਬਾਈ ਬਹੁਤ ਚੰਗਾ ਕੀਤਾ। ਸੁਣਾ ਫਿਰ, ਕਾਰੋਬਾਰ ਦਾ ਕੀ ਹਾਲ ਹੈ ਸੁੱਖ ਨਾਲ ਮਾਇਆ ਦਾ ਸਾ? ਓਏ, ਅੱਜ ਕੱਲ ਤਾਂ ਅਸੀਂ ਨਾਰੇ ਮਾਇਆ ਦਾਸ ਰਹਿ ਗਏ ਆ, ਮਾਇਆ ਤਾਂ ਬਸ ਜਾਂਦੀ ਨਜ਼ਰ ਆਉਂਦੀ ਹੈ। ਉਹ ਕਿਵੇਂ? ਉਹ ਕੋਈ ਸੂਤ ਤੇ ਪੈਸੇ ਲੈਣੇ ਨਹੀਂ ਆਉਂਦਾ। ਪਰ ਤੂੰ ਨਿਰਾ ਮੂਰਖ ਹੀ ਹੈ, ਤੈਨੂੰ ਪਤਾ ਨਹੀਂ ਪਿੰਡ 'ਚ ਸਰਕਾਰ ਨੇ ਬੈਂਕਾਂ ਖੋਲ ਦਿੱਤੀਆਂ, ਥੋੜੇ ਜਿਹੇ ਕਰਜ਼ੇ ਉੱਤੇ ਸਰਕਾਰ ਤੋਂ ਲੋਕਾਂ ਨੂੰ, ਲੋੜਵੰਦਾਂ ਨੂੰ ਪੈਸੇ ਮਿਲ ਜਾਂਦੇ ਨੇ, ਉਹਨਾਂ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਨੇ। ਕੋਈ ਮੂਰਖ ਤੇਰੇ ਕੋਲ ਕਰਜ਼ਾ ਲੈਣ ਕਿਉਂ ਆਊ? ਗੱਲ ਤਾਂ ਤੇਰੀ ਠੀਕ ਹੈ। ਤਾਂ ਫਿਰ ਮੇਰੀ ਗੱਲ ਮੰਨ, ਇਸ ਸੂਦ ਦਾ ਕਾਰੋਬਾਰ ਛੱਡ ਕੇ ਕੋਈ ਹੋਰ ਧੰਦਾ ਸ਼ੁਰੂ ਕਰ। ਤੂੰ ਬਿਲਕੁਲ ਠੀਕ ਕਹਿੰਦਾ, ਮੈਂ ਕਰਨਾ ਜੋਰੇ ਨਾਲ ਗੱਲ। ਅੱਜ ਕੱਲ ਜੋਰੇ ਦਾ ਗੇੜ ਕੋਈ ਵਾਹ ਆਈ ਹੈ ਬਾਪੂ। ਇਹ ਮੈਨੂੰ ਤੇਰੇ ਗੇੜ ਦੀ ਕੋਈ ਸਮਝ ਨਹੀਂ ਲੱਗਦੀ। ਓਏ ਜੋਰਿਆ, ਕੈਮ ਆ। ਓ ਬਾਪੂ, ਤੂੰ ਫਿਕਰ ਕਿਉਂ ਕਰਦਾ ਹੈ, ਗੱਲਾਂ ਕਿਹੜੀਆਂ ਕਰਦਾ ਤੂੰ, ਮੈਨੂੰ ਸਮਝ ਨਹੀਂ ਲੱਗਦੀ। ਤੇ ਫਿਰ ਮੇਰਾ ਜਿਹੜਾ ਗੇੜ ਹੈ ਨਾ, ਉਹਨੂੰ ਧਿਆਨ ਨਾਲ ਸੁਣ ਲੈ। ਆ ਸਾਰੀ ਜਾਇਦਾਦ ਵੇਖ ਰਿਹਾ ਨਾ, ਮੈਂ ਕੌਡੀ ਕੌਡੀ ਕਰਕੇ ਆ ਗੱਲਾਂ ਭਰਿਆ, ਤੇ ਤੂੰ? ਓ ਬਾਪੂ,
तू गले नूं रोना जोरे ने जेड़ा कम शुरू किया है ना तुड़िया कोठे भर दूं ओए बल्ले ओ पुत जोरिया ए गल है ना तो फिर इसे गेड़ च रख मैं क्या बाईस न्या कर रहे हैं आजा आजा लंगिया शादी पैरी पहनना जिंदा रहो पुत्र जिंदा रहो ओ वजीरिया बड़े मौके ते आया मला अच्छा बापू नु दस दे के जोरे ने केड़ा कारोबार शुरू किया है अच्छा अच्छा ओ कारोबार हुने दस देना शाह जी जेड़ा कारोबार जोरे बाई ने शुरू किया है ना उस कारोबार दे विच पंजे उंगला क्यों ते सिरकड़ा ही विच बाकी रही लक्ष्मी दी गल लक्ष्मी छन छन कर दी आओगी जे गल है ते भावे सारी माया ला दियो पर काका पुलिस दे गेड़ तो जरा बच के ओ बापू पुलिस ਪੁਲਿਸ ਨੂੰ ਤਾਂ ਮੈਂ ਦਿਨੇ ਲੁਕਣ ਮੀਟੀ ਖੜਾ ਦਿੰਦਾ ਜੇ ਗੱਲ ਹੈ ਤੇ ਪੁਲਿਸ ਨੂੰ ਵੀ ਇਸੇ ਗੇੜ ਚ ਰੱਖ ਆਹੋ ਜੀਤਿਆ ਉਹ ਕੋ ਗਿਆ ਤੂੰ ਫਿਰ ਤੇਰੀ ਤੇ ਉਹ ਭਾਈ ਸਾਹਿਬ ਕੈਚੀ ਥੈਲੇ ਕਿੱਥੇ ਅਸਲ ਵਿੱਚ ਨਾ ਕਾਲਜ ਪੱਕੀ ਤਰ੍ਹਾਂ ਛੁੱਟੀਆਂ ਹੋ ਗਈਆਂ ਮੈਂ ਤਾਂ ਆ ਗਿਆ ਪਰ ਕਾਲਜ ਛੁੱਟੀਆਂ ਹੋ ਗਈ ਕਿ ਤੇਰੀ ਛੁੱਟੀ ਹੋ ਗਈ ਛੁੱਟੀ ਤਾਂ ਭਾਵਾਂ ਮੇਰੀ ਹੋ ਗਈ ਬਹੁਤ ਅੱਛਾ ਹੋਇਆ ਤੂੰ ਇਹ ਸਮਝ ਵੀ ਕਾਲਜ ਦੀ ਛੁੱਟੀ ਹੋ ਗਈ ਦੋ ਤਿੰਨ ਮਹੀਨਿਆਂ ਨੂੰ ਕਾਲਜ ਬੰਦ ਲਈ ਬੰਦ ਓਏ ਜਿਹੜੇ ਕਾਲਜ ਘੰਟੀਆਂ ਬਜਾਉਣ ਵਾਲਾ ਨਾ ਹੋਇਆ ਉਹ ਕਾਲਜ ਤਾਂ ਆਪੇ ਹੀ ਬੰਦ ਹੋਊਗਾ ਹਾਂ ਜੀ ਬੰਦ ਹਾਂ ਹੁਣ ਕਿਵੇਂ ਕੀ ਕਰਦੇ ਹੋ ਹੁਣ ਤਾਂ ਫਿਰ ਤੂੰ ਮੈਨੂੰ ਕਿਹਾ ਸੀ ਨਾ ਵੀ ਜਦੋਂ ਲੋੜ ਪਵੇ ਨਾ ਉਦੋਂ ਆ ਜੀ ਮੈਂ ਕਿਹਾ ਸੀ ਹਾਂ ਭਈਆ ਮੈਂ ਤੈਨੂੰ ਨਹੀਂ ਸੱਦਿਆ ਸੀ ਤੂੰ ਆਪਣੇ ਘਰੇ ਹੁਣ ਤੈਨੂੰ ਲੋੜ ਪੈਗੀ ਨਾ ਮੈਂ ਤਾਂ ਆਇਆ ਮੈਨੂੰ ਕੋਈ ਲੋੜ ਨਹੀਂ ਤੁਹਾਡੀ ਤੁਸੀਂ ਆਪਣੇ ਘਰ ਜਾਓ ਉਹ ਤਾਂ ਮੈਨੂੰ ਪਤਾ ਹੈ ਤੇਰਾ ਬਾਪੂ ਮੈਨੂੰ ਬਹੁਤ ਯਾਦ ਕਰਦਾ ਸੀ ਕਹਿੰਦਾ ਪੁੱਤ ਮੇਰਾ ਪੁੱਤ ਬੜਾ ਯਾਦ ਕਰਦਾ ਹੈ ਤੂੰ ਆ ਜੀ ਮੈਂ ਕਿਹਾ ਬਾਪੂ ਮੈਂ ਆ ਜੂ ਮੇਰਾ ਬਾਪੂ ਤੈਨੂੰ ਨਹੀਂ ਮੇਰਾ ਬਾਪੂ ਆਪਣੇ ਪੁੱਤ ਨੂੰ ਯਾਦ ਕਰਦਾ ਸੀ ਤੁਸੀਂ ਆਪਣੇ ਘਰ ਜਾਓ ਤੇ ਨਾਲੇ ਜਦੋਂ ਤੂੰ ਕਾਲ ਚੋ ਗਿਆ ਨਾ ਮੇਰਾ ਜੀ ਨਹੀਂ ਲੱਗਦਾ ਆਪਣੇ ਮਾਰੇ ਯਾਰ ਮੈਂ ਔਖਾ ਵਾਲਾ ਹੋ ਗਿਆ ਤੇ ਬਾਪੂ ਦਾ ਕੀ ਹਾਲ ਆ ਮੇਰੀ ਗੱਲ ਤਾਂ ਸੁਣ ਯਾਦ ਕਰਦਾ ਹੁੰਦਾ ਮੱਕੀ ਵਾਲੇ ਗੱਲ ਯਾਰ ਨਹੀਂ ਕਰਦਾ ਸੁਣ ਸੁਣੋ ਕੋਈ ਸਾਡੇ ਬਾਰੇ ਵੀ ਸੋਚ ਲਓ ਜੋਰਾ ਇਹਨਾਂ ਬੁਰਾ ਤਾਂ ਨਹੀਂ ਜੋਰੇ ਨਾਲ ਗੱਲ ਨਹੀਂ ਕਰਦੀ ਜੋਰਿਆ ਮੇਰੀ ਰਾਹ ਛੱਡ ਦੇ ਤੂੰ ਪ੍ਰੀਤੀ ਦਾ ਭਰਾ ਆਏਗਾ ਤੇ ਪ੍ਰੀਤੀ ਮੇਰੀ ਸਹੇਲੀ ਮੈਂ ਤੇਰੀ ਸ਼ਿਕਾਇਤ ਲਾਵਾਂਗੀ ਉਹਦੇ ਅੱਗੇ ਹੇ ਕਮਲੀ ਇਹ ਉਮਰ ਸ਼ਿਕਾਇਤਾਂ ਦਾ ਹੁੰਦੀ ਹੈ ਇਹ ਉਮਰ ਤਾਂ ਮੌਜਾਂ ਮਾਣਨ ਦੀ ਹੈ ਨਾਲੇ ਇੱਥੇ ਕਿਹੜਾ ਕੋਈ ਦੇਖਦਾ ਚੱਲ ਮੌਜਾਂ ਕਰੀਏ ਹਾਏ ਰਾਣੀ ਤੇਰਾ ਤਾਂ ਨਾਂ ਹੀ ਬੜਾ ਵਧੀਆ ਹੈ ਜੋਰਿਆ ਪਿੰਡ ਦੀ ਕੁੜੀ ਨੂੰ ਛੇੜਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ ਲੜਦਾ ਤੇਰੀ ਜਵਾਨੀ ਤੇ ਡੁੱਬ ਕੇ ਮਰ ਗਏ ਰਾਣਿਆ ਆ ਪਾ ਕੇ ਘੁੱਟੂ ਜੀ ਪੈਂਟ ਜੋਰੇ ਨੂੰ ਮੱਥਾ ਦੇਣਾ ਅੱਜ ਤਾਂ ਮੈਂ ਦਿਨਾ ਤੈਨੂੰ ਛੱਡ ਜੇ ਮੁੜ ਕੇ ਕਦੇ ਮੇਰੇ ਨਾਲ ਪੰਗਾ ਲਿਆ ਨਾ ਦਾਤਣ ਮੈਂ ਕੋਈ ਚੱਥਿਆ ਸਿਰ ਦੂਬਰ ਵੀਰਾ ਰਾਣੀ ਮੇਰੀ ਸਹੇਲੀ ਆ ਜਿਵੇਂ ਮੈਂ ਤੇਰੀ ਭੈਣ ਹਾਂ ਮੈਂ ਉਹ ਤੇਰੀ ਭੈਣ ਆ ਬੁਲਾ ਲਿਆ ਤੇ ਜੇ ਕੱਲ ਤੇਰੀ ਭੈਣ ਨੂੰ ਕੋਈ ਬੁਲਾ ਲੇ ਫੇਰ ਦਿੱਤਾ ਦੇਖਿਆ ਬੜੀ ਗਰਮੀ ਆਈ ਚੋਰੇ ਤੂੰ ਆਪਦੇ ਕਾਰਨਾਂ ਤੋਂ ਬਾਹਰ ਆ ਜਾ ਜੋ ਤੂੰ ਅੱਜ ਬੀਜ ਰਿਹਾ ਨਾ ਕੱਲ ਇਹ ਤੈਨੂੰ ਵੱਢਣਾ ਪਏਗਾ ਇਹ ਮੇਰੀ ਗੱਲ ਯਾਦ ਰੱਖੀ ਵੱਡੀ ਆਈ ਆ ਮੈਨੂੰ ਸਮਝਾਉਣ ਚਾਰ ਜਮਾਤਾਂ ਕੀ ਪੜ੍ਹ ਗਈ ਚੋਰੇ ਨੂੰ ਮੱਥਾ ਦੇਂਦੀ ਆ ਟਿਪ ਲਿਪ ਲੈ ਜੀ ਤਾਂ ਲਿਖਵਾ ਮੈਂ ਕਿਹਾ ਇਹ ਪਟੋਲਾ ਕੌਣ ਹੈ ਯਾਰ ਇਹ ਵਲੈਤੀ ਰਾਮ ਹਕੀਮ ਦੀ ਭੈਣ ਆ ਮੈਂ ਕਿਹੜਾ ਪਹੁੰਚੀ ਬਣਾਉਣੀ ਹੈ ਭਾਵਾਂ ਭੈਣ ਹੋਵੇ ਭਾਵਾਂ ਧੀ ਹੋਵੇ ਇਹ ਕੁਆਰੀ ਹੈ ਕਿ ਵਿਆਹੀ ਆ ਕੁਆਰੀ ਹੈ ਅੱਛਾ ਕਿੱਥੇ ਰਹਿੰਦੀ ਹੈ
ਉਹ ਸਾਹਮਣੇ ਗਲੀ ਇੱਧਰ ਮੁੜ ਕੇ। ਅੱਛਾ ਠੀਕ ਹੈ, ਚੰਗਾ ਭਰਾਵਾ ਤੂੰ ਆਪਣਾ ਬਣਾ। ਵਾਹ ਤੇਰੇ ਕੋ ਗਿਆ, ਪਰ ਤੈਨੂੰ ਸ਼ਹਿਰ ਦਾ ਕਿਸੇ ਨੇ ਪੁੱਛਿਆ ਨੀ ਤੇ ਪਿੰਡੇ ਤੇਰੀ ਆਉਣ ਸਾਰੀ ਗੱਲ ਬਣ ਗਈ। ਗੱਲ ਕਰਕੇ ਦੇਖਦੇ ਆ, ਕੁੜੀ ਵੀ ਠੀਕ ਹੀ ਲੱਗਦੀ ਹੈ। ਭਾਈ ਮਰ ਗਿਆ, ਵੈ ਜੀ ਮਰ ਗਿਆ, ਵੈ ਜੀ ਮਰ ਗਿਆ, ਤੇਰਾ ਬੇੜਾ ਗਰਕ, ਵੈ ਜੀ ਮਰ ਗਿਆ, ਵੈ ਜੀ ਮਰ ਗਿਆ, ਮਰਨ ਤੇਰੇ ਅਗਲੇ ਪਿਛਲੇ। ਨਹੀਂ ਵੈ ਜੀ, ਮੇਰੇ ਟਿੜੇ ਚ ਦਰਦ ਹੈ, ਮੇਰਾ ਮਤਲਬ ਹੈ ਟਿੜੇ ਚ ਦਰਦ ਹੈ, ਪੀੜ ਹੁੰਦੀ ਹੈ। ਉਹ ਤੇਰੇ ਟਿੜ ਚ ਪੀੜ ਨਹੀਂ ਹੈਗੀ, ਤੇਰੇ ਦਿਲ ਚ ਪੀੜ ਹੈ। ਕੋਈ ਤਾਜ਼ੀ ਤਾਜ਼ੀ ਸੱਟ ਲੱਗੀ ਲੱਗਦੀ ਹੈ। ਤਾਜ਼ੀ ਤਾਜ਼ੀ ਕੀ ਪੂਰੇ ਵੈ ਜੀ, ਕਰਾਰੀ ਕਰਾਰੀ ਬੱਜੀ ਹੈ, ਇਹਦਾ ਕੋਈ ਇਲਾਜ ਦੱਸੋ ਤੇ ਮੈਨੂੰ ਪੂੜੀ ਦਿਓ ਵੈ ਜੀ। ਪੂੜੀ? ਉਹ ਇਹਦਾ ਇਲਾਜ ਪੂੜੀ ਨਹੀਂ ਹੈਗਾ। ਅੱਛਾ ਪੂਰੇ ਆ? ਹਾਂਜੀ ਕੁੜੀ ਹੈ, ਕੁੜੀ ਕੁੜੀ ਹੈ। ਆਹੋ ਇਹ ਇਲਾਜ ਵੀ ਤੁਸੀਂ ਕਰੋਗੇ ਜੀ? ਓਏ ਪਰ ਮੈਂ ਬੋਤਲਾਂ ਚ ਕੁੜੀਆਂ ਬੰਦ ਕੀਤੀਆਂ ਸਾਲਿਆ। ਮੇਰਾ ਮਤਲਬ ਹੈ ਜੀ, ਮੈਨੂੰ ਜਾਲੇ ਘਬਰਾਹਟ ਬਹੁਤ ਹੈ ਜੀ। ਹਾਂਜੀ ਤੇ ਆਹ ਗੱਲ ਕਰਨਾ ਬਈ ਘਬਰਾਹਟ? ਹਾਂਜੀ ਇਹਦੀ ਕੁੜੀ ਲੈ ਲੈ, ਮੈਂ ਤੇ ਹਕੀਮ ਆ ਕਿਤੇ ਮੰਨਿਆ ਖਾਨਦਾਨੀ ਕੇ। ਆ ਲੈ ਫੜ ਖਾ ਪੁੜੀ। ਅੱਛਾ ਜੀ ਇਹ ਪੁੜੀ ਏ ਦਿਲ ਘਬਰਾਉਂਦੀ। ਅੱਛਾ ਜੀ ਤੇ ਆ ਲੈ ਗਲਾਸ। ਅੱਛਾ ਜੀ ਅੰਦਰੋਂ ਨਲਕੇ ਤੋਂ ਪਾਣੀ ਲੈ ਕੇ ਨਾ ਤੇ ਪੁੜੀ ਖਾ ਲੈ, ਠੰਡ ਪੈ ਜਾਊਗੀ। ਹਾਂ ਮੈਂ ਮਰੀਜ਼ ਹੈ ਤੇ ਨਲਕੇ ਤੋਂ ਪੁੜੀ ਲੈਣਾ ਹੈ। ਪੁੜੀ ਲੈਣਾ ਹੈ ਕਿ ਪਾਣੀ ਲੈਣਾ ਹੈ? ਸੱਚਾ ਪਾਣੀ ਲੈਣਾ ਹੈ। ਮੈਨੂੰ ਪਤਾ ਜਿਹੜੀ ਤੈਨੂੰ ਬਿਮਾਰੀ ਹੈ। ਦੱਸ ਦਿਓ ਕਿਹੜੀ ਬਿਮਾਰੀ ਹੈ? ਤੈਨੂੰ ਬਿਮਾਰੀ ਹੈ ਕੁੜੀਆਂ ਦੇ ਪਿੱਛੇ ਲੱਗਣ ਦੀ। ਤੇ ਫਿਰ ਤੁਸੀਂ ਇਹਦਾ ਇਲਾਜ ਕਰਦੇ ਹੋ? ਪਹਿਲਾਂ ਮੇਰੇ ਭਰਾ ਦੀ ਪੁੜੀ ਖਾ ਲੈ, ਮੇਰੀ ਪੁੜੀ ਤਾਂ ਤੇਰਾ ਸਿਰ ਘੁਮਾ ਕੇ ਰੱਖ ਦੂਗੀ। ਮੈਂ ਕਿਹਾ ਤੁਸੀਂ ਕਿੱਥੇ ਚੱਲੇ ਹੋ? ਮੈਂ ਚੱਲੀ ਹਾਂ ਤੁਲਸੀ ਦੇ ਬੂਟੇ ਨੂੰ ਪਾਣੀ ਪਾਣ ਲਈ। ਮੈਂ ਕਿਹਾ ਮਾੜਾ ਜਿਹਾ ਪਾਣੀ ਸਾਡੇ ਤੇ ਪਾ ਦਿਓ, ਪਿੱਪਲ ਦਾ ਬੂਟਾ ਸਮਝ ਕੇ। ਬੁਲਾਵਾ ਆਪਣੇ ਭਰਾ ਨੂੰ? ਨਹੀਂ ਨਹੀਂ ਗਲਤੀ ਹੋ ਗਈ। ਅੱਛਾ ਕੀ ਆਖਿਆ ਜੀ? ਗਲਤੀ ਹੋ ਗਈ। ਗਲਤੀ ਹੋ ਗਈ ਹੁਣ ਤਾਂ ਤੁਲਸੀ ਦੇ ਬੂਟੇ ਦੇ ਨਾਲ ਨਾਲ ਪਿੱਪਲ ਨੂੰ ਵੀ ਪਾਣੀ ਪਾਉਣਾ ਪਊਗਾ। ਮੈਨੂੰ ਪੰਡਿਤ ਨੇ ਵੀ ਕਿਹਾ ਸੀ ਵੀ ਤੇਰਾ ਕੰਮ ਪਾਣੀ ਬਣਾਊਗਾ, ਜਦੋਂ ਪਿੱਪਲ ਬਣ ਕੇ ਵਿਹੜੇ ਜੰਮ ਗਏ ਨਾ ਤਾਂ ਕੰਮ ਬਣੇ ਬਣੇ। ਸਿੱਧ ਪਰੇਕੀ ਖਾਣੀ ਆ ਪੂੜੀ, ਪਾਣੀ ਪੀਏ ਤੇ ਜਾਈਏ। ਚਾਚੀ ਜੀ ਲੱਸੀ। ਨਮਸਤੇ। ਪ੍ਰੀਤ ਤੈਨੂੰ ਵੇਖਦੇ ਹੀ ਮੇਰੀ ਅੱਖਾਂ ਦੀ ਪਿਆਸ ਹੋਰ ਵੱਧ ਜਾਂਦੀ ਹੈ। ਰੱਬ ਨਾ ਕਰੇ ਜੇ ਮੈਨੂੰ ਜ਼ਿੰਦਗੀ ਦਾ ਸਫ਼ਰ ਇਕੱਲਿਆਂ ਤੁਰਨਾ ਪਵੇ ਤੇ ਫਿਰ ਕੀ ਹੋਏਗਾ? ਤਾਂ ਫਿਰ ਮੈਂ ਤੇਰਾ ਨਾਂ ਲੈ ਕੇ ਉੱਚੇ ਉੱਚੇ ਹਾਕਾ ਮਾਰਾਂਗੀ ਤੇ ਤੂੰ ਸੱਤ ਸਮੁੰਦਰ ਪਾਰ ਬੈਠਾ ਵੀ ਮੇਰੇ ਕੋਲ ਤੈਰ ਕੇ ਆ ਜਾਵੇਂਗਾ। ਸੱਚ? ਹਾਂ ਜੇ ਤੈਨੂੰ ਆਪਣੇ ਪਿਆਰ ਤੇ ਇੰਨਾ ਸਿੱਧਕ ਹੈ ਤੇ ਫਿਰ ਸਾਡਾ ਸੱਚਾ ਪਿਆਰ ਇਹੋ ਜਿਹੀ ਕੜੀ ਕਦੇ ਵੀ ਨਹੀਂ ਆਉਂਦੇਗਾ। ਸੱਚ? ਹਾਂ ਜੀਤੇ, ਤੇਰੀ ਇਹ ਸੋਹਣੀ ਸੂਰਤ ਹਰ ਵੇਲੇ ਮੇਰੀਆਂ ਅੱਖਾਂ ਅੱਗੇ ਘੁੰਮਦੀ ਰਹਿੰਦੀ ਹੈ। ਪ੍ਰੀਤ ਹੁਣ ਰਾਤ ਤੋਂ ਤੇਰੇ ਬਗੈਰ ਨੀਂਦ ਵੀ ਨਹੀਂ ਆਉਂਦੀ, ਬਸ ਤੇਰੀ ਯਾਦ ਸਿਰਾਣੇ ਬਹਿ ਕੇ ਮੇਰੇ ਸਿਰ ਵਿੱਚ ਹੱਥ ਫੇਰਦੀ ਰਹਿੰਦੀ ਹੈ। ਤੇਰਾ ਜੀ ਕਰਦਾ ਤੇਰੇ ਪਿਆਰ ਦੇ ਸਾਗਰ ਵਿੱਚ ਹਮੇਸ਼ਾ ਹਮੇਸ਼ਾ ਤਾਰੀਆਂ ਲਾਉਂਦੀ ਰਹਾਂ। ਦੂਰ ਬਦਲਾਂ ਤੋਂ ਪਰਾਂ ਠੰਡੇ ਚੰਨ ਦੀ ਚਾਨਣੀ ਵਿੱਚ ਤੈਨੂੰ ਹਮੇਸ਼ਾ ਵੇਖਦਾ ਰਹਾ ਤੇ ਕਦੇ ਜੁਦਾ ਨਾ ਹੋਈਏ। Thank you.
ਤੇਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਨੇ ਮੈਨੂੰ ਪਟ ਕੇ ਰੱਖ ਦਿੱਤਾ ਰਾਣੀਏ। ਕੋਈ ਵੀ ਕੰਮ ਕਰਨ ਨੂੰ ਜੀ ਨਹੀਂ ਕਰਦਾ। ਕਿਉਂ? ਬਸ ਜੀ ਕਰਦਾ ਤੇਰੇ ਸਾਹਮਣੇ ਬੈਠ ਕੇ ਉਸ ਭਗਵਾਨ ਦਾ ਲੱਖ ਲੱਖ ਸ਼ੁਕਰ ਗੁਜ਼ਾਰ ਕਰਾਂ ਜਿਹਨੇ ਇੰਨਾ ਖੂਬਸੂਰਤ ਨੂੰ ਰੂਪ ਦਿੱਤਾ। ਬਸ ਕਰ ਵਿਆਹਿਆ, ਤੂੰ ਤਾਂ ਪੜਾਕੂਆਂ ਵਾਲੀਆਂ ਗੱਲਾਂ ਕਰਨ ਲੱਗ ਗਿਆ। ਮੈਂ ਬੇਬੇ ਨਾਲ ਆਪਣੇ ਵਿਆਹ ਦੀ ਗੱਲ ਕਰਾਂਗਾ। ਕਿੱਥੇ ਰਾਜਾ ਪੂਜ ਤੇ ਕਿੱਥੇ ਗੰਗੂ ਤੇਲੀ? ਨਹੀਂ ਨਹੀਂ ਰਾਣੀ, ਪਿਆਰ ਵਿੱਚ ਕੋਈ ਵੀ ਊਚ ਨੀਚ ਨਹੀਂ ਹੁੰਦੀ, ਇਹ ਸਭ ਲਈ ਬਰਾਬਰ ਹੁੰਦਾ। ਇਹ ਤਾਂ ਸਹੀ ਗੱਲ ਹੈ, ਪਰ ਮੈਂ ਵੀ ਖੁੱਲ ਕੇ ਘਰ ਵਾਲਿਆਂ ਨੂੰ ਕਹਿ ਸਕਦੀ ਨਾ, ਕਿਉਂਕਿ ਪਤਾ ਨਹੀਂ ਤੇਰੀ ਬੇਬੇ ਮੰਨੇ ਕਿ ਨਾ ਮੰਨੇ। ਨਹੀਂ ਨਹੀਂ, ਮੈਂ ਬੇਬੇ ਨੂੰ ਹਰ ਹਾਲਤ ਵਿੱਚ ਮਨਾਉਂਗਾ, ਕਿਉਂਕਿ ਮੈਂ ਤੇਰੇ ਬਗੈਰ ਜੀ ਨਹੀਂ ਸਕਦਾ। ਚੰਦਰਿਆ, ਕਿਤੇ ਸਾਰੀਆਂ ਗੱਲਾਂ ਗੱਲਾਂ ਨਾ ਲੈ ਜਾਣ। ਨਹੀਂ ਨਹੀਂ ਰਾਣੀ, ਨਹੀਂ ਜਾਣਾ। ਤੂੰ ਲੋ ਜਾਈ ਪਰੇ ਨਾ ਤੂੰ ਹੋ, ਨੀ ਮੈਂ ਦੀਵਾ ਤੇ ਤੂੰ ਲੋ ਜਾਈ ਪਰੇ ਨਾ ਤੂੰ ਹੋ, ਆਉਣੇ ਪੂਰੇ ਦਿੱਤਾ ਬੁੱਲੇ ਨੇ ਬਥੇਰੇ, ਨੀ ਅੱਖੀਆਂ ਚ ਤੂੰ ਵਸਦੀ, ਨੀ ਅੱਖੀਆਂ ਚ ਤੂੰ ਵਸਦੀ, ਨੀਂਦ ਨੈਣਾ ਚੋਂ ਨਿਕਲ ਗਈ ਮੇਰੇ, ਨੀ ਅੱਖੀਆਂ ਚ ਤੂੰ ਵਸਦੀ, ਨੀ ਅੱਖੀਆਂ ਚ ਤੂੰ ਵਸਦੀ। ਗੱਲਾਂ ਰਾਹ ਕਰਦਾ ਸੁਪਨੇ ਭਰਦਾ, ਅੱਜ ਬੈਠ ਕੋਲ ਕੋਲ ਲਈ ਦਿਲ ਦੀਆਂ ਫੋਲ, ਗਏ ਮੁੱਕਨੇ ਵੀ ਛੋੜਦੇ ਹਨੇਰੇ, ਨੀ ਅੱਖੀਆਂ ਚ ਤੂੰ ਵਸਦੀ, ਨੀ ਅੱਖੀਆਂ ਚ ਤੂੰ ਵਸਦੀ, ਨੀਂਦ ਨੈਣਾ ਚੋਂ ਨਿਕਲ ਗਈ ਮੇਰੇ, ਨੀ ਅੱਖੀਆਂ ਚ ਤੂੰ ਵਸਦੀ, ਨੀ ਅੱਖੀਆਂ ਚ ਤੂੰ ਵਸਦੀ। ਤੇ ਕੋਲ ਹਾਰ ਕੇ ਤੈਨੂੰ
ਤੈਨੂੰ ਦਿਲ ਚ ਬਿਠਾ ਕੇ ਨੀ ਖੁਸ਼ੀਆਂ ਦੀ ਡੱਬੀ ਵਿੱਚੋਂ ਧੂਪ ਨੀ ਤਿਲਾ ਕੇ ਨੀ ਤੂੰ ਹੀ ਅੱਲਾ ਭਗਵਾਨ ਮੇਰੀ ਜਿੰਦ ਅਤੇ ਜਾਨ ਕਰੂੰ ਸਜਦੇ ਮੈਂ ਸ਼ਾਮ ਤੇ ਸਵੇਰੇ ਨੀ ਅੱਖੀਆਂ ਚ ਤੂੰ ਵਸਦੀ ਨੀ ਅੱਖੀਆਂ ਚ ਤੂੰ ਵਸਦੀ ਨੀਂਦ ਨੈਣਾ ਚੋਂ ਨਿਕਲ ਗਈ ਮੇਰੇ ਨੀ ਅੱਖੀਆਂ ਚ ਤੂੰ ਵਸਦੀ ਨੀ ਅੱਖੀਆਂ ਚ ਤੂੰ ਵਸਦੀ ਰਾਣਿਆ ਮੈਂ ਹੋਰ ਕੁਝ ਵੀ ਬਰਦਾਸ਼ਤ ਕਰ ਸਕਦੀ ਹਾਂ ਪਰ ਇਹ ਕਦੀ ਨਹੀਂ ਤੂੰ ਮੇਰੀ ਮਰਜ਼ੀ ਦੇ ਖਿਲਾਫ ਰਾਣੀ ਨਾਲ ਵਿਆਹ ਕਰਨ ਦੇ ਸੁਪਨੇ ਵੇਖੇ ਰਾਣੀ ਚ ਕਮੀ ਕੀ ਆ ਇੱਕ ਕਮੀ ਹੋਵੇ ਤਾਂ ਦੱਸਾਂ ਪੁੱਤ ਮੱਥਾ ਆਪਣੀ ਬਰਾਬਰੀ ਵਾਲਿਆਂ ਨਾਲ ਹੀ ਚੰਗਾ ਲੱਗਦਾ ਹੈ ਲੈਂਦੇ ਹੋਣਗੇ ਪਰ ਮੈਂ ਦਾਜ ਵਰਗੀ ਭੈੜੀ ਰੇਤ ਨੂੰ ਆਪਣੇ ਬੂਹੇ ਦੀ ਦਲੀਜ ਨਹੀਂ ਬਣ ਦਿਆਂਗਾ ਤੇ ਫਿਰ ਮੇਰਾ ਵੀ ਫੈਸਲਾ ਸੁਣ ਲੈ ਜਿਸ ਕੁੜੀ ਨੇ ਇੱਕ ਮਾਂ ਦੀ ਆਂਦਰਾਂ ਨੂੰ ਹੱਥ ਪਾਇਆ ਉਹਦੇ ਨਾਲ ਤੇਰਾ ਵਿਆਹ ਕਦੇ ਨਹੀਂ ਹੋ ਸਕਦਾ ਠੀਕ ਹੈ ਮੈਂ ਵੀ ਤੇਰਾ ਹੀ ਪੁੱਤ ਹਾਂ ਜੇ ਤੇਰੀ ਇਹ ਜਿੱਦ ਹੈ ਤਾਂ ਮੈਂ ਵੀ ਸਾਰੀ ਉਮਰ ਕੁਆਰਾ ਰਹਿ ਕੇ ਇੱਕ ਬੇਰੀ ਦੇ ਕੰਡੇ ਵਾਂਗ ਤੇਰੇ ਪੈਰਾਂ ਵਿੱਚ ਚੁੱਪ ਰਹਾਂਗਾ ਜੇ ਮੈਂ ਵਿਆਹ ਕਰਾਂਗਾ ਤਾਂ ਸਿਰਫ ਰਾਣੀ ਨਾਲ ਪਤ ਹੋ ਗਿਆ ਤੂੰ ਰੋਜ਼ ਹੀ ਦਵਾਈ ਲੈਣਾ ਚਾਹੁੰਦਾ ਵਾਹਿਗੁਰੂ ਜੀ ਤੁਸੀਂ ਵੀ ਕਮਾਲ ਕਰਦੇ ਹੋ ਮੈਨੂੰ ਕੋਈ ਦਵਾਈ ਲੈਣ ਦਾ ਸ਼ੌਂਕ ਹੈ ਜੇ ਮੈਨੂੰ ਦਰਦ ਹੁੰਦਾ ਤਾਂ ਮੈਂ ਪੂਰੀ ਲੈਣ ਵਾਸਤੇ ਆਉਣਾ ਹੈ ਉਹ ਕਦੀ ਤੇਰੇ ਸਿਰ ਪੀੜ ਕਦੀ ਤੇਰੇ ਢਿੱਡ ਪੀੜ ਕਦੀ ਤੇਰੇ ਦਿਲ 'ਚ ਪੀੜ ਤੈਨੂੰ ਪੀੜਾਂ ਛਿੜੀਆਂ ਹੀ ਰਹਿੰਦੀਆਂ ਨੇ ਉਹ ਵਾਹਿਗੁਰੂ ਜੀ ਅਸਲ ਵਿੱਚ ਮੇਰੀ ਪੀੜ ਤੁਰਦੀ ਫਿਰਦੀ ਰਹਿੰਦੀ ਹੈ ਤੜਕੇ ਗਿੱਟਿਆਂ 'ਚ ਆ ਜਾਂਦੀ ਹੈ ਦੁਪਹਿਰੇ 'ਚ ਗੋਡਿਆਂ 'ਚ ਆ ਜਾਂਦੀ ਹੈ ਤੇ ਫਿਰ ਢਿੱਡ 'ਚ ਆ ਜਾਂਦੀ ਹੈ ਤੇ ਫਿਰ ਸਿਰ 'ਚ ਆ ਜਾਂਦੀ ਹੈ ਤੇ ਫਿਰ ਹੱਥਾਂ 'ਚ ਤੁਰਦੀ ਫਿਰਦੀ ਰਹਿੰਦੀ ਹੈ ਮੈਂ ਵਾਹਿਗੁਰੂ ਜੀ ਕੀ ਕਰਾਂ ਮੈਂ ਤਾਂ ਪੀੜਾਂ ਦਾ ਪਰਾਗ ਹੈ ਇਹ ਪਰਾਗਾ ਦੂਰ ਕਰ ਦਿਓ ਤੈਨੂੰ ਹੁਣ ਪੀੜ ਕਿੱਥੇ ਹੈ ਹੁਣ ਇਹ ਨਾ ਪੁੱਛੋ ਪੀੜ ਕਿੱਥੇ ਹੈ ਬਸ ਤੁਸੀਂ ਪੂੜੀ ਦਿਓ ਆਉਣਾ ਤਾਂ ਮੈਂ ਕੱਲ ਵੀ ਹੈ ਆ ਲੈ ਫੜ ਪੂੜੀ ਆ ਲਵਾਂ ਗਲਾਸ ਤੇ ਅੰਦਰੋਂ ਨਲਕੇ ਤੋਂ ਪਾਣੀ ਲੈ ਕੇ ਇਹਨੂੰ ਖਾ ਲਾਂ ਚੱਲੀ ਕਿੱਧਰ ਮੂੰਹ ਚੁੱਕਿਆ ਹੋਣਾ ਸ਼ਰਮ ਨਹੀਂ ਆਉਂਦੀ ਤੈਨੂੰ ਮੈਂ ਨਲਕੇ ਤੋਂ ਪਾਣੀ ਲਾਇਆ ਸੀ ਪੂੜੀ ਵਾਸਤੇ ਇਹ ਤੇਰਾ ਲੱਗਦਾ ਨਲਕਾ ਉੱਧਰ ਹੈ ਇੱਧਰ ਨਹੀਂ ਮੇਰਾ ਮਤਲਬ ਸੀ ਤੁਸੀਂ ਮਾੜਾ ਜਿਹਾ ਨਲਕਾ ਗੇੜ ਦਿੰਦੇ ਮੇਰਾ ਗਲਾਸ ਭਰ ਕੇ ਪੂੜੀ ਲੈ ਲੈਂਦਾ ਮੈਨੂੰ ਲੱਗਦਾ ਹੁਣ ਤੇਰੀ ਬਿਮਾਰੀ ਦਾ ਇਲਾਜ ਮੈਨੂੰ ਕਰਨਾ ਹੀ ਪਵੇਗਾ ਤੇ ਫਿਰ ਤੁਸੀਂ ਕਰ ਦਿਓ ਅਸਲੀ ਬਿਮਾਰੀ ਵੀ ਤੁਸੀਂ ਲੱਭੀ ਹੈ ਤੁਹਾਡਾ ਭਰਾ ਦਾ ਸਾਰਾ ਮੈਂ ਖਾਲੀ ਡੱਬੇ ਰੱਖੀ ਬੈਠਾ ਹੈ ਚੰਗਾ ਫਿਰ ਇੱਥੇ ਹੀ ਖੜਾ ਰਹੀ ਮੈਂ ਹੁਣੇ ਆਈ ਅੱਛਾ ਐਵੇਂ ਲੋਕ ਕਹਿ ਦਿੰਦੇ ਆ ਕੁੜੀਆਂ ਗਰਮ ਹੁੰਦੀਆਂ ਇਹ ਤਾਂ ਬਥੇਰੀ ਨਰਮ ਹੈ ਦੇਖੋ ਇਲਾਜ ਕਰ ਹੀ ਰਹੀ ਹੈ ਹੁਣ ਦੱਸ ਥੱਲਿਓ ਸ਼ੁਰੂ ਕਰਾਂ ਕਿ ਉੱਪਰੋਂ ਮੇਰਾ ਖਿਆਲ ਹੈ ਥੱਲਿਓਂ ਸ਼ੁਰੂ ਕਰ ਦਿਓ ਉੱਪਰ ਪਹੁੰਚਦਾ ਗਰਮੀ ਹੋ ਜਾਊਗੀ ਕਿਉਂਕਿ ਮੈਨੂੰ ਘੁੰਮਣ ਘੇਰੀਆਂ ਦੀ ਬੜੀ ਆਦਤ ਹੈ ਅੱਛਾ ਤੂੰ ਇੱਥੇ ਕੀ ਕਰ ਰਿਹਾ ਹੋਏ ਮੈਂ ਜੀ ਡੰਗ ਕੱਢ ਰਿਹਾ ਸੀ ਜੀ ਡੰਗ ਕੱਢ ਰਿਹਾ ਸੀ ਹਾਂਜੀ ਪੂਰੀ ਖਾ ਲਈ ਆ ਮਰ ਲਈ ਆ ਪੂਰੀ ਮੈਂ ਖਾ ਲਈ ਜੀ ਖਾ ਲਈ ਤੇ ਜਾ ਫਿਰ ਅੱਛਾ ਜੀ ਉਹ ਸਾਲਿਆ ਗਲਾਸ ਤੇ ਦੇ ਜਾ ਇੱਧਰ ਅੱਛਾ ਜੀ ਦਫਾ ਹੋ ਕਰਾਂ ਗੱਲ ਸੁਣ ਮੁੰਨੀ ਤੂੰ ਹਾਲੇ ਨਿਆਣੀ ਹੈਗੀ ਏ ਬਾਹਰਦਿਆਂ ਬੰਦਿਆਂ ਨੂੰ ਬਹੁਤਾ ਮੂੰਹ ਨਹੀਂ ਲਾਈਦਾ ਦਸ ਮਿੰਟ ਹੋ ਗਏ ਨਾ ਉਹਨੂੰ ਅੰਦਰ ਬਣਿਆ ਹੋਇਆ ਸੁਣ ਲੈ ਨਾ ਜਾ ਫਿਰ ਅੰਦਰ ਗਲਾਸ ਲੈ ਜਾ ਅੰਦਰ ਨੀ ਪ੍ਰੀਤੀ ਤੂੰ ਅਜੇ ਤਿਆਰ ਨਹੀਂ ਹੋਈ ਮੇਲੇ ਨਹੀਂ ਜਾਣਾ ਨਾ ਰਾਣੀ ਮੇਲੇ ਸਿਵਾ ਧੱਕਿਆਂ ਦੇ ਹੋਰ ਕੀ ਮਿਲਦਾ ਮਿਲਦਾ ਕਿਉਂ ਨਹੀਂ ਤੇਰਾ ਉਹ ਵੀ ਤਾਂ ਉੱਥੇ ਆਉਣ ਵਾਲਾ ਏ ਤੇਰਾ ਉਹ ਵੀ ਤਾਂ ਆਏਗਾ ਹਾਏ 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 ਹਾਏ
ਗਈ ਤੂੰ ਵਿੱਚੋਂ ਵਿੱਚ ਫਿਰੇ ਹੱਸਦੀ ਤੂੰ ਵਿੱਚੋਂ ਵਿੱਚ ਫਿਰੇ ਹੱਸਦੀ ਲਾ ਕੇ ਪਿਆਰ ਦੀ ਹਾਏ ਨੀ ਲਾ ਕੇ ਪਿਆਰ ਦੀ ਲਾ ਕੇ ਪਿਆਰ ਦੀ ਹੱਥ ਕੜੀ ਮੇਰੇ ਤੂੰ ਹੁਣ ਕਦੋਂ ਪਾਸਾ ਵੱਟਦੀ ਤੂੰ ਹੁਣ ਕਦੋਂ ਪਾਸਾ ਵੱਟਦੀ ਹੁਣ ਕਦੋਂ ਪਾਸਾ ਵੱਟਦੀ ਤੂੰ ਹੁਣ ਕਦੋਂ ਪਾਸਾ ਵੱਟਦੀ ਨਿਸਾਉ ਮੈਨੂੰ ਲੱਗੇ ਪਿਆਰ ਦੀ ਹੁੰਦੇ ਆਸ਼ਿਕ ਹਾਏ ਨੀ ਹੁੰਦੇ ਆਸ਼ਿਕ ਤਾਂ ਹੁੰਦੇ ਆਸ਼ਿਕ ਤਾਂ ਰੱਬ ਦੇ ਪਰੌਣੇ ਨੀ ਬੁੱਕਲ ਤੂੰ ਮਾਣ ਯਾਰ ਦੀ 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 ਤੋ ਪਿਆਰ ਦਾ ਵੈਰੀ
ਇਸ਼ਕੇ ਨੂੰ ਸੱਕੇ ਜੜਨਾ ਕਿ ਇਸ਼ਕੇ ਨੂੰ ਸੱਕੇ ਜੜਨਾ ਗੇੜਾ ਆ ਲੈਂਦੇ ਪ੍ਰੀਤੀ ਨੂੰ ਮੈਂ ਦੀਆਂ ਮੁਸ਼ਕਾਂ ਬੰਦਾ ਗੱਲ ਸੁਣੀ ਕੁੜੀਏ ਕਿੱਥੋਂ ਆਈ ਹੈ ਓ ਲਾਤੀ ਵੀਰੇ ਨੇ ਲੁੱਟੀ ਪੱਤ ਤੇਰੇ ਕੰਨ ਮੈਂ ਕੋਈ ਝੂਠ ਨਹੀਂ ਬੋਲਿਆ ਪੀਤੋ ਤੂੰ ਮੇਲੇ ਵਿੱਚ ਜੀਤੇ ਨਾਲ ਨੱਚ ਕੇ ਸਾਡਾ ਨੱਕ ਵੜਾ ਦਿੱਤਾ ਹੈ ਡੈਡੀ ਮੈਂ ਚੁੱਪ ਕਰ ਨੀ ਕੁੜੀਏ ਜੋਰਾ ਬਿਲਕੁਲ ਠੀਕ ਕਹਿੰਦਾ ਦੁਨੀਆ ਅੱਗੇ ਆਪਣੇ ਪਿਓ ਦਾ ਸਿਰ ਝੁਕਾਉਂਦਾ ਤੈਨੂੰ ਸ਼ਰਮ ਨਾ ਆਈ ਪਰ ਡੈਡੀ ਮੇਰੀ ਗੱਲ ਤਾਂ ਮੈਂ ਤੇਰੀ ਕੋਈ ਗੱਲ ਨਹੀਂ ਸੁਣਨਾ ਚਾਹੁੰਦਾ ਤੇ ਤੂੰ ਕੰਨ ਖੋਲ ਕੇ ਸੁਣ ਲੈ ਜੇ ਅੱਜ ਦੇ ਬਾਅਦ ਤੂੰ ਘਰੋਂ ਬਾਹਰ ਪੈਰ ਕੱਢਿਆ ਤੇ ਮੈਂ ਤੇਰੀਆਂ ਲੱਤਾਂ ਬੰਨ ਦਿਆਂਗਾ ਚਲੋ ਜੋੜਿਆ ਪ੍ਰਭੂ ਹਾਲ ਕਰ ਦੇ ਡੈਡੀ ਮਰ ਗਿਆ ਬਾਪੂ ਸੁਣ ਆਜਿਆ ਮੈਂ ਪਾਉਣਾ ਭੰਗੜਾ ਮੇਲੇ ਚ ਜਾਓ ਭਾਲੇ ਨੂੰ ਚਲੋ ਕਿੱਥੇ ਚੱਲੀ ਇਸ ਵੇਲੇ ਤੂੰ ਚੰਗੀ ਤਰ੍ਹਾਂ ਜਾਣਦਾ ਮੈਂ ਕਿੱਥੇ ਚੱਲੀ ਆ ਤੈਨੂੰ ਇਸ ਘਰ ਦੀ ਇੱਜ਼ਤ ਦਾ ਬਿਲਕੁਲ ਖਿਆਲ ਨਹੀਂ ਤੂੰ ਤਾਂ ਇਸ ਘਰ ਦੀ ਇੱਜ਼ਤ ਨੂੰ ਚਾਰ ਚੰਨ ਲਾਤੇ ਨਾ ਜਿਹੜਾ ਕਿ ਸਾਰੇ ਪਿੰਡ ਨੂੰ ਪਤਾ ਪੀਤੋ ਉੱਚਾ ਬੋਲ ਕੇ ਸੱਚ ਜ਼ਬਾਨੇ ਬੰਦ ਕਰ ਸਕਦਾ ਤੂੰ ਤਾਂ ਫੇਰ ਮੈਨੂੰ ਤੇਰੀ ਜ਼ਬਾਨ ਬੰਦ ਕਰਨੀ ਪਏਗੀ ਮੈਂ ਤੈਨੂੰ ਦੱਸਾਂ ਮੇਰੀ ਜ਼ਬਾਨ ਬੰਦ ਕਰਨ ਦੇ ਨਾਲ ਸਾਰੇ ਪਿੰਡ ਦਾ ਮੂੰਹ ਤੇਰੇ ਬੰਦ ਕਰ ਸਕਦਾ ਜਾ ਜਾ ਕੇ ਆਪਣੀ ਬੋਤਲ ਦਾ ਮੂੰਹ ਖੋਲ ਤੇਰੀ ਚੰਡਾਲ ਚੌਪੜੀ ਤੇਰਾ ਰਾਹ ਦੇਖਦੀ ਹੋਏਗੀ ਨਾਲੇ ਮੇਰਾ ਰਾਹ ਛੱਡ ਮੈਂ ਜਾਣ ਦੇ ਜਾਣ ਦੇ ਜਵਾਨ ਤੀਰਾ ਮੂੰਹ ਖੁੱਲਣ ਤੋਂ ਪਹਿਲਾਂ ਉਹਦਾ ਗਲਾ ਕੁੱਟਣਾ ਚਾਹੀਦਾ ਤੇ ਸਪਨੀ ਦਾ ਫਨ ਉੱਠਣ ਤੋਂ ਪਹਿਲਾਂ ਉਹਨੂੰ ਫੇਰਨਾ ਚਾਹੀਦਾ ਹੁਣ ਮੈਂ ਸਪਨੀ ਬਣ ਗਈ ਹੁਣ ਤੂੰ ਮੇਰਾ ਗਲਾ ਕੁੱਟਣਾ ਚਾਹੁੰਦਾ ਡੈਡੀ ਮੇਰਾ ਕਸੂਰ ਕੀ ਆ ਕਸੂਰ ਤੇਰਾ ਨਹੀਂ ਕਸੂਰ ਤੇ ਸਾਡਾ ਹੈ ਜਿਹੜਾ ਤੇਰੇ ਵਰਗੀ ਔਲਾਦ ਜੰਮੀ ਚੱਲ ਕਲੈਣੀ ਅੰਦਰ ਚੱਲ ਚੱਲ ਅੰਦਰ ਚੱਲ ਓਏ ਜੋਰੇ ਆ ਬਾਪੂ ਤੈਨੂੰ ਬਾਹਰ ਦੀ ਵਾਹ ਨਹੀਂ ਲੰਨੀ ਚਾਹੀਦੀ ਠੀਕ ਆ ਓਏ ਜੋਰੇ ਦਾ ਗੇੜ ਨਿਕਲਿਆ ਨਹੀਂ ਇਹਨੇ ਹੋਰ ਗੇੜ ਪਾ ਦਿੱਤਾ ਜੇ ਜੋਰਾ ਗੇੜ ਪਾਉਣਾ ਜਾਣਦਾ ਤਾਂ ਗੇੜ ਚੋਂ ਕੱਢ ਵੀ ਸਕਦਾ ਹੈ ਬਾਪੂ ਵੇ ਤੂੰ ਤਾਂ ਮੈਨੂੰ ਡਰਾ ਹੀ ਦਿੱਤਾ ਸੀ ਕਿਉਂ ਨਾ ਹੋਵੇ ਤਾਂ ਕੁੜੀਆਂ ਨੂੰ ਤਾਂ ਮੈਂ ਡਰਨ ਦੀ ਆਦਤ ਹੀ ਹੁੰਦੀ ਹੈ ਪਰ ਨਾ ਵੀ ਨਾ ਮੇਰਾ ਭਰਾ ਆ ਜਾਊ ਉਹ ਤੂੰ ਭਰਾ ਦਾ ਫਿਕਰ ਨਾ ਕਰ ਭਰਾ ਨੂੰ ਤਾਂ ਮੈਂ ਬਿਲੇ ਲਾਇਆ ਮੇਰਾ ਖਿਆਲ ਆ ਉਹ ਘੰਟਾ ਦੋ ਘੰਟੇ ਨਹੀਂ ਆ ਸਕਦਾ ਹਾਏ ਹਾਏ ਅਜੇ ਨਹੀਂ ਫੇਰ ਕਦੋਂ ਵਿਆਹ ਪਿੱਛੋਂ ਵਿਆਹ ਪਿੱਛੋਂ ਤੇਰਾ ਭਰਾ ਵਿਆਹ ਕਦੋਂ ਕਰੂਗਾ
ਨਾਲੇ ਮੇਰਾ ਨੰਬਰ ਲੱਗੂ ਕਿ ਨਹੀਂ ਲੱਗੂ? ਤੇਰੀ ਗੱਲ ਮੰਨ ਤਾਂ ਸਕਦੀ ਹੈ। ਹਾਂ ਜੇ ਤੂੰ ਮੇਰੀ ਗੱਲ ਮੰਨੇ ਤਾਂ। ਹਾਂ ਦੱਸ। ਮੇਰਾ ਭਰਾ ਹੈ ਬੜਾ ਡਰਪੋਕ। ਅੱਛਾ। ਜੇ ਤੂੰ ਮਾੜਾ ਜਿਹਾ ਆਪਣਾ ਜ਼ੋਰ ਵਿਖਾ ਦੇਵੇ ਨਾ, ਹਾਂ ਫਿਰ ਗੱਲ ਬਣ ਜਾਊ। ਓਏ ਜ਼ੋਰ ਦੇ ਤਾਂ ਤੂੰ ਫਿਕਰ ਨਾ ਕਰ, ਜ਼ੋਰ ਤੈਨੂੰ ਇਹੋ ਜਿਹਾ ਦਿਖਾ ਦੂੰਗਾ ਕਿ ਤੇਰਾ ਭਰਾ ਨਾ ਮੇਰੇ ਪਿੱਛੇ ਪਿੱਛੇ ਭੱਜ ਗਈ। ਪਰ ਇਹ ਵੀ ਵਿਚਾਰੀ ਕੀ ਕਰੇ, ਅਸੀਂ ਵੀ ਉਂਗਲ ਫੜਦੇ ਫੜਦੇ ਬਾਹ ਫੜ ਨੂੰ ਫਿਰਦੇ ਆ ਜੀ। ਇਹ ਤੈਨੂੰ ਕੀ ਹੋ ਗਿਆ? ਜੋਰੇ ਨੇ ਤੇਰੀ ਇਹ ਹਾਲਤ ਕਰ ਦਿੱਤੀ, ਤੂੰ ਦੱਸਿਆ ਤੱਕ ਨਹੀਂ। ਰਾਣਾ ਮੈਂ ਗੱਲ ਨੂੰ ਵਧਾਉਣਾ ਨਹੀਂ ਚਾਹੁੰਦਾ ਸੀ, ਕਿਉਂਕਿ ਅੱਗ ਨਾਲ ਅੱਗ ਨਹੀਂ ਬੁਝਦੀ, ਇਸ ਕਰਕੇ ਮੈਂ ਬਾਪੂ ਨੂੰ ਵੀ ਕੁਛ ਨਹੀਂ ਕਿਹਾ। ਗੱਲ ਸੁਣ, ਤੂੰ ਵੀ ਬਾਪੂ ਨੂੰ ਕੁਛ ਨਾ ਕਹੀ, ਜੇ ਹੁਣ ਉਹਨਾਂ ਦੀਆਂ ਲਗਾਮਾਂ ਨਾ ਖਿੱਚੀਆਂ ਉਹ ਤੈਨੂੰ ਮਾਰ ਵੀ ਸਕਦੇ ਨੇ। ਰਾਣਾ ਭਾਈਆਂ ਵਰਗਾ ਯਾਰ ਤੇਰੇ ਨਾਲ ਹੈ, ਮਰਦ ਨਾ ਯਾਰ। ਰਾਣਾ ਮੈਨੂੰ ਤੇਰੀ ਦੋਸਤੀ ਤੇ ਪੂਰਾ ਨਾਜ਼ ਹੈ, ਤੈਨੂੰ ਤਾਂ ਸਿਰਫ ਮੇਰਾ ਫਿਕਰ ਹੈ, ਮੈਨੂੰ ਤਾਂ ਉਸ ਵਿਚਾਰੇ ਦਾ ਫਿਕਰ ਹੈ। ਪਤਾ ਨਹੀਂ ਉਸ ਵਿਚਾਰੇ ਤੇ ਕੀ ਬੀਤ ਰਹੀ ਹੋਣੀ। ਪੁੰਨ ਦਾਤਾ ਸਾਨੂੰ
ਸਾਨੂੰ ਸਜਣਾ ਬਾਜ ਹਨੇਰਾ ਸਾਨੂੰ ਸਜਣਾ ਬਾਜ ਹਨੇਰਾ ਦੁਨੀਆ ਲੱਖ ਵਸਦੀ ਸਾਰੇ 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 ਜੇ ਕੁਝ ਵੀ ਨਾ ਦਈਏ ਤਾਂ ਘੱਟੋ ਘੱਟ ਮੁੰਦੀ ਨਾਲ 1000 ਰੁਪਏ ਦੇਣਾ ਚਾਹੀਦਾ। ਅੱਛਾ ਜੀ ਮੈਂ ਚੱਲਦਾ, ਪਰਸੋਂ ਨੂੰ ਆ ਕੇ ਮੈਂ ਸ਼ਗਨ ਲੈ ਜਾਵਾਂਗਾ। ਲੈ ਸੁਣ ਲਿਆ, ਮੈਂ ਤੈਨੂੰ ਕਿੰਨੀ ਵਾਰੀ ਕਿਹਾ ਸੀ ਕਿ ਆਪਣੇ ਬਰਾਬਰ ਵਾਲਿਆਂ ਨਾਲ ਮੱਥਾ ਲਾਉਣਾ ਚਾਹੀਦਾ। ਓਹੋ, ਤੁਸੀਂ ਤਾਂ ਐਵੇਂ ਘਬਰਾ ਜਾਂਦੇ ਹੋ। ਮੁੰਦਰੀ ਤਾਂ ਘਰ ਹੈਗੀ, ਰਹੀ 1000 ਰੁਪਏ ਦੀ ਗੱਲ, ਉਹ ਸ਼ਾਹ ਜੀ ਕੋਲੋਂ ਉਧਾਰੇ ਲੈ ਲਓ, ਉਹਨਾਂ ਨਾਲ ਆਪਣਾ ਲੈਣ ਦੇਣ ਤਾਂ ਚੱਲਦਾ ਹੀ ਰਹਿੰਦਾ। ਓਏ, ਕਿਹੜੇ ਮੂੰਹ ਨਾਲ ਜਾ ਕੇ ਮੰਗਣ ਜਾਵਾਂ, ਸਭ ਕੁਝ ਅੱਗੇ ਉਹਦੇ ਕੋਲ ਡਹਿਣੇ ਪਿਆ ਲੈ। ਧੀ ਦੇ ਸ਼ਗਨ ਲਈ ਪੈਸੇ ਦੇਣ ਨੂੰ ਸ਼ਾਹ ਜੀ ਇਨਕਾਰ ਨਹੀਂ ਕਰਨ ਲੱਗੇ, ਤੁਸੀਂ ਜਾ ਕੇ ਗੱਲ ਤਾਂ ਕਰੋ। ਹਾਂ
ਤੇ ਸੁਣਿਆ ਸੀ ਸਾਡੇ ਪਿਆਰ ਦੇ ਬੈਰੀਆਂ ਨੇ ਤੇਰੇ ਪੈਰਾਂ 'ਚ ਵੇੜੀਆਂ ਪਾ ਦਿੱਤੀਆਂ ਪਰ ਅੱਜ ਤੈਨੂੰ ਵੇਖ ਕੇ ਮੇਰੀ ਜਾਨ ਵਿੱਚ ਜਾਨ ਆ ਗਈ ਹੈ ਚਿੱਤਿਆ ਤੇਰੀ ਪ੍ਰੀਤੀ ਨੂੰ ਨਾ ਤਾਂ ਵਗਦੇ ਪਾਣੀ ਰੋਕ ਸਕਦੇ ਔਰ ਨਾ ਹੀ ਭਰਾ ਦੀਆਂ ਡਾਂਗਾਂ ਮੈਨੂੰ ਆਪਣੇ ਪਿਆਰ ਦੇ ਪੂਰਾ ਪੂਰਾ ਭਰੋਸਾ ਪ੍ਰੀਤੇ ਚਿੱਤਿਆ ਲੱਗਦਾ ਮੇਰੇ ਵੀਰ ਨੇ ਤੈਨੂੰ ਬਹੁਤ ਸੱਟਾਂ ਮਾਰੀਆਂ ਇਹ ਤਾਂ ਮਾਮੂਲੀ ਜੀ ਸੱਟ ਹੈ ਕਮਲੀਏ ਮੈਂ ਤਾਂ ਤੇਰੀ ਖਾਤਰ ਆਪਣੀ ਜਿੰਨ ਜਾਨ ਦੇ ਸਕਦਾ ਪਰ ਚਿੱਤਿਆ ਇਸ ਤਰ੍ਹਾਂ ਲੁਕ ਲੁਕ ਆਪਾਂ ਕਦ ਤੱਕ ਮਿਲਦੇ ਰਵਾਂਗੇ ਹੁਣ ਤਾਂ ਚੰਦ ਦਿਨਾਂ ਦੀ ਗੱਲ ਹੈ ਮੈਂ ਜੀ ਆਪਣੇ ਬਾਪ ਨੂੰ ਕਹਿਤਾ ਕਿ ਉਹ ਜਾ ਕੇ ਤੇਰੇ ਬਾਪ ਨੂੰ ਮਿਲ ਲੈ ਹੁਣ ਤਾਂ ਖੁਸ਼ ਹੈ ਨਾ ਖੁਸ਼ ਹੈ ਹੱਸ ਓਏ ਰੁਲਦੂਆ ਕਿੱਥੇ ਮਰ ਗਿਆ ਚਿਲਮ ਛੇਤੀ ਲਿਆ ਤਲਬ ਲੱਗੀ ਹੋਈ ਹੈ ਆਇਆ ਸ਼ਾਹ ਜੀ ਆ ਲਓ ਠੀਕ ਹੈ ਸ਼ਾਹ ਜੀ ਰਾਮ ਰਾਮ ਸ਼ਾਹ ਜੀ ਰਾਮ ਰਾਮ ਬਹਿ ਜਾ ਓਏ ਬਹਿ ਜਾ ਸ਼ਾਹ ਜੀ ਤੁਹਾਡੇ ਕੋਲ ਇੱਕ ਨਿੱਕਾ ਜਿਹਾ ਕੰਮ ਆ ਪਿਆ ਓਏ ਤੂੰ ਕਦੀ ਬਗੈਰ ਕੰਮੋਂ ਵੀ ਮੇਰੇ ਕੋਲ ਆਇਆ ਨਹੀਂ ਸ਼ਾਹ ਜੀ ਇਹ ਗੱਲ ਨਹੀਂ ਮੁੰਡੇ ਵਾਲੇ ਮਗਰ ਪਿਆ ਨੇ ਮੈਂ ਧੀ ਦਾ ਸਗਨ ਦੇਣਾ ਬਸ 1000 ਚਾਹੀਦਾ 1000 ਓਏ ਮੈਂ ਤੈਨੂੰ ਟੁੱਟੀ ਕੌਡੀ ਨਾ ਦਿਆਂ ਓਏ ਪਹਿਲਾਂ ਹੀ ਮੇਰਾ 5000 ਰੁਪਈਆ ਤੂੰ ਆਪਣਾ ਮਕਾਨ ਗਹਿਣੇ ਪਾ ਕੇ ਫਸਾ ਦਿੱਤਾ ਨਾ ਮੇਰਾ ਰੁਪਈਆ ਮੋੜਨਾ ਹੈ ਤੇ ਨਾ ਮਕਾਨ ਛੱਡਣਾ ਹੈ ਜੇ ਤੌੜੀ ਹੁਣ ਕਿਹੜੇ ਮੂੰਹ ਨਾਲ 1000 ਰੁਪਇਆ ਮੰਗਣ ਆਇਆ ਸ਼ਾਹ ਜੀ ਅਸੀਂ ਰੱਬ ਦੇ ਬਾਹ ਤੇ ਤੁਹਾਨੂੰ ਮੰਨਦੇ ਹਾਂ ਮੈਂ ਤੁਹਾਡੀ 1 ਕੌਡੀ ਦੁੱਚ ਧੋ ਕੇ ਵਾਪਸ ਕਰਾਂਗਾ ਓਏ ਤੂੰ ਮੇਰਾ ਰੁਪਈਆ ਵਾਪਸ ਕਰ ਦੁੱਚ ਮੈਂ ਆਪੇ ਧੋ ਲੂੰਗਾ ਨਾਲੇ ਗੱਲ ਸੁਣ ਹੁਣ ਮੈਂ ਤੈਨੂੰ ਕਾਣੀ ਕੌਡੀ ਨਹੀਂ ਦਵਾਲ ਜਾ ਦਫਾ ਹੋ ਜਾ ਇਥੋਂ ਸਵੇਰੇ ਸਵੇਰੇ ਮੱਥੇ ਆ ਲੱਗਾ ਪਤਾ ਨਹੀਂ ਅੱਜ ਦਾ ਦਿਨ ਕਿਹੜੇ ਗੇੜ ਚ ਲੰਘੂ ਚਲੋ ਜਿਵੇਂ ਮੇਰੇ ਪਾਕ ਧੀ ਦੇ ਸੁਣਾ ਸ਼ਾਹ ਜੀ ਨੇ ਕੀ ਕਿਹਾ ਬੋਲੋ ਨਾ ਤੈਨੂੰ ਬੋਲਣ ਜੋਗਿਆ ਛੱਡਿਆ ਕਿੱਥੇ ਵੇ ਤੇ ਮੈਂ ਕਿਹਾ ਸੀ ਮੈਨੂੰ ਉੱਥੇ ਨਾ ਭੇਜ ਉਹਨੇ ਕੁਝ ਨਹੀਂ ਉਹ ਦੇਣਾ ਕੁਝ ਨਹੀਂ ਉਹ ਦੇਣਾ ਉਹਨੇ ਤਾਂ ਸਗੋਂ ਮੇਰੀ ਗਰੀਬੀ ਦਾ ਮਜ਼ਾਕ ਉਡਾਇਆ ਹੈ ਹੁਣ ਦੱਸ ਉਹ 1000 ਰੁਪਇਆ ਕਿੱਥੋਂ ਆਏਗਾ ਕਿੱਥੋਂ ਆਏਗਾ 1000 ਰੁਪਇਆ ਬਾਬਾ ਲਓ ਜੀ ਫੜਾਓ ਸਾਜਨ ਮੁੰਡੇ ਵਾਲੇ ਮੈਨੂੰ ਉਡੀਕ ਰਹੇ ਨੇ ਲਵਾਵਾਂਗੇ ਲਿਆ ਤੇ ਘਰ ਰੇੜੂਗਾ ਤੁਸੀਂ ਕਿਹੜੀਆਂ ਸੋਚਾਂ ਚ ਪਏ ਹੋਏ ਹੋ ਕੋਈ ਗੱਲ ਨਹੀਂ ਵੀਰਾ ਤੂੰ ਅੱਜ ਅਟਕ ਜਾ ਕੱਲ ਸਵੇਰੇ ਆ ਕੇ ਸ਼ਗਨ ਲੈ ਜਾਈ ਕੱਲ ਸਵੇਰੇ ਪਰ ਇਹ ਵਰਗਾ ਪੱਕਾ ਹੈ ਨਾ ਕੱਲ ਤੋਂ ਗੱਲ ਗਾਹ ਨਾ ਪਾਇਓ ਜੇ ਰਿਸ਼ਤਾ ਟੁੱਟ ਗਿਆ ਮੈਂ ਉਹਦਾ ਕੋਈ ਜ਼ਿੰਮੇਵਾਰ ਨਹੀਂ 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 ਤੂੰ ਕੱਲ ਸਵੇਰੇ ਆ ਜਾਈ ਚੰਗਾ ਜੀ ਉਹ ਗੱਲ ਸੁਣ ਉਹਨੂੰ ਸਵੇਰੇ ਸਵੇਰੇ ਬੁਲਾ ਤੇ ਲਿਆਈ ਪਰ 1000 ਰੁਪਏ ਦਾ ਪ੍ਰਬੰਧ ਕਿੱਥੋਂ ਕਰੇਂਗੀ ਮੈਂ ਲਿਆਵਾਂਗੀ ਸ਼ਾਹ ਜੀ ਕੋਲੋਂ ਉਹਨਾਂ ਦੀ ਘਰਵਾਲੀ ਮੇਰੀ ਧਰਮ ਭੈਣ ਸੀ ਮੈਨੂੰ ਯਕੀਨ ਹੈ ਸ਼ਾਹ ਜੀ ਮੇਰੀ ਗੱਲ ਕਦੀ ਨਹੀਂ ਮੋੜਨਗੇ ਆ ਧਰਮ ਭੈਣ ਸੀ ਜਾ ਜਾ ਤੂੰ ਵੀ ਜਾ ਕੇ ਲੈ ਕੇ ਵੇਖ ਲੈ ਧਰਮ ਭੈਣ ਸੀ ਓ ਰੱਬਾ ਜੇ ਗਰੀਬਾਂ ਨੂੰ ਗਰੀਬੀ ਦੇਣਾ ਉਹਨਾਂ ਨੂੰ ਧੀਆਂ ਨਾ ਦਿਆ ਕਰ ਗਰੀਬ ਦੀ ਪਿਓ ਦੀ ਪਿੱਠ ਤੇ ਕੰਡੇ ਬਣ ਕੇ ਚੁਗਦੀ ਰਹਿੰਦੀ ਹੈ ਚੁਗਦੀ ਰਹਿੰਦੀ ਹੈ ਰੱਬਾ ਚੁਗਦੀ ਰਹਿੰਦੀ ਹੈ
ਅੱਛਾ ਜੀ। ਸੁੰਦਰਾ ਤੂੰ ਔਰ ਤੂੰ ਇਸ ਵੇਲੇ ਕਿਹੜੇ ਗੇੜ ਚ ਆਈ ਹੈ? ਅੱਛਾ ਜੀ, ਉਹ ਆਪ ਤੁਹਾਡੇ ਕੋਲ ਆਏ ਸੀ, ਤੁਸੀਂ ਖਾਲੀ ਹੱਥ ਮੋੜ ਦਿੱਤਾ, ਇਸ ਕਰਕੇ ਮੈਨੂੰ ਆਉਣਾ ਪਿਆ। ਰਾਣੀ ਦਾ ਸ਼ਗਨ ਪਾਣਾ, 1000 ਰੁਪਏ ਦੀ ਬੜੀ ਲੋੜ ਹੈ। ਓਏ, ਮੈਂ ਤੁਹਾਡੀਆਂ ਲੋੜਾਂ ਪੂਰੀਆਂ ਕਰਨ ਦਾ ਠੇਕਾ ਲਿਆ ਹੋਇਆ, ਪਹਿਲਾਂ ਤੁਹਾਡੇ ਨਾਲ ਬਹੁਤ ਵੱਡੀ ਰਕਮ ਹੋ ਗਈ, ਕਦੀ ਉਹਨੂੰ ਮੋੜਨ ਦਾ ਸੋਚਿਆ? ਸ਼ਾਹ ਜੀ, ਇਸ ਪੈਸੇ ਨੂੰ ਵਾਪਸ ਮੋੜਨ ਦੀ ਜ਼ਿੰਮੇਵਾਰੀ ਮੈਂ ਲੈਣੀ ਆ। ਮੈਂ ਪ੍ਰੀਤੋ ਦੀ ਮਾਂ ਦੀ ਧਰਮ ਦੀ ਭੈਣ ਸੀ, ਮੈਂ ਆਪਣਾ ਹੱਕ ਸਮਝ ਕੇ ਤੁਹਾਡੇ ਕੋਲ ਮਦਦ ਲੈਣ ਆਈ ਹਾਂ। ਹੱਕ? ਫਿਰ ਤੇ ਸਾਡਾ ਵੀ ਤੇਰੇ ਤੇ ਹੱਕ ਬਣਦਾ। ਰਿਸ਼ਤੇ ਨਾਲ ਤੂੰ ਸਾਡੀ ਸਾਲੀ ਲੱਗੀ, ਤੇ ਸੁਣਿਆ ਨਾ, ਸਾਲੀ ਅੱਧੀ ਘਰ ਵਾਲੀ ਹੁੰਦੀ ਹੈ। ਬਾਈ, ਹੁਣ ਤੇ ਤੈਨੂੰ ਰੁਪਏ ਦੇਣੇ ਹੀ ਪੈਣੇ ਆ, ਲੈ ਸਾਰੇ ਹੀ ਲੈ ਜਾ, ਤੇਰੀਆਂ ਹੋਰ ਲੋੜਾਂ ਵੀ ਪੂਰੀਆਂ ਹੋ ਜਾਣਗੀਆਂ। ਤੁਹਾਡੀ ਬਹੁਤ ਬਹੁਤ ਮਿਹਰਬਾਨੀ ਸ਼ਾਹ ਜੀ, ਬਹੁਤ ਮਿਹਰਬਾਨੀ। ਇਹ ਕੀ ਸ਼ਾਹ ਜੀ? ਓਹੋ, ਗੇੜ ਬਿਲਕੁਲ ਸਿੱਧਾ ਹੈ, ਅਸੀਂ ਤੇਰੀ ਲੋੜ ਪੂਰੀ ਕੀਤੀ ਹੈ, ਤੂੰ ਸਾਡੀ ਲੋੜ ਪੂਰੀ ਕਰ। ਮੈਨੂੰ ਨੀ ਚਾਹੀਦੇ ਤੇਰੇ ਪੈਸੇ, ਰੱਖ ਲੈ। ਤੂੰ ਤਾਂ ਆਈ ਬੜੇ ਸਿੱਧੇ ਗੇੜ ਚ, ਅੱਜ ਘਰ ਹੀ ਕੋਈ ਨੀ, ਘਬਰਾਈ ਜਾਂਦੀ ਹੈ, ਉਹ ਕੁਝ ਨਹੀਂ ਹੁੰਦਾ, ਨਾਲੇ ਵੇਖਦਾ ਕੌਣ ਇੱਥੇ। ਹੁਣ ਤੂੰ ਇਸ ਤਰ੍ਹਾਂ ਬਚ ਕੇ ਨਹੀਂ ਜਾ ਸਕਦੀ। ਤੈਨੂੰ ਮੈਂ ਛੱਡਦਾ। ਖਬਰਦਾਰ, ਜੇ ਤੈਨੂੰ ਹੱਥ ਲਾਇਆ ਤੇ ਮੈਂ ਤੇਰੀ ਜਾਨ ਕੱਢ ਦਿਆਂਗੀ, ਅੱਗੇ ਨਾ ਵਧੀ। ਸ਼ਾਹ, ਗਰੀਬ ਕੋਲ ਸਿਰਫ ਉਹਦੀ ਇੱਜ਼ਤ ਹੁੰਦੀ ਹੈ, ਪਰ ਮੈਂ ਆਪਣੇ ਗਰੀਬ ਪਤੀ ਦੀ ਇੱਜ਼ਤ ਤੇਰੀ ਦੌਲਤ ਦੀ ਬਲੀ ਨਹੀਂ ਚੜ੍ਹਨ ਦਿਆਂਗੀ। ਕਮੀਆਂ, ਕਮੀਆਂ, ਤੇਰਾ ਬਾਪ ਮੁੰਡਾ ਰਹੇ, ਖਬਰਦਾਰ ਜੇ ਤੋਂ ਗਿਆ ਤੇ ਖਬਰਦਾਰ, ਮੈਂ ਕਹਿੰਦੀ ਹਾਂ। ਮੈਂ ਦੱਸਾਂ, ਸੈਨਾ ਤੁਸੀਂ ਉਵੇਂ ਕਰੋ, ਕਹਾਂ ਮੈਂ ਦੇਖ ਲੂਗਾ। ਹਾਂ ਬਸ, ਤੁਸੀਂ ਫਿਕਰ ਨਾ ਕਰੇ, ਜਾਓ। ਗੱਲ ਸੁਣੋ, ਕੀ ਮੈਂ ਇਹ ਕੀ ਪਿੰਡ ਠੱਗੀ ਚਲਾਈ ਵੇ? ਕੀ ਮਤਲਬ ਤੇਰਾ ਓਏ? ਸਮਝਾਈਏ ਤੈਨੂੰ, ਮਤਲਬ ਤੇਰੀਆਂ ਪੁੜੀਆਂ ਨੇ ਸਾਰੇ ਪਿੰਡ ਨੂੰ ਬਿਮਾਰ ਕਰ ਦਿੱਤਾ, ਕੀ ਪਾਉਣਾ ਨਾ ਪੁੜੀਆਂ ਚ? ਓਏ ਗੱਲ ਸੁਣੋ, ਮੈਂ ਪੁੜੀਆਂ ਦਾ ਜ਼ਿੰਮੇਦਾਰ ਹਾਂ, ਪਿੰਡ ਦੀ ਬਿਮਾਰੀ ਦਾ ਨਹੀਂ। ਹਾਂ ਹਾਂ, ਤੇਰੇ ਪੈਸੇ ਤਾਂ ਖਰੇ ਨਾ ਵੇ, ਪਹਿਲਾਂ ਪੁੜੀਆਂ ਲੈ ਕੇ ਬੰਦੇ ਮਾਰ ਦਿੰਦਾ, ਬਾਅਦ ਚ ਪੈਸਾ ਵਸੂਲ ਕਰਦਾ ਜਾਵੇ। ਤੂੰ ਕਦੀ ਪੈਸਾ ਵਟਾਇਆ ਫੱਟੇ ਦਾ? ਢੱਲਾ ਕਰਨ ਡਿਆ, ਤੈਨੂੰ ਕੋਈ ਤਜਰਬਾ ਹੈ? ਤਜਰਬਾ ਆਹੋ, ਜਾ ਸ਼ਮਸ਼ਾਨਾ ਚ ਮੜੀ ਹੇਠ ਪੁੱਜ ਜਾ ਕੇ ਮੇਰਾ ਤਜਰਬਾ। ਕਮਾਲ ਦੇ ਬੰਦੇ ਹੋ, ਪਾਸੇ ਹਟੋ, ਗੱਲ ਕੀ ਹੈ? ਤੁਸੀਂ ਵਿਚਾਰੇ ਬੈਂਦ ਨੂੰ ਮਾਰੀ ਜਾਂਦੇ ਹੋ, ਹੈ ਇਹ ਠੱਗੀਆਂ ਮਾਰੀ ਜਾਂਦਾ? ਠੱਗੀਆਂ ਮਾਰੀ ਜਾਂਦਾ, ਪਤਾ ਨੀ ਕੁੜੀਆਂ ਕੀ ਖੇਲ ਸਵਾ ਪਾ ਕੇ ਵਿੱਚ ਜਾਂਦਾ। ਹਟੋ, ਮਾੜਾ ਜਾ, ਮੈਂ ਤੈਨੂੰ ਸਮਾਰ ਕੇ ਜਾਂਦਾ, 2 ਮਹੀਨੇ ਹੋ ਗਏ ਤੂੰ ਦੁਨੀ ਬਾਣੀਆਂ ਦੇ ਪਹਿਰੇ ਦੇ, ਮੈਂ ਸਾਂ ਪਿਛਲੇ ਸਾਲ ਪਹਿਲਾਂ ਤੂੰ ਕੀ ਕਰਦਾ ਰਿਹਾ? ਚੋਰੀਆਂ ਤੋੜ ਤੋੜ ਕੇ ਵੇਚਦਾ ਰਿਹਾ, ਤੇ ਇਹ ਕਤਾਰ ਦੀ ਕਪਾਹ ਚੁਗਲੀ, ਤੈਨੂੰ ਸ਼ਰਮ ਨਹੀਂ ਆਉਂਦੀ? ਮੈਂ ਸਾਂ ਕਰਦੀ ਗੱਲ ਦੇਖ ਲਾਂਗਾ, ਜਮਾ ਜਾ ਤੂੰ।
तू गल सुन, तेरा प्या अफीम खांदा रहा है, हुण तू खान लग पिया, पंज रुपए लैण दा मारा तू इहदे मगर लग पिया। पाजा चो चल पाजा, कमला ना होवे तां क्यों भाई जी, तुसी तां उहदे मैनूं नलके दा पानी नहीं पीण दित्ता, ते अज इहनां दोनां ने सुनो नलके दे बगैर पानी पियादा सी। तुहानूं मैं तां घर दा बंदा समझदा, तुहाडे वास्ते मरन तैयार आ। मैं दस्सां, माफ कर पुत्रा, मैथों उदों गलती हो गई है, तू तां बहुत चंगा मुंडा है, बड़ा चंगा मुंडा है, तू चाह पानी पिएगा? हाँ पानी तो पीवांगे ही। घर आदमी तू, बसंती है। बसंती कौन है? ये मेरी भैन है। अच्छा अच्छा अच्छा, बसंती है, पानी का गिलास ले आए एक। मेरा ख्याल है मैं अंदर ही पी लेना, कुड़ियां कर लिया भी कर लिया होंगी। हाँ अच्छा अच्छा, अंदर पिएगा? हाँ अच्छा, जा फिर अंदर ही पी ले। चलो ठीक है। ओए प्यार की लेना है, प्यार तो हम तो रोज ही लिया करेगा, जब मैं अड्डा लागे बह गया। हुण तू कित्थे लोगी, हुण तां द्वारे खुले आ, तेरे भरा नूं भी दिखा दे पंबू तारे। हुण तेरे भरा ने हां करती, हुण आपां नूं कीदा डर है, तू मैनूं छेती देने बाहर मिलने दा टाइम दे। हां फिकर ना कर, हुण तां मैं पा दूंगा कुटियो। मैनू रास नहीं सी आई, तेरे प्यार ने हटाया रोग मेरा। मैं कुड़ी तू, मैं क्या कुड़ी तू, सुनिए कुड़ी तू बलौर वरगी, किवें भुलूंगा एहसान दस तेरा, नी तेरा है नी तेरा। गल बनाती बैद बनाया चुड्डू, बम 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 बम, ओकतियां पाइयां गल बनाती बैद बनाया चुड्डू, आपा लुटिए प्यार दबुल्ले ओ की साला भुज्जू, तुखू हुण तेरे घर बन सेरा। ए कुड़िए मैं क्या कुड़िए, सोनिए कुड़िए बलौर वरगी, किवें भुलूंगा एहसान दस तेरा, नी तेरा है नी तेरा।
ਲੱਗਣਗੇ ਨਹੀਂ 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 ਨਾ ਤੇ ਆਪਾਂ ਹੋਰ ਰੱਖਣਾ ਮੇਰੇ ਘਰ ਨੂੰ ਭਾਗ ਲੱਗਣਗੇ ਜੱਤੂ ਬਣ ਗਈ ਲਾੜੀ ਲੱਤਾਂ ਕੁੱਟੂ ਸਿਰ ਵੀ ਛੱਸੂ ਸਾਰੀ ਦੇਖ ਦਿਹਾੜੀ ਸਮਾਂ ਕੱਟਿਆ ਮੈਂ ਕੱਲੇ ਨੇ ਬਸੇਰਾ ਕੁੜੀ ਤੂੰ ਮੈਂ ਕਿਹਾ ਕੁੜੀ ਤੂੰ ਸੋਹਣੀ ਕੁੜੀ ਤੂੰ ਬਲੌਰ ਵਰਗੀ ਕਿਵੇਂ ਭੁੱਲੂਗਾ ਅਹਿਸਾਨ ਦੱਸ ਤੇਰਾ ਨੀ ਤੇਰਾ ਹਾਈ ਤੇਰਾ ਤੂੰ ਇੱਧਰ ਹੋ ਪੋਕ ਹੋ ਗਿਆ ਤੈਨੂੰ ਮੇਰੀ ਨਾਬਾਲਗ ਤੇ ਭੋਲੀ ਪਾਲੀ ਭੈਣ ਤੇ ਪੱਟੂ ਪਾਨੇ ਸ਼ਰਮ ਨਾ ਆਈ ਨਾਲੇ ਮੈਨੂੰ ਤੇ ਪਹਿਲਾਂ ਹੀ ਪਤਾ ਸੀ ਤੂੰ ਕੁੜੀ ਦੇ ਚੱਕਰ ਨੂੰ ਨਹੀਂ ਕੁੜੀ ਦੇ ਚੱਕਰ ਨੂੰ ਚੱਕਰ ਪਿਆ ਕੱਟਣਾ ਏ ਓਏ ਬਕਵਾਸ ਨਾ ਕਰ ਹਕੀਮਾ ਉਹ ਤੇਰੀ ਭੈਣ ਨਾਬਾਲਗ ਨੀ ਇਹ ਬਾਲਗ ਤੋਂ ਵੀ 5-7 ਤਾਹਾਂ ਨੂੰ ਜਾ ਚੁੱਕੀ ਹੈ ਨਾਲੇ ਤੇਰੀ ਭੈਣ ਨੂੰ ਤੇਰੀ ਨੂੰ ਮੈਂ ਨਹੀਂ ਫਸਾਇਆ ਇਹ ਆਪੇ ਫਸੀ ਹੈ ਕਿਉਂ ਕੁੜੀਏ ਨਹੀਂ ਵੀਰਾ ਇਹ ਝੂਠ ਬੋਲਦਾ ਜੱਫੀਆਂ ਮੈਂ ਕੱਲਾ ਪਾਉਂਦਾ ਸੀ ਨਾਲੇ ਛੋਟੇ ਤੇਰੇ ਨੂੰ ਮੈਂ ਚੜਾਇਆ ਸੀ ਓਏ ਬਕਵਾਸ ਨਾ ਕਰ ਓਏ ਮੈਂ ਅੱਜ ਹੀ ਪੰਚਾਇਤ ਬੁਲਾ ਕੇ ਤੈਨੂੰ ਪਿੰਡੋਂ ਬਾਹਰ ਕਢਾਉਣਾ ਤੂੰ ਸਾਲਿਆ ਪਿੰਡ ਵਿੱਚ ਗੰਦ ਪਾਇਆ ਹੋਇਆ ਮੈਂ ਕਿਹਾ ਜੇ ਪਿੰਡ ਦੇ ਗੰਦ ਨੂੰ ਦੂਰ ਕਰਨਾ ਹੈ ਤਾਂ ਦੋਨਾਂ ਨੂੰ ਬਾਹਰ ਕਢਾਇਓ ਮੇਰੇ ਕੱਲੇ ਦੇ ਬਾਹਰ ਨਿਕਲ ਅੱਧਾ ਗੰਦ ਬਾਹਰ ਜਾਊਗਾ ਓ ਤੂੰ ਇੱਧਰ ਹੋ ਚੱਲ ਨੀ ਕੁੜੀਏ ਤੈਨੂੰ ਪੰਚਾਇਤ 'ਚ ਵੇਖੂੰਗਾ ਪੰਚਾਇਤ 'ਚ ਮੈਂ ਕਿਉਂ ਵਾਹ ਬਈ ਵਾਹ ਪੰਚਾਇਤ ਨੇ ਬੁਲਾਇਆ ਬਈ ਪੰਚਾਇਤ ਨੇ ਬੁਲਾਉਣਾ ਹੀ ਸੀ ਕਦੇ ਨਾ ਕਦੇ ਸਿਆਣੇ ਬੰਦਿਆਂ ਤੋਂ ਸਲਾਹ ਲੈਣੀ ਪਾਈ ਜਾਂਦੀ ਹੈ ਵਾਹ ਸਾਰੇ ਘਰ ਦੇ ਬੰਦੇ ਬੈਠੇ ਹੈ ਕਿੰਨੇ ਸਿਆਣੇ ਬੰਦੇ ਬੈਠੇ ਹੈ ਹੋਰ ਜੀ ਕੀ ਸਲਾਹ ਲੈਣੀ ਸੀ ਮੇਰੇ ਤੋਂ ਖੜਾ ਹੋ ਤੂੰ ਹੈ ਕਿਉਂ ਜੀ ਤੂੰ ਮੁਲਜ਼ਮ ਹੈ ਮੈਂ ਮੁਲਜ਼ਮ ਹੈ ਨਹੀਂ ਮੁਲਜ਼ਮ ਨਹੀਂ ਤੂੰ ਬਤਾਸੇ ਖਾਣਾ ਆਇਆ ਇੱਥੇ ਦੱਸਣਾ ਤੈਨੂੰ ਹੁਣੇ ਮੈਂ ਅੱਛਾ ਇਹ ਸਾਰੀ ਅੱਗ ਤੇਰੀ ਲਾਈ ਹੈ ਬੱਚੂ ਦੇਖੋ ਕੋ ਗਿਆ ਹਾਂਜੀ ਵੈਦ ਜੀ ਦੀ ਸ਼ਿਕਾਇਤ ਆਈ ਹੈ ਕੀ ਆਈ ਹੈ ਜੀ ਕਿ ਤੂੰ ਉਹਦੀ ਭੈਣ ਨੂੰ ਛੇੜਿਆ ਹੈ ਅੱਛਾ ਜੀ ਤੂੰ ਪੰਚਾਇਤ ਦੇ ਫੈਸਲੇ ਤੋਂ ਪਹਿਲਾਂ ਆਪਣੀ ਸਫਾਈ ਪੇਸ਼ ਕਰਨੀ ਚਾਹੁੰਦਾ ਇਹ ਸਰਪੰਚ ਜੀ ਇਹਨ ਸਫਾਈ ਸਿਰ ਮਾਂ ਦੀ ਪੇਸ਼ ਕਰਨੀ ਹੈ ਇਹ ਤਾਂ ਮੇਰੇ ਘਰ ਦੀ ਸਫਾਈ ਕਰ ਚੱਲਿਆ ਸੀ ਉਲੂ ਦਾ ਪੱਕਾ ਚੁੱਪ ਕਰ ਤੂੰ ਦੱਸ ਠੀਕ ਹੈ ਜੀ ਦੇਖੋ ਜਦੋਂ ਹੁਣੇ ਤੁਹਾਡੇ ਕੰਮ ਟੰਗੜਾ ਹੀ ਆਉਂਦਾ ਇਹ ਪਿੱਛੋਂ ਕੀ ਕਰਦਾ ਹੋਊਗਾ ਬੋਲ ਕੀ ਬੋਲਦਾ ਦੇਖੋ ਜੀ ਮੈਂ ਤਾਂ ਸੱਚਾ ਬੰਦਾ ਜੀ ਤੇ ਸੱਚੀ ਜੀ ਦੱਸੂਗਾ ਜੀ ਮੈਂ ਵੈਜ ਕੋਲੇ ਜਾਂਦਾ ਸੀ ਬਿਮਾਰੀ ਦੀ ਪੂੜੀ ਲੈਣ ਤੇ ਇਹਨਾਂ ਦੇ ਘਰੇ ਪੂੜੀ ਦੇ ਕੇ ਜੀ ਮੈਥੋਂ ਰਿਹਾ ਨਾ ਗਿਆ ਜੀ ਆਪਾਂ ਗੱਲਾਂ ਕਰਨ ਲੱਗ ਗਏ ਜੀ ਤੇ ਉਹ ਮੇਰੇ ਨਾਲ ਗੱਲਾਂ ਕਰਨ ਲੱਗ ਗਈ ਮੈਂ ਉਹਦੇ ਨਾਲ ਪਿਆਰ ਕਰਨ ਲੱਗ ਗਿਆ ਉਹ ਮੇਰੇ ਨਾਲ ਪਿਆਰ ਕਰਨ ਲੱਗ ਗਈ ਮੈਂ ਉਹਦੇ ਨਾਲ ਪਿਆਰ ਕਰਨ ਲੱਗ ਗਿਆ ਉਹ ਮੇਰੇ ਨਾਲ ਪਿਆਰ ਕਰਨ ਲੱਗ ਗਿਆ ਚੁੱਪ ਕਰ ਕਮਾਲ ਦੀ ਗੱਲ ਹੈ ਆਪ ਹੀ ਕਈ ਜਾਣੇ ਬੋਲੇ ਬੋਲੇ ਆਪ ਹੀ ਕਈ ਜਾਣੇ ਚੁੱਪ ਕਰੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਸਰਪੰਚ ਸਾਹਿਬ ਜਦੇ ਬੰਦਾ ਆਪਣੀ ਗਲਤੀ ਮੰਨਦਾ ਹੈ ਇਹੋ ਜਿਹੇ ਗੰਦਾ ਪਿੰਡ 'ਚ ਰਹਿਣ ਦਾ ਕੋਈ ਹੱਕ ਨਹੀਂ ਇਹਦੀ ਟੈਂਟ ਫੁੱਟ ਪਿੰਡੋਂ ਬਾਹਰ ਸੁੱਟੀ ਜਾਵੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸਾਰੀ ਪੰਚਾਇਤ ਦਾ ਫੈਸਲਾ ਆਇਆ ਕਿ ਤੂੰ ਪਿੰਡੋਂ ਦਹਾਂ ਹੋ ਜਾ ਬਸ ਐ ਕਰੋ ਜੀ ਜੇ ਤੁਹਾਡਾ ਫੈਸਲਾ ਤਾਂ ਮੈਨੂੰ 4-5 ਦਿਨ ਦੀ ਮੋਹਲਤ ਹੋ ਦੇ ਦਿਓ ਜੀ ਸਰਪੰਚ ਜੀ ਇਹਨੂੰ 1 ਮਿੰਟ ਦੀ ਮੋਹਲਤ ਨਹੀਂ ਰਹਿਣੀ ਦਫਾ ਕਰੋ ਇਹੋ ਜਿਹੇ ਗੰਦ ਨੂੰ ਪਿੰਡ 'ਚ ਬਾਂਦਰ ਜਿਹਾ ਨਾ ਹੋਵੇ ਤਾਂ ਬਸ ਤੂੰ ਪਿੰਡੋਂ ਦਹਾਂ ਹੋ ਜਾ ਮੈਂ ਕਿਹਾ ਜੀ ਮੈਨੂੰ 2 ਦਿਨ ਮੋਹਲਤ ਦੇ ਦਿਓ ਜੀ 2 ਦਿਨ ਦੀ ਜੀ ਨਹੀਂ ਬਿਲਕੁਲ ਨਹੀਂ ਦਹਾਂ ਹੋ ਜਾ ਇੱਥੋਂ ਚੰਗਾ ਤੁਹਾਡੀ ਮਰਜ਼ੀ ਹੈ ਓਏ ਲਓ ਭਰਾਵੋ ਤੁਸੀਂ ਸੱਚੇ ਬੰਦੇ ਨੂੰ ਪਿੰਡ ਚੋਂ ਬਾਹਰ ਕੱਢ ਰਹੇ ਹੋ ਇਹ ਗੱਲ ਖੋਲ ਕੇ ਸੁਣ ਲਓ ਤੁਹਾਡੀਆਂ ਮੱਕੀਆਂ ਨਹੀਂ ਪੱਕਣੀਆਂ ਤੁਹਾਡੇ ਖਰਬੂਜੇ ਨਹੀਂ ਪੱਕਣੇ ਕਣਕਾਂ ਕੱਚੀਆਂ ਰਹਿਆ ਕਰਨਗੀਆਂ ਦੇਖ ਲਿਓ ਤੁਸੀਂ ਚੰਗਾ ਮੈਂ ਜਾ ਰਿਹਾ ਮੈਂ ਜਾ ਰਿਹਾ ਉਹ ਤਾਂ ਬਾਈ ਹੁਣ ਜਿਹੜੀ ਖੁਰਨੀ ਚ ਦਾਣਾ ਫੱਕਾ ਹੋਊਗਾ ਉੱਥੇ ਮੂੰਹ ਵੱਜੂਗਾ ਤੇ ਇਸ ਵੇਲੇ ਤੇਰੀ ਖੁਰਨੀ ਦਾਣਾ ਫੱਕਾ ਤੇ ਅਸੀਂ ਉੱਥੇ ਮੂੰਹ ਮਾਰਨਾ ਆਵਾ ਗੱਲ ਆ ਜਾ ਨਾਲ ਚੱਕੀ ਫਿਰਨਾ ਸਾਧ ਮਾੜੀ ਜਿੰਨੀ ਆਖੇ ਗੁੱਸਾ ਲੱਗੇ ਲੈ ਜਿੰਨੀ ਆਖੇ ਪੀ ਜਾ ਫਿਰ
ਬਈ ਗੱਲ ਹੈ, ਸਵਾਲ ਆ ਗਿਆ, ਆਪਾਂ ਤਾਂ ਇੱਥੋਂ ਮੁੜ ਕੇ ਤੇਰੇ ਨਾਲ ਹੀ ਰਿਹਾ ਕਰਾਂਗੇ। ਮੈਂ ਗੱਲ ਸੁਣਨਾ ਕੋ ਗਿਆ ਵੀ ਅਸੀਂ ਰੌਣਕੀ ਬੰਦੇ, ਤੇ ਤੇਰੇ ਵਰਗਾ ਰੌਣਕੀ ਬੰਦਾ ਹੀ ਸਾਨੂੰ ਚਾਹੀਦਾ। ਸਾਨੂੰ ਤਾਂ ਪਹਿਲੇ ਪਤਾ ਸੀ ਵੀ ਮੇਰੇ ਵਰਗੇ ਰੌਣਕੀ ਬੰਦੇ ਬਗੈਰ ਤੈਨੂੰ ਨਹੀਂ ਸਰਦਾ, ਮੈਨੂੰ ਤੇਰੇ ਕੋਲੇ ਆਉਣਾ ਹੀ ਪਊਗਾ। ਗੱਲ ਮਾੜੀ ਹੋਰ ਭਾਈ ਮੁੰਡਿਆ ਮਾਰੇ ਕੁੱਟ ਕਮਾਲ ਦੀ ਗੱਲ ਹੈ ਯਾਰ, ਉਹ ਤੇਰੇ ਪੈ ਲੱਗਦੇ ਆ, ਅਸੀਂ ਕੋਈ ਨੰਗ ਹੈ ਸਾਰਾ ਮਾੜੀ ਜੀ ਪਾਤੀ। ਗੁੱਸੇ ਨਾ ਕਰ, ਗੁੱਸੇ ਕੀ ਸਵਾਲ ਹੈ ਯਾਰ, ਕਰੀ ਕੀ ਜਾਂਦਾ ਮੈਨੂੰ ਛੱਡ ਕੇ ਕਿਉਂ ਚਲੇ ਗਏ? ਅਥਰੂ ਪੂੰਝ ਲੈ ਪੁੱਤ, ਅਥਰੂ ਪੂੰਝ ਲੈ। ਨਹੀਂ ਬਾਪੂ, ਨਹੀਂ ਨਹੀਂ ਬਾਪੂ, ਮੈਂ ਹੀ ਆਪਣੀ ਮਾਂ ਦੀ ਮੌਤ ਦਾ ਕਾਰਨ, ਨਾ ਮੈਂ ਕੁੱਲਣ ਜਾਂਦੀ ਨਾ ਇਹ ਕਾਰਨ ਹੁੰਦਾ। ਬਾਪੂ ਤੂੰ ਆਪਣੇ ਹੱਥਾਂ ਨਾਲ ਮੇਰੇ ਗਲਾ ਘੁੱਟ ਕੇ ਮੈਨੂੰ ਮਾਰ ਦੇ। ਨਹੀਂ ਪੁੱਤ, ਮੈਂ ਤੇਰਾ ਗਲਾ ਨਹੀਂ ਘੋਟਾਂਗਾ, ਮੈਂ ਗਲਾ ਘੋਟਾਂਗਾ ਉਸ ਕਮੀਨੇ ਦਾ ਜਿਹਦੇ ਗਲੇ ਵਿੱਚ ਨਿੱਤ ਨਵੀਂ ਸੋਨੇ ਦੀ ਜੰਜੀਰ ਚਮਕਦੀ ਹੈ। ਮੈਂ ਗਲਾ ਘੋਟਾਂਗਾ ਉਸ ਖੂਨੀ ਦਾ ਜਿਹਦੇ ਹੱਥ ਤੇਰੀ ਮਾਂ ਦੇ ਖੂਨ ਨਾਲ ਰੰਗੇ ਹੋਏ ਨੇ। ਤੂੰ ਇਹਦਾ ਕੁਝ ਵੀ ਨਹੀਂ ਕਰੇਗਾ ਬਾਪੂ, ਤੂੰ ਇਹਦਾ ਕੁਝ ਨਹੀਂ ਕਰੇਗਾ। ਮਾਂ ਤਾਂ ਮੈਨੂੰ ਪਹਿਲਾਂ ਹੀ ਛੱਡ ਕੇ ਤੁਰ ਗਏ। ਤੂੰ ਵੀ ਸ਼ਾਨ ਨੂੰ ਮੋੜ ਕੇ ਬਾਹਰ ਲੱਗ ਗਿਆ, ਤੇ ਮੇਰਾ ਕੀ ਹੋਊਗਾ ਬਾਪੂ, ਮੇਰਾ ਕੀ ਹੋਊਗਾ ਬਾਪੂ? ਕਹਾਂ ਮੇਰੇ ਸੋ ਬਾਪੂ, ਕਹਾਂ ਮੇਰੇ ਸੋ? ਤੂੰ ਅਜੇ ਤੱਕ ਕੁਝ ਵੀ ਨਹੀਂ ਕਰੇਗਾ ਬਾਪੂ। ਨਹੀਂ ਪੁੱਤਰ, ਨਹੀਂ, ਮੈਨੂੰ ਆਪਣੀ ਸੋ ਨਾ ਦੇ, ਨਾ ਦੇ। ਮੇਰਾ ਤਾਂ ਹੁਣ ਜ਼ਿੰਦਗੀ ਦਾ ਇੱਕੋ ਹੀ ਮਕਸਦ ਹੈ, ਤੇਰੀ ਮਾਂ ਦੇ ਕਾਤਲ ਦੀ ਮੌਤ। ਨੂੰ ਕੀ ਪਤਾ ਸੀ ਕਿ ਗੇੜ ਐਡਾ ਪੁੱਠਾ ਪੈ ਜਾਏਗਾ? ਬਾਪੂ, ਐਤਕੀ ਗੇੜ ਵੀ ਤਾਂ ਬਹੁਤ ਵੱਡਾ ਹੈ, ਕਿਤੇ ਤੇਰੇ ਗੇੜੇ ਨਾ ਖਵਾ ਦੇ। ਓਏ, ਮੈਂ ਵੱਡੇ ਵੱਡੇ ਗੇੜ ਸਿੱਧੇ ਕਰ ਦਿੱਤੇ, ਤੂੰ ਫਿਕਰ ਨਾ ਕਰ। ਫਿਕਰ ਨਾ ਕਰ? ਉਹ ਮੈਂ ਫਿਕਰ ਕਿਵੇਂ ਨਾ ਕਰਾਂ? ਦਇਆ ਰਾਮ ਤੇਰਾ ਮੌਕੇ ਦਾ ਗਵਾਹ ਹੈ ਨਾ। ਓਏ, ਦਇਆ ਰਾਮ ਦਾ ਗੇੜ ਤੂੰ ਮੇਰੇ ਤੇ ਛੱਡ ਦੇ, ਉਹ ਮੇਰਾ ਬਚਪਨ ਦਾ ਯਾਰ ਹੈ। ਜੇ ਉਹ ਤੇਰਾ ਬਚਪਨ ਦਾ ਯਾਰ ਹੈ ਨਾ, ਉਹਨੂੰ ਅਦਾਲਤ ਜਾਣ ਤੋਂ ਪਹਿਲਾਂ ਸਮਝਾ ਦੇ ਕਿ ਤੇਰੇ ਖਿਲਾਫ ਗਵਾਹੀ ਨਾ ਦੇਵੇ। ਓਏ ਜੋਰਿਆ, ਦਇਆ ਰਾਮ ਮੇਰਾ ਯਾਰ ਹੈ ਤੇ ਉਹ ਮੇਰੇ ਖਿਲਾਫ ਗਵਾਹੀ ਕਦੇ ਨਹੀਂ ਦੇ ਸਕਦਾ। ਅਦਾਲਤ ਵਿੱਚ ਗਵਾਹੀ ਮੈਂ ਦਿਆਂਗਾ, ਤੂੰ ਫਿਕਰ ਨਾ ਕਰ ਬਹਾਦੁਰਾ। ਨੰਬਰਦਾਰ ਜੀ, ਮੈਨੂੰ ਸੌਂ ਹੈ ਸੁੰਦਰਾਂ ਦੀ, ਮੈਂ ਅਦਾਲਤ ਤੋਂ ਪਹਿਲਾਂ ਉਸ ਕੁੱਤੇ ਨੂੰ ਨਰਕ ਚ ਪਹੁੰਚਾ ਦਾਂਗਾ। ਉਹ ਤੈਨੂੰ ਤੇ ਬਦਲੇ ਦੀ ਅੱਗ ਨੇ ਪਾਗਲ ਕਰ ਦਿੱਤਾ ਹੈ। ਤੁਸੀਂ ਜੋ ਮਰਜ਼ੀ ਕਹੋ, ਜਦ ਤੱਕ ਮੈਂ ਉਸ ਕੁੱਤੇ ਦੇ ਗੰਦੇ ਖੂਨ ਨੂੰ ਪੀ ਕੇ ਥੁੱਕ ਨਾ ਲਿਆ, ਮੈਂ ਸ਼ਾਂਤੀ ਨਾਲ ਹੀ ਬੈਠਾਂਗਾ। ਪਰ ਤੂੰ ਫਿਕਰ ਨਾ ਕਰ, ਵਿਸ਼ਵਾਸ ਰੱਖ, ਉਹ ਆਪਣੇ ਕੀਤੇ ਦਾ ਫਲ ਜ਼ਰੂਰ ਪਾਏਗਾ, ਕਿਉਂਕਿ ਅਦਾਲਤ ਵਿੱਚ ਮੈਂ ਉਹ ਹੀ ਕਹਾਂਗਾ ਜੋ ਮੈਂ ਆਪਣੀ ਅੱਖਾਂ ਦੇ ਨਾਲ ਦੇਖਿਆ ਹੈ। ਤੂੰ ਕੁਝ ਨਹੀਂ ਵੇਖਿਆ ਦਇਆ ਰਾਮ? ਕਿਉਂ? ਕਿਉਂਕਿ ਤੂੰ ਮੇਰਾ ਯਾਰ। ਮੈਂ ਤੇਰਾ ਯਾਰ ਜ਼ਰੂਰ ਹਾਂ, ਪਰ ਜੋ ਕੁਝ ਵੇਖਿਆ ਨਾ, ਸੋ ਹੀ ਕਹਾਂਗਾ। ਓਏ, ਯਾਰ ਯਾਰਾਂ ਦੇ ਕੰਮ ਹੁੰਦੇ ਨੇ, ਤੇ ਤੂੰ ਮੇਰਾ ਯਾਰ ਹੋ ਕੇ ਮੇਰੇ ਖਿਲਾਫ ਗਵਾਹੀ ਦੇਗਾ? ਪਰ ਗੱਲ ਸੁਣ ਮਾਇਆ ਦਾਸਾ, ਮੈਂ ਸੱਚਾਈ ਤੋਂ ਮੂੰਹ ਨਹੀਂ ਮੋੜ ਸਕਦਾ ਨਾ, ਸੱਚ ਲਈ ਮੇਰੀ ਜਾਨ ਚਲੀ ਜਾ ਤੇ ਪਰਵਾਹ ਨਹੀਂ। ਓਏ, ਮੇਰੇ ਵਰਗੇ ਯਾਰ ਨਾਲ ਵਿਗਾੜ ਕੇ ਤੂੰ ਜਿਉਂਦਾ ਵੀ ਨਹੀਂ ਰਹੇਗਾ। ਮੈਂ ਤੇਰੀਆਂ ਧਮਕੀਆਂ ਜਾਣ ਵਾਲਾ ਨਹੀਂ, ਜੋ ਸੱਚ ਔਰ ਜੋ ਮੇਰੀਆਂ ਅੱਖਾਂ ਨੇ ਵੇਖਿਆ ਸੋ ਹੀ ਕਹਾਂਗਾ।
बाकी फैसला अदालत के हाथ में। चंगा तू जी गुआई देनी है दे ला, अदालत का गेड़ मैं सीधा कर लांगा। बयान वकीलों की जिरह तो बाद अदालत इस नतीजे ते पहुंची है कि श्री बहादुर सिंह की बीवी महरूम श्रीमती सुंदरा देवी का कतल कतल नहीं बल्कि खुदकशी है, क्योंकि फिंगर एक्सपर्ट की रिपोर्ट के मुताबिक जिस हथियार नाल श्रीमती सुंदरा देवी ने खुदकशी की उसते उंगलियां के निशाना किसी होर दे नहीं बल्कि खुद श्रीमती सुंदरा देवी दे अपने ही पाए गए ने। इसलिए अदालत माया दास वल्द श्री तनी राम नू पा इज्जत बड़ी कर दिए। बल्ले बल्ले वे मुल मोड़दा वकील ने ईसियां करातियां विचे बहादुर जी ते विचे दया राम दियां वड़े मौके दे गवाह बड़े फिरदे सी। सदके जावा उहदे दिमाग दे कतल दे केस नू उही हासा बना दिता ਸਾਨੂੰ ਬਰੀ ਕਰਾਤਾ। ਓਏ ਨੋਟ ਵੀ ਤਾਂ ਜੋਰੇ ਨੇ ਖਰਚੇ ਨੇ 25,000 ਰੁਪਇਆ ਬਾਦਾ ਜ਼ਰਾ ਪਾਣੀ ਵਾਂਗੂ। 25,000 ਦੀ ਕੀ ਗੱਲ ਕਰਦਾ, ਇੱਕ ਗੇੜੇ ਦੀ ਮਾਰਿਆ ਮਿੱਤਰਾ, ਪਰਿਵਾਰ ਦਾ ਕਰ ਅੜਾ ਦੇ ਪ੍ਰਚੰਡਾ। ਕਿਤਲਾ ਓਏ ਜ਼ਰਾ ਹੌਲੀ, ਕੰਧਾਂ ਦੇ ਵੀ ਕੰਨ ਹੁੰਦੇ ਆ, ਖਾਓ ਪੀਓ ਮੌਜ ਕਰੋ ਤੇ ਜਸ਼ਨ ਮਨਾਓ, ਪਰ ਲੋਕਾਂ ਦੀਆਂ ਨਜ਼ਰਾਂ ਤੋਂ ਜ਼ਰਾ ਬਚ ਕੇ ਸਮਝ ਗਏ ਹੋ ਨਾ ਚੋਰਿਆ? ਬਸ ਇਸੇ ਗੇੜ ਚ ਰੱਖ, ਕੁਝ ਨੀ ਬੰਦੇ ਯਾਰ ਤੁਸੀਂ। ਓਏ ਮੈਂ ਕਿਹਾ ਸ਼ਾਮ ਦਾ ਭੇਜਿਆ ਗੋਗੇ ਹੋਰਾਂ ਨੂੰ, ਅਜੇ ਤੱਕ ਗਾਉਣਾ ਨੀ ਲੈ ਕੇ ਆਇਆ। ਲੈ ਦੱਸ ਜੋਰਿਆ ਬਾਈ, ਜੇ ਤੂੰ ਕਹੇ ਤਾਂ ਮੈਂ ਪਤਾ ਕਰਾਵਾਂ। ਓਏ ਚੁੱਪ ਕਰ, ਤੂੰ ਵੀ ਬਥੇਰੀ ਵਾਲੀ ਥੁੱਕ ਲਾਏ ਆ ਯਾਰ। ਮੈਂ ਫਿਰ ਤੇਜਾ ਨਾ, ਮੈਨੂੰ ਸਮਝ ਨੀ ਆਉਂਦੀ, ਮੈਨੂੰ ਪਤਾ ਵੀ ਹੁੰਦਾ ਪੈਸੇ ਖਾ ਜੂਗਾ ਇਹ। ਫੇਰ ਤੇਜਾ ਨਾ ਆਖੂ, ਮੇਰੇ ਵਰਗੀ ਸੋਹਣੀ ਗਾਉਣ ਵਾਲੀ ਨੱਚਣ ਵਾਲੀ ਕੋਈ ਲਿਆ ਹੀ ਨੀ ਸਕਦਾ। ਲੈ ਦੱਸ, ਉਹ ਆ ਗਿਆ ਵਿਜੇ ਬਾਈ ਲੈ ਕੇ। ਕਿੱਥੇ ਆ? ਜੋਰਿਆ ਲੈ ਬਈ ਆ ਗਈ ਆ, ਸੰਭਾਲ। ਘੋਗਾ ਕਿੱਥੇ ਆ? ਓਏ ਘੋਗਾ ਘੋਗੇ ਬਾਈ ਛੱਡ, ਤੈਨੂੰ ਪਤਾ ਹੀ ਆ ਘੋਗੇ ਤੋਂ ਕੀ ਲਾਇਆ ਟੋਲਾ ਕੋਲ ਖੜਾ। ਕੱਪੜੇ ਕੁਪੜੇ ਦਾ ਵਾਹਵਾ ਪਾਇਆ, ਸਰੀਰ ਦੀ ਵੀ ਉਹਦਾ ਚੰਗੀ ਹੀ ਲੱਗਦੀ ਹੈ। ਮੈਂ ਕਿਹਾ ਸੋਹਣੀਏ ਤੇਰਾ ਨਾਂ ਕੀ ਹੈ? ਮਸਤਾਨੀ। ਆਏ ਓ ਰੱਬਾ, ਤੇ ਤੈਨੂੰ ਪਸੰਦ ਕੀ ਹੈ? ਬੰਦੇ ਦੀ ਜਵਾਨੀ। ਹਾਏ ਮੈਂ ਮਰ ਜਾ, ਸਵਾਲ ਲਿਆ ਤਾ ਕਿ ਐ ਕਰੋ ਜੁੱਟੋ, ਇਹਨੂੰ ਪਹਿਲਾਂ ਉਧਰ ਲੈ ਚਲੋ, ਲੋਡੂ ਦੇ ਘਰ ਸ਼ੇਰੀ ਕਰੋਗੇ ਨਾ? ਨਾ ਜੀ, ਸੰਗ ਆਉਂਦੀ ਆ। ਉਹ ਮੈਂ ਕਿਹਾ ਜੰਗਾਂ ਦਾ ਜਵਾ ਦੂਰ ਹੋ ਜਾਣਗੇ ਜਦੋਂ ਮੌਕਾ ਆ ਗਿਆ, ਫਿਕਰ ਦਾ ਘਰ ਤੂੰ ਲੈ ਲੋ ਘਰ ਜਾਓ। ਨਾ 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 ਨਾ, ਦੂਰ ਕਰ ਦੋ ਘਰ ਇਹਨੇ। ਨਾ ਹੋਏ ਹੋਏ, ਮੈਨੂੰ ਸੰਗ ਆਉਂਦੀ ਆ, ਮੈਂ ਕਹੀ ਲੈ ਜਾਂਦੀ ਆ। ਜਾਣਾ ਨਹੀਂ ਜਾਣਾ ਰੋਡੂ ਦੇ,
ਕਹਿਣਾ ਜਾਣਾ ਨਹੀਂ ਜਾਣਾ ਮੈਂ ਨਹੀਂ ਜਾਣਾ ਰੋਟੂ ਦੇ ਜਾਣਾ ਪਊਗਾ ਤੈਨੂੰ ਰੋਟੂ ਦੇ ਮੈਂ ਨਹੀਂ ਜਾਣਾ ਰੋਟੂ ਦੇ ਜਾਣਾ ਪਊਗਾ ਤੈਨੂੰ ਰੋਟੂ ਦੇ ਜਾਣਾ ਨਹੀਂ ਜਾਣਾ ਮੈਂ ਨਹੀਂ ਜਾਣਾ ਰੋਟੂ ਦੇ ਮੈਂ ਨਹੀਂ ਜਾਣਾ ਨਹੀਂ ਜਾਣਾ ਮੈਂ ਨਹੀਂ ਜਾਣਾ ਰੋਟੂ ਦੇ ਕੁੱਤੀ ਨਾ ਪਾਹਾਂ ਜਾਣਾ ਨਹੀਂ ਜਾਣਾ ਮੈਂ ਨਹੀਂ ਜਾਣਾ ਰੋਟੂ ਦੇ ਜਾਣਾ ਪਊਗਾ ਤੈਨੂੰ ਰੋਟੂ ਦੇ ਮੈਂ ਨਹੀਂ ਜਾਣਾ ਰੋਟੂ ਦੇ ਜਾਣਾ ਪਊਗਾ ਤੈਨੂੰ ਰੋਟੂ ਦੇ ਜਾਣਾ ਨਹੀਂ ਜਾਣਾ ਮੈਂ ਨਹੀਂ ਜਾਣਾ ਰੋਟੂ ਦੇ ਮੈਂ ਨਹੀਂ ਜਾਣਾ ਮੈਨੂੰ ਮਾਫ ਕਰਿਓ, ਦੇਖੋ ਤੁਹਾਡੇ ਸਾਹਮਣੇ ਮੈਂ ਦੋ ਘੰਟੇ ਨੱਚਿਆ, ਉੱਥੇ ਮੈਂ ਪੈਸੇ ਲੈ ਗਿਆ ਸੀ, ਉੱਥੇ ਮੈਂ ਸ਼ਰਾਬ ਪੀ ਬੈਠਾ, ਫਿਰ ਮੈਂ ਤੀਵੀਂ ਕੁਛ ਲਿਆਉਂਦਾ, ਫਿਰ ਮੈਂ ਤੀਵੀਂ ਬਣ ਕੇ ਆਪ ਹੀ ਨੱਚਿਆ, ਤੁਹਾਡੇ ਕੰਮ ਵੀ ਸਾਰਨੇ ਸੀ। ਬਾਪੂ ਬਹਾਦਰ ਤੈਨੂੰ ਮਾਰਦਾ ਮਾਰਦਾ ਵੀ ਪੁਲਿਸ ਦੇ ਗੇੜ ਚ ਪੈ ਗਿਆ। ਕੁੜੀਏ ਬਹਾਦਰ ਕਿੱਥੇ ਹੈ? ਬਾਪੂ ਤਾਂ ਘਰੇ ਨੀ। ਜਾਓ ਅੰਦਰ ਜਾ ਕੇ ਤਲਾਸ਼ੀ ਲਓ। ਕਿਉਂ, ਕੀ ਗੱਲ ਹੈ? ਤੇਰੇ ਬਾਪੂ ਨੇ ਕਤਲ ਕੀਤਾ, ਅਸੀਂ ਉਹਨੂੰ ਗ੍ਰਿਫਤਾਰ ਕਰਨ ਆਏ ਹਾਂ।
नहीं, मेरा बापू कतल नहीं कर सकता, मेरा बापू कतल नहीं कर सकता। अंदर था कोई नहीं जी। कुड़ी नू अपनी हिरासत विच लै लो, तेरा बापू अपने आप आऊगा। चल कुड़िया थाने चल। फिक्र ना कर बहादरा, मेरा तेरी पिठ ते हाथ है। जग्गे दे होंदिया पुलिस तेरा वाल भी विंगा नहीं कर सकती। ताही ते तेरे को लाया जगिया। तेरा भी ते माया दास नाल कोई जमीन का झगड़ा चलता पिया है। तू आ गया हुण सारे झगड़े मुक जाणगे। जब तक कमीने माया दास नूं मैं खत्म नहीं कर लैंदा, मैं चैन नाल ही बैठांगा। आला फट आला फट पी। लंबरदार जी, कानून सब दे वास्ते बराबर है, ते असीं कानून दे हत्थों बचे होए हां। थानेदार साहब, इस विच इस मासूम कुड़ी दा की कसूर है? इहदा कसूर इह है कि बहादुर दी धी है जिहड़ा भगौड़ा हो चुका है। बहादुर दी गिरफ्तारी लई इस दी धी नूं पुलिस दी हिरासत दे विच रखना बहुत जरूरी है। थानेदार साहब, धीआं भैणां सब दीआं सांझीआं हुंदीआं ने, नाले तुसीं ते जानदे ही हो इस विचारी दी मां पहलां ही मर चुकी है। हुण इहदा प्यो किसे दा कतल करके फरार हो गया है। ਇਹ ਵਿਚਾਰੀ ਤੇ ਪਹਿਲਾਂ ਹੀ ਦੁੱਖਾਂ ਦੀ ਮਾਰੀ ਹੋਈ ਹੈ। ਇਸ ਵਿਚਾਰੀ ਨੂੰ ਹੋਰ ਦੁਖੀ ਨਾ ਕਰੋ, ਮੈਂ ਤੁਹਾਡੇ ਅੱਗੇ ਹੱਥ ਜੋੜਨਾ। ਲੰਬੜਦਾਰ ਜੀ, ਜੇ ਅਸੀਂ ਇਸ ਨੂੰ ਛੱਡ ਦਿੱਤਾ, ਸਾਡੇ ਲਈ ਬਹਾਦਰ ਨੂੰ ਗ੍ਰਿਫਤਾਰ ਕਰਨਾ ਮੁਸ਼ਕਲ ਹੋ ਜਾਏਗਾ। ਤੁਸੀਂ ਠੀਕ ਕਹਿੰਦੇ ਹੋ, ਪਰ ਪਿੰਡ ਦਾ ਲੰਬੜਦਾਰ ਹੋਣ ਦੇ ਨਾਤੇ ਮੈਂ ਤੁਹਾਨੂੰ ਯਕੀਨ ਦਵਾਉਂਦਾ ਹਾਂ ਕਿ ਬਹਾਦਰ ਦੀ ਗ੍ਰਿਫਤਾਰੀ ਵਿੱਚ ਮੈਂ ਤੁਹਾਡੀ ਪੂਰੀ ਪੂਰੀ ਮਦਦ ਕਰਾਂਗਾ। ਜੇ ਗੱਲ ਆ, ਤੁਸੀਂ ਆਪਣੀ ਜ਼ਮਾਨਤ ਇਸ ਨੂੰ ਲਿਜਾ ਸਕਦੇ ਹੋ। ਜੀ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। चाचा जी, चल पुत्र चल, आ घर चलिए। मैं हां बच्ची, रोना बच्ची, जे बहादुर नहीं मैं तो हां पुत्र, मैंने अपना प्यो ही समझ। आ मेरी बच्ची, चाचा जी रोना बच्ची। ਮੈਨੂੰ ਮਾਰੀ,
ਮਾਰੀ ਪਹਿਲੇ ਮਾਰੀ ਜੇ ਤੈਨੂੰ ਮਾਰਨਾ ਹੁੰਦਾ ਤੇ ਕੱਦਾ ਮਾਰ ਦਿੰਦਾ ਪਰ ਤੈਨੂੰ ਮਾਰ ਕੇ ਮੇਰੇ ਸੀਨੇ ਚ ਬਲਦੇ ਭੰਬ ਠੰਡੇ ਨਹੀਂ ਹੁੰਦੇ ਅੱਠ ਇਸ ਬੰਦੂਕ ਚ ਗੋਲੀ ਤੇਰੇ ਲਈ ਨਹੀਂ ਤੇਰੇ ਪਿਓ ਲਈ ਏ ਤੇਰੇ ਪਿਓ ਦੀ ਛਾਤੀ ਛਲਨੀ ਛਲਨੀ ਕਰ ਲਈ ਏ ਜਾ ਭਾਜਾ ਜਾ ਭਾਜਾ ਤੇ ਆਪਣੇ ਕਮੀਨੇ ਪਿਓ ਨੂੰ ਕਹਿ ਦੇ ਕਿ ਉਹਦੀ ਮੌਤ ਦਾ ਫਿਸ਼ਤਾ ਬਹਾਦਰ ਆ ਗਿਆ ਓਏ ਜਾ ਭਾਜਾ ਚਿੱਤ ਕਰ ਦੇਣਾ ਬੰਦੂਕ ਹੱਥ ਬੰਦੂਕ ਉਹ ਲੰਬੇ ਗੇੜ ਚ ਨਾ ਪੈ ਜੇ ਜਾਨ ਬਚਾਉਣੀ ਆ ਤਾਂ ਭੱਜ ਚੱਲੀਏ ਚੱਲ ਜਾਨ ਤਾਂ ਬਚਾਉਣੀ ਹੈ ਕਾਕਾ ਹੋਰ ਐਸੇ ਉਮਰੇ ਮਰ ਜਾਣਾ ਨਾਲੇ ਸੱਚ ਜੇ ਤੂੰ ਮੇਰੇ ਤੂੜੀ ਵਾਲੇ ਕੋਠੇ ਵੀ ਭਰਨੇ ਆ ਭੱਜ ਚੱਲ ਰਾਣੀ ਪੁੱਤਰ ਬਾਪੂ ਮੈਨੂੰ ਇਕੱਲੀ ਛੱਡ ਕੇ ਕਿੱਥੇ ਤੁਰ ਗਿਆ ਸੀ ਤੈਨੂੰ ਆਪਣੀ ਧੀ ਦਾ ਸਾਰਾ ਵੀ ਖਿਆਲ ਨਹੀਂ ਆਇਆ ਬਾਪੂ ਤੂੰ ਆਪਣੀ ਹਾਲਤ ਕੀ ਬਣਾ ਲਈ ਬਾਪੂ ਮੈਂ ਤੂੰ ਤੇ ਠੀਕ ਠਾਕ ਹੈ ਨਾ ਪੁੱਤਰ ਹਾਂ ਬਾਪੂ ਮੈਂ ਠੀਕ ਠਾਕ ਹਾਂ ਜਿਹਦੀ ਮਾਂ ਮਰ ਗਈ ਹੋਵੇ ਜਿਹਦਾ ਪਿਓ ਤੈਨੂੰ ਛੱਡ ਕੇ ਚਲਾ ਗਿਆ ਹੋਵੇ ਸੋਚ ਲੈ ਕਿ ਤੇਰਾ ਪਿਓ ਵੀ ਮਰ ਗਿਆ ਬਾਪੂ ਨੇ ਹਾਂ ਪੁੱਤਰ ਹਾਂ ਅੱਜ ਦੇ ਬਾਅਦ ਤੂੰ ਲੰਬੜਦਾਰ ਨੂੰ ਹੀ ਆਪਣਾ ਪਿਓ ਸਮਝੀ ਬਾਦਰਾ ਬਾਦਰਾ ਤੇਰੇ ਜਾਨ ਮਗਰੋਂ ਮੈਂ ਇਸ ਨੂੰ ਆਪਣੀ ਧੀ ਸਮਝ ਕੇ ਆਪਣੇ ਘਰ ਲੈ ਆਇਆ ਸੀ ਤੂੰ ਇਸ ਦੀ ਚਿੰਤਾ ਨਾ ਕਰ ਓਏ ਆਪਣੀ ਫਿਕਰ ਕਰ ਛੱਡ ਇਸ ਬਦਲੇ ਨੂੰ ਤੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦੇ ਨਹੀਂ ਲੰਮੜਦਾਰਾ ਨਹੀਂ ਜਦ ਤੱਕ ਮੈਂ ਮਾਇਆ ਦਾਸ ਦੇ ਟੁਕੜੇ ਟੁਕੜੇ ਕਰਕੇ ਕੁੱਤਿਆਂ ਦੇ ਚੀਲਾਂ ਨੂੰ ਨਹੀਂ ਪਾ ਦਿੰਦਾ ਓਏ ਮੈਨੂੰ ਪੁਲਿਸ ਕੀ ਉਹ ਮੈਨੂੰ ਰੱਬ ਹੱਥ ਨਹੀਂ ਲਾ ਸਕਦਾ ਉਹ ਮੈਂ ਕਤਲ ਚਾਹੇ ਇੱਕ ਕਰਾਂ ਚਾਹੇ ਸੌ ਉਹ ਲੱਗਣਾ ਮੈਂ ਫਾਹੀ ਏ ਪਰ ਮੈਂ ਆਪਣੀ ਸੁੰਦਰਾਂ ਦੇ ਖੂਨ ਦਾ ਬਦਲਾ ਲੈ ਕੇ ਫਿਰ ਮਰਾਂਗਾ ਚਾਹੇ ਮੈਂ ਫੇਰ ਲੱਗ ਜਾਵਾਂ ਓਏ ਮੂਰਖ ਨਾ ਬਣ ਉਸ ਤੋਂ ਕੰਮ ਲੈ ਆਪਣੀ ਗਊ ਵਰਗੀ ਧੀ ਤੇ ਤਰਸ ਖਾ ਮੈਨੂੰ ਹੁਣ ਤੇਰੀਆਂ ਗੱਲਾਂ ਦਾ ਕੋਈ ਅਸਰ ਨਹੀਂ ਮੈਂ ਬਹੁਤ ਅੱਗੇ ਲੰਘ ਚੁੱਕਾ ਚੰਗਾ ਪੁੱਤਰ ਚੰਗਾ ਬਾਪੂ 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 ਨਾਰੂ ਨਾਰੂ ਮੈਂ ਵੀ ਤਾਂ ਪਿਓ ਹੀ ਨਾਰੂ ਸਾਬੇ ਬਾਪੂ ਮੈਂ ਚੱਲਦਾ ਚੰਗਾ ਜਾ ਜੋਰਿਆ ਪਰ ਪਿਛਲੇ ਮਾਲ ਦਾ ਸਾਫ ਪੂਰਾ ਲੈ ਕੇ ਆਈ ਤੇ ਨਾਲੇ ਗੁਮਟਾਲੇ ਜਾ ਕੇ ਨਾ ਜਿਹੜਾ ਮੁੰਡਾ ਆਪਾਂ ਪ੍ਰੀਤੀ ਵਾਸਤੇ ਵੇਖਿਆ ਉਹਨੂੰ ਝਾਤੀ ਮਾਰ ਆਈ ਤਾਂ ਕਿ ਵਿਆਹ ਦੀ ਤਰੀਕ ਪੱਕੀ ਕਰ ਲਈ ਕਿਉਂਕਿ ਅੱਜ ਕੱਲ ਪਿੰਡ ਵਾਲੇ ਨੇ ਨਜ਼ਰਾਂ ਸਾਡੇ ਤੇ ਨੇ ਬਾਪੂ ਫਿਕਰ ਨਾ ਕਰ ਤੂੰ ਦੋਵੇਂ ਕੰਮ ਨਿਬੇੜ ਕੇ ਆਉਂ ਗੱਲਾਂ ਕਿਹੜੀਆਂ ਕਰਦਾ ਬਾਪੂ ਸ਼ਾਬਾਸ਼ ਜੋਰਿਆ ਇਸੇ ਗੇੜ ਚ ਰੱਖ ਸਤਿ ਸ੍ਰੀ ਅਕਾਲ ਜੀ ਆਓ ਲੰਬਰਦਾਰ ਜੀ ਕਿਵੇਂ ਰਾਹ ਭੁੱਲ ਗਏ ਹੋ ਮੈਂ ਤਾਂ ਘਰ ਗਿਆ ਸੀ ਤੁਹਾਡੇ ਪਤਾ ਲੱਗਾ ਤੁਸੀਂ ਖੇਤਾਂ ਚ ਗੇੜਾ ਮਾਰਨ ਆਏ ਹੋ ਸੋ ਇੱਥੇ ਹਾਜ਼ਰ ਹੋ ਗਿਆ ਤਾਂ ਪਾਗ ਸਾਡੇ
ਇਹਨੇ ਤਕਲੀਫ ਕੀਤੀ। ਇੱਕ ਪਿਓ ਦੇ ਸਿਰ ਤੇ ਸਭ ਤੋਂ ਵੱਡਾ ਪਾਰ ਉਹਦੀ ਜਵਾਨ ਧੀ ਹੁੰਦੀ ਹੈ। ਜਵਾਨ ਧੀ ਤੁਹਾਡੀ? ਆਹੋ, ਉਹ ਬਹਾਦਰ ਹੈ ਨਾ, ਉਹਦੀ ਕੁੜੀ ਰਾਣੀ, ਉਹ ਮੈਨੂੰ ਸੱਚੀਆਂ ਧੀਆਂ ਨਾਲੋਂ ਵੱਧ ਹੈ। ਉਹਦੇ ਤੇ ਰਾਣੀ ਦੇ ਵਿਆਹ ਦੀ ਗੱਲ ਕਰਨ ਆਇਆ। ਕੀ ਗੱਲ ਕਰਦੇ ਹੋ ਲਵਰਦਾਰ ਜੀ, ਗਲੀਆਂ ਦਾ ਕੂੜਾ ਮੇਰੇ ਚੌਂਕ ਤੇ ਨਿਸ਼ਾਨ ਬਣਾਉਣਾ ਚਾਹੁੰਦੇ ਹੋ? ਚੌਧਰਾਣੀ ਜੀ, ਉਹਦਾ ਕਸੂਰ ਇੰਨਾ ਹੀ ਹੈ ਨਾ ਕਿ ਉਹ ਬਹਾਦਰ ਦੀ ਧੀ ਹੈ। ਲੰਬਰਦਾਰ ਜੀ, ਮੈਨੂੰ ਤੇ ਤੁਹਾਡੀ ਅਕਲ ਤੇ ਤਰਸ ਆਉਂਦਾ ਹੈ, ਇਹ ਗੱਲ ਤੁਸੀਂ ਸੋਚੀ ਕਿਵੇਂ? ਚੌਧਰਾਣੀ ਜੀ, ਬੱਚਿਆਂ ਦੀਆਂ ਖੁਸ਼ੀਆਂ ਮਾਪਿਆਂ ਦੀਆਂ ਖੁਸ਼ੀਆਂ ਹੁੰਦੀਆਂ ਨੇ, ਤੁਸੀਂ ਕਿਉਂ ਉਹਨਾਂ ਦੀਆਂ ਖੁਸ਼ੀਆਂ ਬਰਬਾਦ ਕਰ ਰਹੇ ਹੋ? ਦੇਖੋ ਲੰਬਰਦਾਰ ਜੀ, ਬਹਾਦੁਰ ਦੀ ਕੀ ਔਕਾਤ ਹੈ, ਮੈਂ ਆਪਣੇ ਰਿਸ਼ਤੇਦਾਰਾਂ 'ਚ ਕੀ ਮੂੰਹ ਦਿਖਾਵਾਂਗੀ ਜੇ ਆਂਢਣਾ ਗੁਆਂਢਣਾ ਪੁੱਛਣਗੀਆਂ ਕਿ ਤੇਰੀ ਨੂੰ ਕੀ ਲਿਆਈਏ ਤੇ ਮੈਂ ਕੀ ਜਵਾਬ ਦੇਵਾਂਗੀ? ਬਸ ਇੰਨੀ ਮਾਮੂਲੀ ਜਿਹੀ ਗੱਲ ਲਈ ਤੁਸੀਂ ਰਾਣੀ ਦਾ ਦਿਲ ਦੁਖਾਈ ਫਿਰਦੇ ਹੋ? ਇਹ ਮਾਮੂਲੀ ਜਿਹੀ ਗੱਲ ਹੈ? ਬਿਲਕੁਲ ਮਾਮੂਲੀ ਗੱਲ ਹੈ। ਚੌਧਰਾਣੀ ਜੀ, ਮੈਂ ਰਾਣੀ ਦੀਆਂ ਖੁਸ਼ੀਆਂ ਦੀ ਕੀਮਤ ਆਪਾਂ ਵੇਚ ਕੇ ਵੀ ਉਤਾਰ ਦਿਆਂਗਾ। ਲੰਬਰਦਾਰ ਜੀ, ਜੇ ਤੁਸੀਂ ਬੇਗਾਨੀ ਤੀਲੀ ਇੰਨਾ ਕੁਝ ਕਰ ਰਹੇ ਹੋ ਤੇ ਮੈਂ ਕੋਈ ਤੁਹਾਡੇ ਤੋਂ ਨਾਬਰ ਹਾਂ, ਮੇਰੇ ਵੱਲੋਂ ਤੁਸੀਂ ਹਾਂ ਸਮਝੋ। ਤੁਸੀਂ ਹਾਂ ਕਰਕੇ ਮੇਰੇ ਤੇ ਬਹੁਤ ਵੱਡਾ ਅਹਿਸਾਨ ਕੀਤਾ, ਬਹੁਤ ਵੱਡਾ ਅਹਿਸਾਨ ਕੀਤਾ। ਬਹਾਦਰਾ, ਤੂੰ ਇਹ ਕੱਪੜੇ ਲਿਆ ਕੇ ਮੇਰਾ ਅਪਮਾਨ ਕੀਤਾ ਹੈ। ਓਏ ਮੂਰਖਾ, ਜਦ ਮੈਂ ਰਾਣੀ ਨੂੰ ਆਪਣੀ ਧੀ ਬਣਾ ਹੀ ਲਿਆ, ਮੈਂ ਤੇ ਉਹਦੇ ਦਾਜ ਲਈ ਵੀ ਕੱਪੜੇ ਬਣਾ ਲੈਣੇ। ਤੁਸੀਂ ਮੈਨੂੰ ਗਲਤ ਨਾ ਸਮਝੋ ਲੰਬਰਦਾਰ ਜੀ, ਇਹ ਲਾਲ ਜੋੜਾ ਮੈਂ ਨਹੀਂ, ਇਹ ਤੇ ਰਾਣੀ ਦੀ ਮਾਂ ਆਪਣੀਆਂ ਬੜੀਆਂ ਸਧਨਾਂ ਦੇ ਨਾਲ ਉਹਦੇ ਵਿਆਹ ਵਾਸਤੇ ਬਣਾ ਕੇ ਗਈ ਸੀ। ਮੈਂ ਤੇ ਬਸ ਦੇਣ ਆਇਆ। ਇਹ ਗੱਲ ਹੈ ਤੇ ਫਿਰ ਰਾਣੀ ਦੀ ਮਾਂ ਦੀ ਸਦਰ ਜ਼ਰੂਰ ਪੂਰੀ ਕੀਤੀ ਜਾਏਗੀ। ਰਾਣੀ ਆਪਣੇ ਵਿਆਹ ਤੇ ਇਹੀ ਲਾਲ ਜੋੜਾ ਪਾਏਗੀ ਤੇ ਮੈਂ ਰਾਣੀ ਧੀ ਦਾ ਵਿਆਹ ਇੰਨੀ ਸ਼ਾਨ ਨਾਲ ਕਰਾਂਗਾ, ਸੌ ਰੱਬ ਦੀ ਸਾਰੀ ਦੁਨੀਆ ਵੇਖਦੀ ਰਹਿ ਜਾਏਗੀ। ਮੈਂ ਤੁਹਾਡਾ ਅਹਿਸਾਨ ਦਾ ਬਦਲਾ ਜ਼ਿੰਦਗੀ ਭਰ ਨਹੀਂ ਦੇ ਸਕਾਂਗਾ, ਜ਼ਿੰਦਗੀ ਭਰ ਨਹੀਂ ਦੇ ਸਕਾਂਗਾ। ਮਿੱਤਰਾ, ਅਜੇ ਤੱਕ ਤਾਂ ਕੋਈ ਮੰਗ ਨੀ ਕੀਤੀ ਉਹਨਾਂ ਨੇ। ਅੱਛਾ, ਜੇ ਕੁਝ ਮੰਗ ਵੀ ਲਿਆ ਤੇ ਆਪਾਂ ਦੇ ਦਿਆਂਗੇ ਪੀਤੋ ਆਪਣੀ ਕੱਲੀ ਕੱਲੀ ਭੈਣ ਆ। ਨਹੀਂ ਨਹੀਂ ਡੈਡੀ, ਮੈਂ ਮਰ ਜਾਵਾਂਗੀ ਪਰ ਮੈਂ ਵਿਆਹ ਕਦੇ ਨਹੀਂ ਕਰਾਂਗੀ। ਵਾਹ ਧੀਏ ਵਾਹ, ਮੈਂ ਤੈਨੂੰ ਇੰਨੇ ਲਾਡ ਪਿਆਰ ਨਾਲ ਇਸੇ ਦਿਨ ਲਈ ਪਾਲਿਆ ਸੀ ਕਿ ਤੂੰ ਪਰੀ ਬਰਾਦਰੀ ਚ ਮੇਰਾ ਨੱਕ ਉਡਾ ਦੇ। ਤੇਰੀ ਨਿੱਕੀ ਹੁੰਦੀ ਦੀ ਮਾਂ ਮਰ ਗਈ ਤੇ ਤੂੰ ਸਾਰੀ ਸਾਰੀ ਰਾਤ ਰੋਂਦੀ, ਮੈਂ ਤੈਨੂੰ ਝੋਲੀ ਚ ਪਾ ਕੇ ਲੋਰੀਆਂ ਸੁਣਾ ਸੁਣਾ ਕੇ ਸੁਹਾਉਂਦਾ ਰਿਹਾ, ਤੈਨੂੰ ਕਦੀ ਤੇਰੀ ਮਾਂ ਦੀ ਕਮੀ ਮਹਿਸੂਸ ਨਾ ਹੋਣ ਦਿੱਤੀ ਤੇ ਅੱਜ ਤੂੰ। ਡੈਡੀ, ਜੇ ਅੱਜ ਮੇਰੀ ਮਾਂ ਜਿਉਂਦੀ ਹੁੰਦੀ ਤਾਂ ਕਦੇ ਇਸ ਤਰ੍ਹਾਂ ਮੇਰੀ ਖੁਸ਼ੀਆਂ ਦਾ ਗਲਾ ਨਾ ਘੁੱਟਣ ਦਿੰਦੀ। ਮੈਂ ਤੇਰੀਆਂ ਖੁਸ਼ੀਆਂ ਦਾ ਗਲਾ ਘੁੱਟ ਰਿਹਾ? ਜੋ ਤੂੰ ਚਾਹਿਆ ਉਹ ਮੈਂ ਕੀਤਾ, ਜੋ ਤੂੰ ਕਿਹਾ ਉਹ ਮੈਂ ਮੰਨਿਆ। ਤੂੰ ਫਿਰ ਡੈਡੀ ਅੱਜ ਵੀ ਮੇਰੀ ਗੱਲ ਮੰਨ ਲਓ, ਮੈਂ ਜੀਤੇ ਨੂੰ ਪਿਆਰ ਕਰਦੀ ਹਾਂ, ਮੇਰਾ ਵਿਆਹ ਜੀਤੇ ਨਾਲ ਕਰ ਦਿਓ। ਜੀਤਾ ਜੀਤਾ ਜੀਤਾ, ਜੀਤੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ ਜਿਹਦਾ ਪਿਓ ਫਾਇਲ ਆਉਣ ਲੱਗੇ? ਸੱਚ ਬੋਲਣਾ ਕੋਈ ਪਾਪ ਤਾਂ ਨਹੀਂ, ਉਹਦੀ ਥਾਂ ਜੇ ਮੈਂ ਹੁੰਦੀ। ਤੂੰ ਹੀ ਮੈਨੂੰ ਫਾਇਲ ਆ ਦਿੰਦੀ? ਕੰਨ ਖੋਲ ਕੇ ਸੁਣ ਲੈ, ਤੇਰਾ ਵਿਆਹ ਉੱਥੇ ਹੋਏਗਾ ਜਿੱਥੇ ਮੈਂ ਪੱਕਾ ਕੀਤਾ ਤੇ ਜੀਤੇ ਦਾ ਖਿਆਲ ਆਪਣੇ ਦਿਲ 'ਚ ਹਮੇਸ਼ਾ ਹਮੇਸ਼ਾ ਲਈ ਕਰ ਦੇ, ਸੁਣ ਲਿਆ? ਮੈਂ ਕਿਵੇਂ ਭੁੱਲ ਜਾਵਾਂ ਜੀਤੇ ਨੂੰ ਡੈਡੀ? ਉਹ ਘੁੱਗਿਆ। ਹਾਂ ਜੀ। ਦਾਰੂ ਵਾਲੇ ਘੁੱਗੇ ਚੱਕੀ ਜਾਂਦਾ, ਕੋਈ ਕੰਮ ਵੀ ਕਰਿਆ ਕਰ। ਮੈਂ ਵਿਹਲਾ ਤਾਂ ਨਹੀਂ ਬੈਠਾ ਜੀ, ਇਹ ਮੈਂ ਕੰਮ ਹੀ ਕਰ ਰਿਹਾ।
दारू रात नूं पीदी हुंदी है, काम वेले काम करीदा हुंदा। अजे काम करन दा तुसी बथेरे हो जी, सानू करन दी की लोड़ है, पर फिर भी जे तुसी सारू काम दसोगे असी करांगे। मैं गल सुन ला। हां जी, मद्दी नाल जाके माल वाला ट्रक आ जेड़ा ओ किसे टिकाने लाया। हां जी, ए काम नहीं मैथों हुंदा, मैं तां डरपोक है जी, मैं तां पुलिस नूं देख के मोग सिरदा है जी, नाले मैं तां इन्ना डरपोक है जिवें बिल्ली कुत्ते नूं देख के डरदी है, मैथों कुत्ता काम नहीं हुंदा, होर कोई काम दसो। इहनूं छड्ड साले कोगे नूं, ਮਦੀ ਤੂੰ ਕੱਲਾ ਹੀ ਜਾ। ਜੋੜਿਆ ਬਾਈ ਮੈਂ ਕੱਲਾ ਹੀ ਜਾਣਾ ਯਾਰ, ਇਹਨੇ ਕੀ ਡਰਪੋਕ ਨੇ ਜਾਣਾ ਯਾਰ। ਲੈ ਗੱਲ ਸੁਣ। ਹਾਂਜੀ, ਜੇ ਗੱਲ ਬਾਹਰ ਨਿਕਲ ਗਈ ਨਾ ਤੇ ਮੈਂ ਤੇਰੇ ਵਾਲਾ ਘੋਗਾ ਜਾਂ ਚਿੱਤ ਕਰ ਦੂੰ। ਮੈਂ ਇੰਨੀਆਂ ਗੱਲਾਂ ਛੋੜੀਆਂ ਝੜੇ ਲਗੋਈ ਫਿਰਦਾ, ਮੈਂ ਕੋਈ ਗੱਲ ਛੋੜੀ ਬਾਹਰ ਕੱਢੀ ਆ? ਸੋਚ ਲੈ। ਹਾਂਜੀ, ਲੈ ਕਰ ਲੈ, 2 ਰੁਪਈਆਂ ਦੀ ਸ਼ਰਾਬ ਪਿਆ ਕੇ ਮੈਥੋਂ ਲੱਖਾਂ ਰੁਪਈਆਂ ਦਾ ਕੰਮ ਲੈਣ ਨੂੰ ਫਿਰਦੇ ਆ। ਜਿਵੇਂ ਮੈਂ ਘੋਗਾ ਹੁੰਦਾ, ਉਹ ਤਾਂ ਮੇਰਾ ਮਰਦਾ ਹੋਇਆ ਪਿਓ ਮੇਰਾ ਘੋਗਾ ਰਹਿ ਗਿਆ, ਉਹ ਸਾਰਾ ਚੱਲ ਗਾਹ ਤਾਂ ਕਾਹਨੂੰ ਕੱਢਣੀ ਹੈ। ਦੇਖਾਂਗੇ ਜੇ ਨਾ ਬਲ ਗਿਆ ਤਾਂ, ਨਾ ਬਲਣ ਦੀ ਕੋਸ਼ਿਸ਼ ਕਰਾਂਗੇ, ਮੈਨੂੰ ਲੱਗਦਾ ਬਦਲੀ। ਬਾਪੂ ਬਾਪੂ ਲੁੱਟੇ, ਬਾਪੂ ਲੁੱਟੇ ਗਏ। ਓਏ ਕਿਹੜਾ ਪੁੱਠਾ ਗੇੜ ਪਾ ਦਿੱਤਾ ਜੀ, ਉਹ ਫੀਮ ਵਾਲਾ ਟਰੱਕ ਫੜਿਆ ਗਿਆ ਹੈ। ਫੀਮ ਵਾਲਾ ਟਰੱਕ ਫੜਿਆ ਗਿਆ? ਓਏ ਹੁਣ ਕੀ ਹੋਊਗਾ? ਓਏ ਤੂੰ ਤਾਂ ਕਹਿੰਦਾ ਸੀ ਮੈਂ ਤੇਰੇ ਤੂੜੀ ਵਾਲੇ ਕੋਠੇ ਭਰ ਦਿਆਂਗਾ, ਪਰ ਤੂੰ ਤਾਂ ਮੇਰੀ ਸਾਰੀ ਜ਼ਿੰਦਗੀ ਦੀ ਮਾਂ ਨੂੰ ਹੁੰਝਾ ਫੇਰ ਦਿੱਤਾ। ਇਹਨਾਂ ਕੰਮਾਂ 'ਚ ਤਤਾ ਠੰਡਾ ਤੇ ਹੁੰਦਾ ਰਹਿੰਦਾ ਬਾਪੂ, ਹੌਸਲਾ ਰੱਖ। ਓਏ ਮੈਂ ਕਿਹੜੇ ਗੇੜ 'ਚ ਹੌਸਲਾ ਰੱਖਾਂ, ਕੁੜੀ ਦਾ ਵਿਆਹ ਹੈ, ਉਹ ਕਿੱਦਾਂ ਹੋਊ? ਮੇਰਾ ਨਾ, ਮੇਰੀ ਪ੍ਰੀਤ ਤੂੰ ਮੇਰੇ ਤੋਂ ਕੋਈ ਵੱਖ ਨਹੀਂ ਕਰ ਸਕਦਾ। ਕੱਲ ਨੂੰ ਉਹਨੇ ਡੋਲੀ ਬੈਠ ਕੇ ਤੁਰ ਜਾਣਾ। ਮੈਨੂੰ ਪਤਾ ਹੈ ਨਾ, ਜਦੋਂ ਪਿਆਰ ਕਰਨ ਵਾਲਾ ਇੱਕ ਰਾਂਝੇ ਦੀ ਤਰ੍ਹਾਂ ਡਰਪੋਕ ਹੋਵੇ ਤਾਂ ਹਮੇਸ਼ਾ ਡੋਲੀ ਖੇੜਿਆਂ 'ਤੇ ਜਾਂਦੀ ਹੁੰਦੀ ਆ ਜੀ। ਰਾਣਾ, ਇਹ ਹੀਰੇ ਰਾਂਝੇ ਦਾ ਅਰਮਾਨ ਦਾ ਖੂਨ ਕਰਕੇ ਸਹਿਦ ਨਾਲ ਕੰਗਣਾ ਖੇਡਣ ਫਿਰੇ ਤਾਂ ਆਪਣੇ ਆਪ ਨੂੰ ਝੂਠੇ ਦਿਲਾਸੇ ਦੇ ਕੇ ਐਵੇਂ ਧੋਖੇ ਵਿੱਚ ਨਾ ਰੱਖ ਜੀ। ਰਾਣਾ, ਰੱਬ ਦੇ ਵਾਸਤੇ ਮੈਨੂੰ ਇਕੱਲਾ ਛੱਡ ਦੇ, ਮੈਨੂੰ ਹੋਰ ਦੁਖੀ ਨਾ ਕਰ। ਹੋ ਲਾ ਲੈੜੇ ਅੱਜ
ਮਾਰੀ ਖੱਟ ਜਾ ਤੂੰ ਪੁਨੀਕ ਯਾਰ ਦਾ ਨਲਨ ਕਾ ਟਾਈਮ ਹੋ ਗਿਆ, ਲੜਕੀ ਕੋ ਜਲਦੀ ਬੁਲਾਓ। ਮਾਇਆ ਦਾਜ, ਹਾਂਜੀ, ਲਾਵਾਂ ਫੇਰਿਆਂ ਤੋਂ ਪਹਿਲਾਂ ਇੱਕ ਜ਼ਰੂਰੀ ਗੱਲ ਕਰਨੀ ਹੈ ਜੀ ਆਪਾਂ ਨੇ। ਜ਼ਰੂਰ ਕਰੋ ਜੀ। ਗੱਲ ਜਰਾ ਪਰਦੇ ਵਾਲੀ, ਆਪਾਂ ਜਰਾ ਪਾਸੇ ਨਾ ਚੱਲੀਏ। ਹਾਂ ਹਾਂ, ਕਿਉਂ ਨਹੀਂ, ਚਲੋ ਵੇਖ ਲੈਂਦੇ। ਮਾਇਆ ਦਾਸ ਜੀ, ਹਾਂਜੀ, ਆਪਾਂ ਲਾਵਾਂ ਫੇਰਿਆਂ ਤੋਂ ਪਹਿਲਾਂ ਲੈਣ ਦੇਣ ਦੀ ਗੱਲ ਕਰ ਲਈਏ। ਲੈਣ ਦੇਣ? ਆਹੋ ਜੀ, ਇਹ ਤਾਂ ਅੱਜ ਕੱਲ ਹੁੰਦਾ ਹੀ ਆ, ਕਿਉਂਕਿ ਕਾਰ ਤੇ ਟੀਵੀ ਨਾ ਤੁਸੀਂ ਦੇ ਹੀ ਰਹੇ ਹੋ। ਜਿਹੜਾ ਨਗਦ 50,000 ਰੁਪਈਆ ਨਾ ਹੈ ਜੀ, ਉਹਨੂੰ ਹੁਣੇ ਦੇ ਦਿਓ। 50,000? ਪਰ ਪਹਿਲਾਂ ਤਾਂ ਤੁਸੀਂ ਗੱਲ ਹੀ ਕੀਤੀ। ਅਸੀਂ ਕਿਹਾ ਕਿ ਤੁਸੀਂ ਕਿਹੜਾ ਨਿਆਣੇ ਹੋ, ਨਾਲੇ ਅੱਜ ਕੱਲ ਦੇ ਜ਼ਮਾਨੇ 'ਚ ਪੜ੍ਹੇ ਲਿਖੇ ਮੁੰਡੇ ਨੌਕਰੀਆਂ ਤੇ ਲੱਗੇ ਹੋਏ, ਕੌਡੀਆਂ ਦੇ ਭਾਅ ਨਹੀਂ ਮਿਲਦੇ। ਮਾਇਆ ਦਾਸ ਜੀ, ਲੱਖਾਂ ਤੇ ਹਜ਼ਾਰਾਂ ਨਾਲ ਮਿਲਦੇ ਨੇ। ਪਰ ਕੁਦੇ ਸ਼ਾਹ ਜੀ, ਮੇਰੇ ਕੋਲ 50,000 ਦਾ ਬੰਦੋਬਸਤ ਨਹੀਂ, ਮੇਰੀ ਇੱਜ਼ਤ ਤੁਹਾਡੇ ਹੱਥ ਹੈ, ਮੈਂ ਤੁਹਾਡੇ ਪੈਰੀ ਪੈਂਦਾ। ਬਾਪੂ, ਇਸ ਕਮੀਨੇ ਅੱਗੇ ਸਿਰ ਝੁਕਾ ਕੇ ਮੇਰੀ ਗੈਰਤ ਤੇ ਸੱਟ ਨਾ ਮਾਰ ਬਾਪੂ, ਤੇ ਇਨਸਾਨੀਅਤ ਨੂੰ ਸ਼ਰਮਿੰਦਾ ਨਾ ਕਰ। ਜੋ ਰਿਹਾ, ਇਹ ਮੇਰਾ ਗੁੱਸਾ ਕਰਨ ਦਾ ਨਹੀਂ ਪੁੱਤਰ, ਅਸੀਂ ਧੀ ਵਾਲੇ ਹਾਂ। ਫੇਰ ਕੀ ਹੋਇਆ ਬਾਪੂ, ਹੁਣ ਜ਼ਮਾਨਾ ਬਦਲ ਗਿਆ, ਧੀ ਤੇ ਮੁੰਡੇ ਵਿੱਚ ਕੋਈ ਫਰਕ ਨਹੀਂ ਰਿਹਾ ਬਾਪੂ। ਇਸ ਦਹੇਜ ਦੇ ਲਾਲਚੀ ਕੁੱਤੇ ਨੂੰ ਠੁੱਡੇ ਮਾਰ ਕੇ ਘਰੋਂ ਬਾਹਰ ਕਰ ਦੇ ਬਾਪੂ। ਜੋ ਰਿਹਾ, ਤੂੰ ਚੁੱਪ ਕਰ। ਕੁੱਦੇ ਸ਼ਾਹੀ, ਮੈਨੂੰ ਥੋੜੀ ਜਿਹੀ ਮੁਹਲਤ ਦਿਓ, ਮੈਂ ਤੁਹਾਨੂੰ 50,000 ਬਾਅਦ ਚ ਬੰਦੋਬਸਤ ਕਰਕੇ ਦੇ ਦਿਆਂਗਾ। ਬਾਅਦ ਚ ਕੌਣ ਦਿੰਦਾ ਜੀ, ਮੈਂ ਤਾਂ ਹੁਣੇ 50,000 ਰੁਪਇਆ ਚਾਹੀਦਾ। ਜੇ ਤੁਸੀਂ ਇੰਤਜ਼ਾਮ ਕਰ ਸਕਦੇ ਹੋ ਤਾਂ ਠੀਕ ਆ, ਨਹੀਂ ਤਾਂ ਚੱਲਿਆ ਮੈਂ ਬਰਾਤ ਲੈ ਕੇ। ਕੁੱਦੇ ਸ਼ਾਹ ਜੀ, ਜੇ ਬਰਾਤ ਵਾਪਸ ਚਲੀ ਗਈ ਤੇ ਮੇਰੀ ਇੱਜ਼ਤ ਮਿੱਟੀ ਚ ਮਿਲ ਜਾਏਗੀ, ਮੇਰੀ ਧੀ ਕਿੱਥੇ ਜਾਊਗੀ ਰਹੇਗੀ। ਮਾਇਆ ਦਾਸ, ਮੇਰੇ ਜਿਉਂਦਿਆਂ ਜੂ ਤੇਰੀ ਅੱਖਾਂ 'ਚ ਅੱਥਰੂ ਦਾਜ ਦੇ ਲੋਭੀ ਇਸ ਕੁੱਤੇ ਨੇ ਕਿੱਡੀ ਵੱਡੀ ਅੱਡੀ ਮੰਗੀ ਹੈ, 50,000 ਦੀ? ਕਿਉਂ, ਸਿਰਫ 50,000 ਰੁਪਏ ਮੁੱਲ ਪਾਇਆ ਤੂੰ ਆਪਣੇ ਹੀਰੇ ਪੁੱਤਰ ਦਾ? ਖੋਤੇ ਘੋੜੇ ਤੇ ਮੰਡੀਆਂ 'ਚ ਵਿਕਦੇ ਦੇਖੇ ਸੀ, ਅੱਜ ਪੁੱਤਰ ਵੀ ਵਿਕਣ ਲੱਗ ਪਏ। ਕੋਈ ਗੱਲ ਨਹੀਂ, ਮੈਂ ਦਿਆਂਗਾ 50,000 ਰੁਪਏ। ਦਇਆਰਾਮ, ਮੈਂ ਤੇਰਾ ਇਹ ਅਹਿਸਾਨ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ, ਤੂੰ ਵਾਕਈ ਇੱਕ ਸੱਚਾ ਤੇ ਸੁੱਚਾ ਯਾਰ ਹੈ।
आज मेरी ये सारी गलतफहमियां दूर हो गई हैं। मैं माफ कर दे यारा। डैडी, डैडी, तू मैं ना लालचियां दे बस पाना चाहना, जिन्हां नू तेरी ती नहीं, तेरी दौलत चाहिए दी है, और वो भी उधार मांग के। नहीं डैडी, ऐ जे व्याह नालों तो चंगा मैं सारी उम्र कुंवारी बैठी रवां। चुप करती है, तेरा बोलना नहीं बनता। कोई भी मापे ती नू अपने घर सारी उम्र कुंवारी नहीं बिठा सकते। ते फिर डैडी, के गरीबां दी तियां दे व्याह नहीं हुंदे, के ओह दाज मंगण वाले नू बली चढ़ जांदियां ने। मैनू इस बली ना चढ़ा डैडी, मैनू इस बली ना चढ़ा। बस कर तीए, बस कर, तू मेरी अखां खोल दित्तियां ने। ए व्याह नहीं होएगा, पर तेरा व्याह जरूर होएगा। अज ही ऐसे वेले ऐसे मंडप च इस मेरे यार दे पुत्तर जीते नाल। क्यों दयाराम? ओ माया दासा, इस तो वड्डी खुशी दी गल की हो सकदी है? जे गल ना ਤਾਂ ਚੱਲਿਆ ਮੈਂ ਹੁਣੇ ਵਾਪਸ ਬਰਾਤ ਲੈ ਕੇ। ਓਏ ਤੂੰ ਕੀ ਚੱਲਿਆ? ਮੈਂ ਆਪ ਆ ਰਿਹਾ ਤੁਹਾਡੇ ਵਰਗੇ ਦਾਜ ਦੇ ਲਾਲਚੀ ਨੂੰ ਧੱਕੇ ਮਾਰ ਕੇ ਬਾਹਰ ਕੱਢਣ। ਮਾਇਆ ਦਾਸਾ, ਵੇਖ ਤੇਰੀ ਮੌਤ ਤੇਰੇ ਸਿਰ ਤੇ ਖਲੋਤੀ ਆਵੇ। अपनी धी की टोली तुरंत तो पहलो अपना कफन तैयार कर ले माया दासा। आज तेरी माया भी तेनू मेरे हथों नहीं बचा सकती। बहादुर, दाजे को हिलिया था गोली नाल भुन के रख जांगा। माफ कर दे, तेनू माफ कर दिया। ओए तू मेरी सुंदरा नू माफ कीता सी जदों रो रो के तेरे हाड़े कढ़दी सी। ਉਹਨੂੰ ਮਾਫ ਕੀਤਾ ਸੀ ਜਦੋਂ ਤੇਰੀ ਪੈਰੀ ਪੈ ਪੈ ਕੇ ਰੋਂਦੀ ਸੀ। ਉਹਦੀ ਆਤਮਾ ਅੱਜ ਵੀ ਕੋਸ ਕੋਸ ਕੇ ਮੈਨੂੰ ਕਹਿੰਦੀ ਏ ਕਿ ਤੂੰ ਜੀਦਾ ਕਿਉਂ ਨਹੀਂ। ਛੱਡ ਦੇ, ਅੱਜ ਮੇਰੀ ਧੀ ਦਾ ਵਿਆਹ, ਮੈਨੂੰ ਛੱਡ ਦੇ। ਤੈਨੂੰ ਛੱਡ ਦਵਾਂ ਕਿਉਂਕਿ ਤੇਰੀ ਧੀ ਦਾ ਵਿਆਹ ਏ, ਤੇ ਉਦੋਂ ਮੇਰੀ ਧੀ ਦਾ ਸਗਨ ਜਾਣਾ ਸੀ ਜਦੋਂ ਮੈਂ ਤੇਰੇ ਕੋਲੋਂ ਸਿਰਫ 1000 ਰੁਪਇਆ ਮੰਗਣ ਗਿਆ ਸਾਂ, ਤੇ ਤੂੰ ਮੈਨੂੰ ਖਾਲੀ ਹੱਥ ਘਰੋਂ ਕਰਤਾ ਸੀ। ਮੈਂ ਤੈਨੂੰ ਅੱਜ ਖਾਲੀ ਹੱਥ ਨਹੀਂ ਜਾਣ ਦਾਂਗਾ। ਮੈਂ ਤੈਨੂੰ ਇਹ 2 ਗੋਲੀਆਂ ਤੇਰੇ ਸੀਨੇ ਵਿੱਚ ਮਾਰਾਂਗਾ, ਤੇ ਮੇਰੀ ਸੁੰਦਰਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਜਾਏਗੀ। ਲੱਗਦਾ ਬਹਾਦੁਰਾ ਕੰਮ ਹੋ ਗਿਆ। ਆਹੋ, ਅੱਜ ਮੈਂ ਆਪਣੀ ਸੁੰਦਰਾ ਦੇ ਕਾਤਲ ਨੂੰ ਮਾਰ ਕੇ ਧਰਤੀ ਦਾ ਬੋਝ ਹਲਕਾ ਕਰਤਾ। ਅੱਜ ਮੇਰੇ ਕਲੇਜੇ ਠੰਡ ਪਈ ਹੈ ਜਗਿਆ, ਹੁਣ ਮੈਨੂੰ ਕੋਈ ਫਿਕਰ ਨਹੀਂ ਹੋਏ, ਚਾਹੇ ਮੈਂ ਫੜੇ ਲੱਗ ਜਾਵਾਂ। ਹੋਰ ਆਈ ਗੱਲਿਆ? ਓਏ ਤੂੰ ਹੋਰ ਦੀ ਗੱਲ ਛੱਡ, ਤੇ ਆ ਲੈ ਨਵੀਂ ਦਾ ਡੱਟ ਪੱਟ। ਅੱਜ ਸਾਡੇ ਯਾਰ ਨੇ ਸਾਡੀ ਜੁੱਤੀ ਚੋਂ ਉਹ ਕਿਲਕੜਤਾ ਜਿਹੜਾ ਦਿਸਦਾ ਘੱਟ ਤੇ ਚੁਭਦਾ ਜ਼ਿਆਦਾ ਸੀ। ਬਹਾਦਰ ਨੇ ਵੀ ਜੋਰੇ ਤੇ ਦੂਸਰੀ ਭਾਜੀ ਚਾੜੀ ਆ। ਇਹ ਸੋਚਦਾ ਕੀ ਹੈ? ਲੈ ਖਿੱਚ ਪੈਗ। ਪੈਗ ਦੀ ਗੱਲ ਨਹੀਂ ਵਜੀਰਿਆ, ਜਿੰਨਾ ਚਿਰ ਮੈਂ ਆਪਣੇ ਪਿਓ ਦੀ ਕਾਤਲ ਦੀ ਧੀ ਦਾ ਜੋਬਨ ਨਹੀਂ ਲੁੱਟਦਾ,
ਮੇਰੇ ਅੰਦਰ ਦੀ ਭਾਖ ਦੀ ਅੱਗ ਬੁਝ ਨਹੀਂ ਸਕਦੀ। ਤੇ ਫਿਰ ਤਿਲ ਕਾਦੀ, ਹੁਣ ਤਾਂ ਪਿੰਡ ਦੇ ਵਿੱਚ ਕੱਲੀ ਮਗ ਦੀ ਫਿਰਦੀ ਹੈ। ਤਿਲ ਦੀ ਕੋਈ ਗੱਲ ਨਹੀਂ, ਮੈਂ ਵੀ ਮੌਕੇ ਦੀ ਤਾੜ ਵਿੱਚ ਹਾਂ। ਜਿੱਦਣ ਮੇਰੇ ਧੱਕੇ ਚੜ ਗਈ, ਗੰਨੇ ਦੀ ਪੋਰੀ ਵਾਂਗੂ ਚੋਪ ਦੋ ਸਾਲੇ ਨੂੰ।
ਤੂੰ ਛੱਡ ਕੇ ਜਾ ਸਕਦੀ ਰਾਣੀ, ਤੂੰ ਮੈਨੂੰ ਛੱਡ ਕੇ ਨੀ ਜਾ ਸਕਦੀ। ਰੱਬ ਰੱਖੇ ਲਾ ਕੇ ਸਿਰ ਦੀ ਮੈਂ ਬਾਜ਼ੀ, ਲਾਹੂ ਕਰਜ਼ਾ ਪਿਆਰ ਦਾ ਜਿਹੜਾ, ਤੂੰ ਬਸ ਦਾਰੇ ਮਿੱਤਰਾ, ਤੂੰ ਬਸ ਦਾਰੇ ਮਿੱਤਰਾ। ਮੈਂ ਤੈਨੂੰ ਜਿਉਂਦਾ ਨਹੀਂ ਛੱਡਾਂਗਾ, ਤੂੰ ਮੇਰੀ ਭੈਣ ਨੂੰ ਮਾਰ ਕੇ ਜ਼ਿੰਦਾ ਬਚ ਕੇ ਨਹੀਂ ਜਾ ਸਕਦਾ। ਆਰਾਮ ਸਾਹਿਬ, ਉੱਠ ਉੱਠ ਕੁੱਤਿਆ, ਤੇਰੇ ਪਿਓ ਨੇ ਮੇਰੀ ਸੁੰਦਰਾਂ ਦੀ ਇੱਜ਼ਤ ਲੁੱਟੀ, ਮੇਰਾ ਵਸਤਾ ਰਸਤਾ ਕਰ ਤਬਾਹ ਕੀਤਾ, ਮੈਨੂੰ ਘਰੋਂ ਬੇਘਰ ਕੀਤਾ। ਨਾ, ਮੈਨੂੰ ਮਾਰੀ, ਮੈਨੂੰ ਮਾਰੀ, ਮੈਨੂੰ ਮਾਰੀ ਮਾਤਾ, ਮੈਨੂੰ ਮਾਰੀ। ਤੂੰ ਮੇਰੇ ਕਲੇਜੇ ਦਾ ਲੁੱਗ ਭਰਿਆ ਕਮੀਨਿਆ, ਮੇਰੀ ਲਾੜੀ ਧੀ ਦਾ ਖੂਨ ਕਰਕੇ ਆਇਆ, ਮਾਰਾਂ ਅੱਜ ਮੈਂ ਤੇਰਾ ਫੋਨ ਕਰਕੇ ਕਮੀਨੇ ਦੇ ਗੰਦੇ ਖਾਨਦਾਨ ਦਾ ਵੀ ਨਾਸ ਕਰ ਦਿਆਂਗਾ। ਠਹਿਰ ਜਾ, ਮੈਂ ਅਜੇ ਜਿਉਂਦੀ ਆ, ਦੁੱਖ ਛੱਡ ਦੇ। ਮੇਰੇ ਜਿਉਂਦੇ ਜੀ ਮੇਰੇ ਭਰਾ ਨੂੰ ਕੋਈ ਨਹੀਂ ਮਾਰ ਸਕਦਾ। ਹੁਣ ਮੇਰੀ ਭੈਣ ਆ ਗਈ ਆ, ਹੁਣ ਮੈਨੂੰ ਕੋਈ ਨਹੀਂ ਮਾਰ ਸਕਦਾ, ਹੁਣ ਮੈਨੂੰ ਕੋਈ ਨਹੀਂ ਮਾਰ ਸਕਦਾ, ਹੁਣ ਮੇਰੀ ਭੈਣ ਆ ਗਈ ਆ ਕਿਤੋਂ। ਤੂੰ ਠੀਕ ਕਹਿੰਦਾ ਭਰਾਵਾ, ਤੈਨੂੰ ਕੋਈ ਨਹੀਂ ਮਾਰ ਸਕਦਾ, ਤੈਨੂੰ ਮਾਰਾਂਗੀ ਤਾਂ ਮੈਂ, ਤੇਰੀ ਭੈਣ, ਤੇਰੇ ਵਰਗੇ ਨੀਚ ਭਰਾ ਨੂੰ ਜਿਹਨੇ ਕਿਸੇ ਦੀ ਭੈਣ ਨੂੰ ਆਪਣੀ ਭੈਣ ਨਹੀਂ ਸਮਝਿਆ। ਤੂੰ ਮੈਨੂੰ ਮਾਰ ਸਕਦੀ, ਤੂੰ ਮੈਨੂੰ ਨਹੀਂ ਮਾਰ ਸਕਦੀ, ਤੂੰ ਮੇਰੀ ਭੈਣ ਦੀ। ਤੋ ਜਿੰਨਾ ਹੱਥਾਂ ਨਾਲ ਮੈਂ ਤੈਨੂੰ ਖੁਸ਼ੀ ਖੁਸ਼ੀ ਰੱਖੜੀ ਬੰਨ੍ਹਦੀ ਸੀ, ਅੱਜ ਉਹਨਾਂ ਹੀ ਹੱਥਾਂ ਨਾਲ ਮੈਨੂੰ ਤੇਰੀ ਜਾਨ ਲੈਂਦੇ ਹੋਏ ਕੋਈ ਦੁੱਖ ਨਹੀਂ। ਤੂੰ ਮੈਨੂੰ ਮਾਰ ਸਕਦੀ, ਮੈਨੂੰ ਤੂੰ ਨਹੀਂ ਮਾਰ ਸਕਦੀ, ਤੂੰ ਮੈਨੂੰ ਮਾਰ ਸਕਦੀ। ਖਬਰਦਾਰ, ਗ੍ਰਿਫਤਾਰ ਕਰ ਲੈਣਾ ਦੋਨੋਂ। ਅੱਛਾ ਅੱਛਾ ਜੀ, ਮੈਂ ਆਪਣੇ ਕੀਤੇ ਤੇ ਬਹੁਤ ਸ਼ਰਮਿੰਦਾ, ਮੈਂ ਬਹੁਤ ਪਾਪੀ ਹਾਂ, ਮੈਂ ਬਹੁਤ ਪਾਪੀ ਹਾਂ ਭੈਣੇ, ਮੈਂ ਬਹੁਤ ਪਾਪੀ ਹਾਂ। ਮੇਰੇ ਵਰਗੇ ਦੁਸ਼ਟ ਬੰਦੇ ਦਾ ਰੱਬ ਵੀ ਨਹੀਂ ਬਖਸ਼ ਸਕਦਾ, ਰੱਬ ਵੀ ਨਹੀਂ ਬਖਸ਼ ਸਕਦਾ, ਮੈਂ ਬਹੁਤ ਪਾਪੀ ਹਾਂ ਭੈਣੇ, ਮੈਨੂੰ ਮਾਫ਼ ਕਰ ਦੀ, ਮੈਨੂੰ ਮਾਫ਼ ਕਰ ਦੀ ਭੈਣੇ।